ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਅਸੀਂ ਫਿਰ ਹਾਜ਼ਰ ਹਾਂ। ਯੂਕੇ ਔਰ ਯੂਰਪ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਦਾ ਜਿਹੜਾ ਮੁੱਦਾ ਹੈ ਉਹ ਤੁਹਾਡੇ ਸਭ ਦੇ ਨਾਲ ਜੁੜਿਆ ਹੈ, ਤੁਹਾਡੇ ਸਰੋਕਾਰਾਂ ਦੇ ਨਾਲ ਜੁੜਿਆ ਹੈ, ਤੁਹਾਡੀ ਆਪਣੇ ਜਿਹੜੇ ਇਮੋਸ਼ਨਸ ਨੇ ਉਹਨਾਂ ਦੇ ਨਾਲ ਜੁੜਿਆ ਹੈ, ਔਰ ਤੁਹਾਡਾ ਜਿਹੜਾ ਮਾਤਰ ਭੂਮੀ ਹੈ, ਜਿਹੜੀ ਪਿਛੋਕੜ ਹੈ, ਪੰਜਾਬ ਹੈ, ਉਸ ਦੀ ਸਿਆਸਤ ਦੇ ਨਾਲ ਜੁੜਿਆ। ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਦੇ ਜਿਹੜੇ ਅਧੂਰੇ ਵਾਅਦੇ ਨੇ ਉਹਨਾਂ ਦੀ, ਔਰ ਜਿਹੜੇ ਅਧੂਰੇ ਵਾਅਦਿਆਂ ਨੂੰ ਪੂਰੇ ਕਰਨ ਦੀ ਪਹਿਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ, ਉਹਨਾਂ ਬਾਰੇ ਅੱਜ ਚਰਚਾ ਕਰਾਂਗੇ, ਤਬਸਰਾ ਕਰਾਂਗੇ, ਤੁਹਾਡੀ ਜਿਹੜੇ ਸਲਾਹ ਲਾਂਗੇ, ਤੁਹਾਡੇ ਤੋਂ ਫੋਨ ਨਾਲ ਤੁਹਾਡੇ ਨਾਲ ਗੱਲ ਕਰਾਂਗੇ। ਇੱਕ ਖਬਰ ਆਈ ਹੈ ਜੀ ਪੰਜਾਬ ਤੋਂ, ਇਹ ਕਿ ਪੰਜਾਬ ਸਰਕਾਰ ਜਦੋਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਕਈ ਸਾਰੇ ਵਾਅਦੇ ਕੀਤੇ ਸੀਗੇ। ਤੁਹਾਨੂੰ ਯਾਦ ਹੋਏਗਾ ਕਿ 121 ਸਫਿਆਂ ਦਾ ਇੱਕ ਚੁਣਾਵੀ ਮੈਨੀਫੈਸਟੋ ਜਿਹਨੂੰ ਕਹਿੰਦੇ ਆ, ਚੋਣ ਮੈਨੀਫੈਸਟੋ, ਚੋਣ ਪੱਤਰ ਜਿਹੜਾ ਜਾਰੀ ਕੀਤਾ ਗਿਆ ਸੀ ਕਾਂਗਰਸ ਸਰਕਾਰ ਵੱਲੋਂ, ਉਹਦੇ ਵਿੱਚ ਕਾਫੀ ਵੱਡੇ ਚੌੜੇ ਔਰ ਲੰਬੇ ਚੌੜੇ ਵਾਅਦੇ ਕੀਤੇ ਗਏ ਸੀਗੇ ਕਿ ਜੀ ਜਦੋਂ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਤਾਂ ਪਤਾ ਨਹੀਂ ਕੀ ਚਮਤਕਾਰ ਕਰ ਦਾਂਗੇ। ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਨੇ ਸਾਰੇ ਸੈਗਮੈਂਟਸ ਨੂੰ ਐਡਰੈਸ ਕੀਤਾ ਸੀ, ਉਹਦੇ ਵਿੱਚ ਕਿਸਾਨਾਂ ਦੇ ਬਾਰੇ ਵੀ ਗੱਲ ਕੀਤੀ, ਨੌਜਵਾਨਾਂ ਬਾਰੇ ਵੀ ਗੱਲ ਕੀਤੀ, ਰੋਜ਼ਗਾਰ ਦੀ ਵੀ ਗੱਲ ਕੀਤੀ, ਰੀਅਲ ਇਸਟੇਟ ਸੈਕਟਰ ਦੀ ਵੀ ਗੱਲ ਕੀਤੀ, ਜਿਹੜੀ ਇੰਡਸਟਰੀਜ਼ ਹੈ ਉਹਨਾਂ ਦਾ ਵੀ ਮਿਆਰ ਚੱਕਣ ਦੀ ਗੱਲ ਕੀਤੀ। ਸਾਰੇ ਵਾਅਦੇ ਜ਼ਿਆਦਾਤਰ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਸਿਆਸੀ ਪਾਰਟੀਆਂ ਚੋਣਾਂ ਦੌਰਾਨ ਕਰਦੀਆਂ ਨੇ, ਲੇਕਿਨ ਪੰਜਾਬ ਦੀ ਜਿਹੜੀ ਹੁਣ ਕਾਂਗਰਸ ਸਰਕਾਰ ਹੈ, ਪਿਛਲੇ ਅਸੈਂਬਲੀ ਇਲੈਕਸ਼ਨਾਂ ਦੇ ਦੌਰਾਨ ਉਹਨਾਂ ਨੇ ਜੋ ਲੰਬੇ ਚੌੜੇ ਵਾਅਦੇ ਕੀਤੇ, ਉਹਨਾਂ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ ਕਾਫੀ ਸਵਾਲ ਉਠਾਏ ਗਏ ਕਿ ਕਈ ਸਾਰੇ ਵਾਅਦੇ ਕੈਪਟਨ ਸਾਹਿਬ ਨੇ ਐਸੇ ਵੀ ਕਰ ਦਿੱਤੇ ਜਿਨ੍ਹਾਂ ਦੇ ਉੱਤੇ ਅਮਲ ਨਹੀਂ ਹੋ ਸਕਦਾ ਸੀਗਾ, ਔਰ ਜਿਨ੍ਹਾਂ 'ਤੇ ਅਮਲ ਹੋ ਵੀ ਸਕਦਾ ਸੀਗਾ, ਉਹ ਅੱਜ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹ ਵਾਅਦੇ ਅਜੇ ਪੂਰੇ ਹੁੰਦੇ ਕਿਤੇ ਦਿਖਾਈ ਨਹੀਂ ਦਿੰਦੇ। ਇੱਕ ਉਹਨਾਂ ਨੇ ਕਿਹਾ ਸੀ ਕਿ ਜੀ ਉਹ ਗੁਟਕਾ ਸਾਹਿਬ ਹੱਥ 'ਚ ਲੈ ਗਏ ਕਿ ਡਰੱਗਸ ਦੇ ਉੱਤੇ ਮੈਂ ਪੂਰੀ ਤਰ੍ਹਾਂ ਠੱਲ ਲਾ ਦਾਂਗਾ, ਨੋ ਟੋਲਰੈਂਸ ਪੋਲਿਸੀ ਅਸੀਂ ਅਪਣਾਵਾਂਗੇ। ਉਹ ਤੁਹਾਨੂੰ ਜਾਣਦੇ ਹੋ ਤੁਸੀਂ ਸਾਰੇ ਕਿ ਉਹਦੇ 'ਤੇ ਕੀ ਸੱਚਾਈ ਹੈ ਔਰ ਅੱਜ ਦੀ ਡੇਟ 'ਚ ਗਰਾਊਂਡ ਰਿਐਲਿਟੀ ਕੀ ਹੈਗੀ ਉਹਦੀ। ਇੱਕ ਵੱਡਾ ਵਾਅਦਾ ਉਹਨਾਂ ਨੇ ਹੋਰ ਕੀਤਾ ਸੀਗਾ, ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ, ਬੇਰੋਜ਼ਗਾਰ ਨੇ, ਉਹਨਾਂ ਨੂੰ ਇਹ ਕਿਹਾ ਕਿ ਉਹਨਾਂ ਨੂੰ ਡਿਜੀਟਲ ਜਿਹੜੀ ਇੰਡਸਟਰੀ ਹੈ, ਡਿਜੀਟਲ ਵਰਲਡ ਹੈ, ਉਹਦੇ ਨਾਲ ਜੋੜਨ ਵਾਸਤੇ ਇਹਨਾਂ ਸਾਰਿਆਂ ਨੂੰ ਸਮਾਰਟਫੋਨ ਦਿਆਂਗੇ। ਤੁਹਾਨੂੰ ਯਾਦ ਹੋਏਗਾ ਕਿ ਇਲੈਕਸ਼ਨਾਂ ਦੇ ਦੌਰਾਨ ਇੱਕ ਕਨੈਕਟ ਟੂ ਕੈਪਟਨ ਕਰਕੇ ਇੱਕ ਸਕੀਮ ਚਲਾਈ ਗਈ ਸੀ, ਇੱਕ ਵੈਬਸਾਈਟ ਬਕਾਇਦਾ ਬਣਾਈ ਗਈ, ਔਰ ਉਹਦੇ ਵਿੱਚ ਨੌਜਵਾਨਾਂ ਨੂੰ ਕਿਹਾ ਗਿਆ ਕਿ ਆਓ ਆਪਣਾ ਰਜਿਸਟ੍ਰੇਸ਼ਨ ਕਰਾਓ, ਔਰ ਕੈਪਟਨ ਸਾਹਿਬ ਨੇ ਇਹ ਵਾਅਦਾ ਕੀਤਾ ਕਿ ਜਦੋਂ ਮੇਰੀ ਸਰਕਾਰ ਬਣੇਗੀ, ਸਰਕਾਰ ਬਣਨ ਦੇ 100 ਦਿਨਾਂ ਦੇ ਵਿੱਚ ਮੈਂ ਇਹ ਜਿਹੜਾ ਨੌਜਵਾਨਾਂ ਨੂੰ ਸਮਾਰਟਫੋਨ ਦਾਂਗੇ। ਸਮਾਰਟਫੋਨ ਕੀ ਸੀ? 4G ਸਮਾਰਟਫੋਨ ਦਾ ਵਾਅਦਾ ਕੀਤਾ ਗਿਆ, ਔਰ ਤੁਹਾਨੂੰ ਦਰਸ਼ਕੋ ਇਹ ਦੱਸ ਦਈਏ ਕਿ ਇਸ ਦੌਰਾਨ 30 ਲੱਖ ਤੋਂ ਕਰੀਬ ਨੌਜਵਾਨਾਂ ਨੇ ਆਪਣੇ ਰਜਿਸਟ੍ਰੇਸ਼ਨ ਕਰਾਏ, ਔਰ ਕੈਪਟਨ ਸਾਹਿਬ ਨੇ ਤਾਂ ਇਹ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ 50 ਲੱਖ ਸਮਾਰਟਫੋਨ ਨੌਜਵਾਨਾਂ ਨੂੰ ਦੇਵਾਂਗੇ। ਹੁਣ ਤੁਸੀਂ ਇਹ ਸੋਚੋ ਕਿ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਜਾਂਦੇ ਨੇ, ਜਦੋਂ ਰਿਐਲਿਟੀ 'ਤੇ ਆ ਕੇ ਸੀਟ 'ਤੇ ਬਹਿ ਕੇ ਜਦੋਂ ਸਰਕਾਰ ਬਣ ਜਾਂਦੀ ਹੈ, ਜਦੋਂ ਮੁੱਖ ਮੰਤਰੀ ਆਪਣੀ ਗੱਦੀ 'ਤੇ ਬਹਿ ਜਾਂਦੇ ਹੈ, ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਨੂੰ ਇੰਪਲੀਮੈਂਟ ਕਰਨਾ ਪੈਂਦਾ, ਕੋਈ ਆ ਕੇ ਉਹਨਾਂ ਨੂੰ ਚੇਤਾ ਦਵਾਉਂਦਾ ਕਿ ਮਹਾਰਾਜ ਤੁਸੀਂ ਤਾਂ ਇਹ ਵਾਲਾ ਵਾਅਦਾ ਕਰ ਦਿੱਤਾ, ਇਹਨੂੰ ਕਿੱਦਾਂ ਪੂਰਾ ਕਰਨਾ, ਅਤੇ ਉਹਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਇੱਕ ਛੋਟੀ ਜਿਹੀ ਕੈਲਕੂਲੇਸ਼ਨ ਮੈਂ ਦੱਸਣਾ ਚਾਹਾਂਗਾ ਕਿ ਅਗਰ ਇੱਕ ਓਪੋਜੀਸ਼ਨ ਪਾਰਟੀ, ਆਮ ਆਦਮੀ ਪਾਰਟੀ ਦੇ ਇਹਦੇ ਨੇਤਾਵਾਂ ਨੇ ਵੀ ਗੱਲ ਚੁੱਕੀ ਸੀਗੀ ਕਿ ਅਗਰ 50 ਲੱਖ ਫੋਨ ਕੈਪਟਨ ਸਰਕਾਰ ਨੇ ਦੇਣੇ ਹੈ, ਔਰ ਤੁਸੀਂ ਮਿਨੀਮਮ ਕੋਸਟ 4G ਫੋਨ ਜੋ ਮਾਰਕੀਟ ਦੀ ਹੋਏਗੀ, ਤੁਸੀਂ ਉਸ ਤੋਂ ਵੀ ਮਿਨੀਮਮ ਲਗਾ ਕੇ ਚੱਲੋ, 4,000 ਰੁਪਏ ਦਾ ਇੱਕ ਸਮਾਰਟਫੋਨ ਹੋਏ, 50 ਲੱਖ ਬੱਚਿਆਂ ਨੂੰ ਦੇਣਾ, 50 ਲੱਖ ਨੌਜਵਾਨਾਂ ਨੂੰ ਤੁਸੀਂ ਸਮਾਰਟਫੋਨ ਵੰਡਣੇ ਹੈ, ਤੁਹਾਨੂੰ ਪਤਾ ਤੁਹਾਨੂੰ ਕਿੰਨੇ ਪੈਸੇ ਪੰਜਾਬ ਸਰਕਾਰ ਨੂੰ ਖਰਚ ਕਰਨੇ ਪੈਣਗੇ? 2,000 ਕਰੋੜ ਰੁਪਏ। ਜੀ ਹਾਂ, 2,000 ਕਰੋੜ ਰੁਪਏ ਤਾਂ ਸਿਰਫ ਸਮਾਰਟਫੋਨ ਦਾ ਇਹ ਵਾਅਦਾ ਪੂਰਾ ਕਰਨ ਵਾਸਤੇ ਕੈਪਟਨ ਸਰਕਾਰ ਨੂੰ ਅੱਜ ਚਾਹੀਦੇ ਹੈ। ਲੇਕਿਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਬਜਟ ਐਲੋਕੇਸ਼ਨ ਹੁੰਦੀ ਹੈ, ਜਿਹੜੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ, ਉਹ ਵੀ ਮੀਡੀਆ ਦੇ ਵਿੱਚ ਬੜੇ ਵੱਧ ਚੜ੍ਹ ਕੇ ਬਿਆਨ ਦਿੰਦੇ ਨੇ, ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਇਹ ਕਿਹਾ ਕਿ ਅਸੀਂ 10 ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਪ੍ਰੋਵੀਜ਼ਨ ਰੱਖਿਆ ਹੋਇਆ, ਅਸੀਂ 10 ਕਰੋੜ ਰੁਪਏ ਅਲੱਗ ਕਰਕੇ ਰੱਖੇ ਹੋਏ ਨੇ, ਅਸੀਂ ਇਹਨਾਂ ਦੇ ਸਮਾਰਟਫੋਨ ਵੰਡਾਂਗੇ। ਕਿੱਥੇ 2,000 ਕਰੋੜ ਰੁਪਏ, ਕਿੱਥੇ ਸਿਰਫ 10 ਕਰੋੜ ਰੁਪਏ। ਹੁਣ ਇਹ ਸਮਾਰਟਫੋਨ ਉਹਨਾਂ ਨੇ ਐਲਾਨ ਕੀਤਾ ਥੋੜ੍ਹੇ ਦਿਨ ਪਹਿਲਾਂ ਕਿ ਇਸ ਦੀਵਾਲੀ ਤੱਕ ਨੌਜਵਾਨਾਂ ਨੂੰ ਦੇ ਦਿੱਤੇ ਜਾਣਗੇ, ਜਾਂ ਕਿ ਜੋ ਨੌਜਵਾਨ ਬੜੀ ਸ਼ਿੱਦਤ ਨਾਲ, ਬੜੀ ਬੇਸਬਰੀ ਨਾਲ ਉਸ ਸਮਾਰਟਫੋਨ ਦਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਦੀਵਾਲੀ ਤੱਕ ਇਹ ਫੋਨ ਮਿਲ ਜਾਏਗਾ। ਇਹ ਗੱਲ ਤੁਹਾਨੂੰ ਕਿੰਨੀ ਲੌਜੀਕਲ ਔਰ ਕਿੰਨੀ ਇਲੌਜੀਕਲ ਲੱਗਦੀ ਹੈ ਕਿ ਕਿਆ ਪੰਜਾਬ ਦੇ ਵਿੱਚ ਅੱਜ 50 ਲੱਖ ਕਹੋ ਜਾਂ 30 ਲੱਖ ਕਹੋ, ਮੈਨੂੰ ਕੋਈ 2 ਲੱਖ ਨੌਜਵਾਨ ਵੀ ਐਸੇ ਲੱਭ ਕੇ ਕੋਈ ਦਿਖਾ ਦੇ ਜਿਨ੍ਹਾਂ ਦੇ ਹੱਥ ਵਿੱਚ ਮੋਬਾਈਲ ਫੋਨ ਅੱਜ ਨਹੀਂ ਹੋਏਗਾ। ਕੋਈ ਵੀ ਮਾੜੇ ਤੋਂ ਮਾੜਾ ਨੌਜਵਾਨ ਹੋਏ, ਚੰਗੇ ਤੋਂ ਚੰਗੇ, ਉਹਨਾਂ ਕੋਲ ਮੋਬਾਈਲ ਫੋਨ ਭਾਵੇਂ ਸਸਤੇ ਤੋਂ ਸਸਤਾ ਹੋਏ, ਐਵਰੀਬਡੀ ਵਿਲ ਹੈਵ ਇਟ, ਸਾਰਿਆਂ ਦੇ ਕੋਲੋਂ ਮੋਬਾਈਲ ਫੋਨ ਹੋਣਗੇ। ਲੇਕਿਨ
ਕਿਉਂਕਿ ਪੋਲੀਟੀਕਲ ਮਾਈਲੇਜ ਲੈਣੀ ਹੈ, ਕਿਉਂਕਿ ਨੌਜਵਾਨਾਂ ਨਾਲ ਵਾਅਦਾ ਕੀਤਾ ਹੈ। ਇਸ ਵਾਸਤੇ ਹੁਣ ਸਰਕਾਰ 50 ਲੱਖ ਫੋਨ ਖਰੀਦੇਗੀ ਸਰਕਾਰੀ ਖਜ਼ਾਨੇ 'ਚੋਂ, ਔਰ ਉਹ 50 ਲੱਖ ਫੋਨ ਨੌਜਵਾਨਾਂ ਨੂੰ ਦਿੱਤੇ ਜਾਣਗੇ, ਭਲੇ ਹੀ ਉਹਨੂੰ ਇਸਤੇਮਾਲ ਕਰਨ ਜਾਂ ਨਾ ਕਰਨ। ਤੁਹਾਨੂੰ ਇੱਕ ਚੀਜ਼ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਕੀ ਹੁੰਦਾ, ਅਲੱਗ ਅਲੱਗ ਸੂਬੇ ਦੇ ਵਿੱਚ ਜਿਹੜੀ ਪਾਰਟੀਆਂ ਆਉਂਦੀਆਂ ਨੇ, ਉਹ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ, ਆਪਣੀ ਸਿਆਸੀ ਲਾਹੇਬੰਦੀ ਦੇ ਹਿਸਾਬ ਨਾਲ, ਆਪਣੀ ਪੋਲੀਟੀਕਲ ਮਾਈਲੇਜ ਲੈਣ ਦੇ ਆਧਾਰ 'ਤੇ ਅਲੱਗ ਅਲੱਗ ਬੇਸਿਰ ਪੈਰ ਦੇ ਵਾਅਦੇ ਕਰਦੀਆਂ ਨੇ। ਅਗਰ ਤੁਹਾਨੂੰ ਯਾਦ ਹੋਏ, ਉੱਤਰ ਪ੍ਰਦੇਸ਼ ਦੀ ਤੁਸੀਂ ਗੱਲ ਕਰਕੇ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ, ਉੱਤਰ ਪ੍ਰਦੇਸ਼ ਦੀ ਸਿਆਸਤ ਜਿਹੜੀ ਹੈ, ਇਸ ਨੂੰ ਇੱਕ ਤੁਸੀਂ ਇੱਕ ਇਗਜ਼ਾਮਪਲ ਲੈ ਸਕਦੇ ਹੋ। ਅਖਿਲੇਸ਼ ਯਾਦਵ ਦੀ ਸਰਕਾਰ ਸੀਗੀ, ਮੁਲਾਇਮ ਸਿੰਘ ਯਾਦਵ ਉਹਨਾਂ ਦੇ ਪਿਤਾ ਜੀ ਸ੍ਰੇ, ਅਖਿਲੇਸ਼ ਯਾਦਵ ਦੇ ਹੱਥ 'ਚ ਚਾਬੀ ਦੇ ਦਿੱਤੀ, ਅਖਿਲੇਸ਼ ਯਾਦਵ ਬਣ ਗਏ CM। ਉਹਨਾਂ ਨੇ ਵਾਅਦਾ ਕੀ ਕੀਤਾ ਸੀ, ਜਦੋਂ ਅਸੀਂ ਆਵਾਂਗੇ ਸਰਕਾਰ ਸਾਡੀ ਬਣੇਗੀ ਸਮਾਜਵਾਦੀ ਪਾਰਟੀ ਦੀ ਉੱਤਰ ਪ੍ਰਦੇਸ਼ 'ਚ, ਅਤੇ ਅਸੀਂ ਸਾਰੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ, 10ਵੀਂ ਪਾਸ ਨੇ ਮੁੰਡੇ, ਬੇਰੁਜ਼ਗਾਰ ਬੱਚੇ ਨੇ, ਉਹ ਜਿਹੜੇ 11ਵੀਂ ਜਾਂ 12ਵੀਂ ਪੜ੍ਹਦੇ ਨੇ, ਹਾਇਰ ਐਜੂਕੇਸ਼ਨ ਲੈ ਰਹੇ, ਅਸੀਂ ਇਹਨਾਂ ਨੂੰ ਸਾਰਿਆਂ ਨੂੰ ਲੈਪਟਾਪ ਦਾਂਗੇ। ਤੁਹਾਨੂੰ ਯਾਦ ਹੋਏਗਾ 2800 ਕਰੋੜ ਰੁਪਏ ਦਾ ਬਜਟ UP ਨੇ ਰੱਖਿਆ, ਉੱਤਰ ਪ੍ਰਦੇਸ਼ ਸਰਕਾਰ ਨੇ ਰੱਖਿਆ ਸਿਰਫ ਲੈਪਟਾਪ ਵੰਡਣ ਵਾਸਤੇ, ਔਰ ਇਹ ਲੈਪਟਾਪ ਵੰਡੇ ਵੀ। ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਅਖਿਲੇਸ਼ ਯਾਦਵ ਨੇ ਆਪਣਾ ਵਾਅਦਾ ਪੂਰਾ ਕੀਤਾ। TV ਮੀਡੀਆ ਵਿੱਚ ਤੁਸੀਂ ਵੀ ਦੇਖਿਆ ਹੋਣਾ, ਕਈ ਜਗ੍ਹਾ ਰਿਪੋਰਟਸ ਦੇ ਵਿੱਚ ਕਿ ਇੱਕ ਸਟੇਜ ਸੀਗਾ, ਬੱਚੇ ਸਾਰੇ ਬੈਠੇ ਸੀ, ਉਹਨਾਂ ਨੂੰ ਲੈਪਟਾਪ ਵੰਡੇ, ਅਖਿਲੇਸ਼ ਯਾਦਵ ਨੇ ਉਹਨਾਂ ਨੂੰ ਲੈਪਟਾਪ ਦੇ ਦਿੱਤੇ। ਪਰ ਕਿੰਨੇ ਮਜ਼ਾਕੀਆ ਗੱਲ ਹੈ ਲੱਗਦੀ ਹੈ, ਕਿੰਨਾ ਇਹ ਬੇਸਿਰ ਪੈਰ ਦੀ ਗੱਲ ਲੱਗਦੀ ਹੈ ਕਿ ਉਸ ਸਰਕਾਰ ਨੇ ਆਪਣੇ ਬੱਚਿਆਂ ਨੂੰ 13,450 ਜਾਂ ਇਸ ਕੋਸਟ 'ਤੇ ਇੱਕ ਇੱਕ ਲੈਪਟਾਪ ਲਿਆ ਗਿਆ, 2800 ਕਰੋੜ ਰੁਪਏ ਦਾ ਬਜਟ ਸੀਗਾ, ਬੱਚਿਆਂ ਨੂੰ ਲੈਪਟਾਪ ਵੰਡੇ। ਤੁਹਾਨੂੰ ਪਤਾ ਹੈ ਬੱਚਿਆਂ ਨੇ ਉਹ ਲੈਪਟਾਪ ਜਾ ਕੇ ਲਖਨਊ ਦੇ ਸ਼ਹਿਰਾਂ 'ਚ, ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਅੱਧੇ ਘੰਟੇ ਦੇ ਵਿੱਚ ਮਾਰਕੀਟ ਦੇ ਵਿੱਚ ਜਾ ਕੇ ਵੇਚ ਦਿੱਤੇ। ਕਿਉਂ ਵੇਚੇ? ਇਹ ਸੁਣ ਕੇ ਤੁਹਾਨੂੰ ਹੈਰਾਨਗੀ ਹੋਏਗੀ ਕਿ ਕਈ ਜਿਹੜੇ ਐਸੇ ਪਿੰਡਾਂ ਦੇ ਬੱਚਿਆਂ ਨੂੰ ਮੁਲਾਇਮ ਸਿੰਘ ਯਾਦਵ ਔਰ ਅਖਿਲੇਸ਼ ਯਾਦਵ ਨੇ ਬੜੇ ਜ਼ੋਰ ਸ਼ੋਰ ਨਾਲ ਮੀਡੀਆ ਕਵਰੇਜ ਦੇ ਵਿੱਚ ਸ਼ਲਾਘਾ ਲੈਣ ਦੇ ਲਈ ਉਹਨਾਂ ਬੱਚਿਆਂ ਨੂੰ ਲੈਪਟਾਪ ਦੇ ਦਿੱਤੇ ਸੀਗੇ ਜਿਨ੍ਹਾਂ ਦੇ ਪਿੰਡ ਵਿੱਚ ਬਿਜਲੀ ਵੀ ਨਹੀਂ ਸੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮੋਬਾਈਲ ਹੈ, ਹੁਣ ਜਿਹੜਾ ਲੈਪਟਾਪ ਹੈ ਚਾਰਜ ਕਿੱਥੇ ਹੋਏਗਾ, ਇੰਟਰਨੈਟ ਕਨੈਕਸ਼ਨਸ ਨਹੀਂ ਸੀਗੇ, ਅਤੇ ਇਸ ਚੱਕਰ 'ਚ ਕਈ ਜਗ੍ਹਾ ਬੱਚਿਆਂ ਨੇ ਜਾ ਕੇ ਲੈਪਟਾਪ ਲਿਆ, ਅੱਧੇ ਘੰਟੇ ਬਾਅਦ ਜਾ ਕੇ ਉਹ ਬਾਜ਼ਾਰਾਂ ਦੇ ਵਿੱਚ ਵਿਕਿਆ। ਪਤਾ ਕਿੰਨੇ ਕਿੰਨੇ ਦਾ? 500-500 ਰੁਪਏ ਦਾ, 1,000-1,000 ਰੁਪਏ ਦਾ। ਲਖਨਊ ਦੇ ਬਾਜ਼ਾਰਾਂ ਦੇ ਵਿੱਚ ਕਈ ਸਕੂਲਾਂ ਦੇ ਬੱਚੇ ਆ ਕੇ ਲੈਪਟਾਪ ਵੇਚ ਕੇ ਚਲੇ ਗਏ, ਕਈਆਂ ਨੇ ਜਾ ਕੇ ਉਹਦੇ 'ਚ ਸਪੀਕਰ ਲਵਾਏ ਵੀ ਅਸੀਂ ਗਾਣੇ ਕਿੱਦਾਂ ਸੁਣ ਸਕਦੇ ਹਾਂ, ਕਈਆਂ ਨੇ ਜਾ ਕੇ ਦੁਕਾਨਦਾਰਾਂ ਨੂੰ ਇਹ ਕਿਹਾ ਵੀ ਸਾਨੂੰ ਇਹਦੇ 'ਚ ਫਿਲਮ ਕਿੱਦਾਂ ਦੇਖ ਸਕਦੇ ਹਾਂ। ਤੁਸੀਂ ਇਹ ਸਿਰਫ ਦੇਖੋ, ਸਿਰਫ ਆਪਣੀ ਪੋਲੀਟੀਕਲ ਮਾਈਲੇਜ ਲੈਣ ਦੇ ਲਈ ਉੱਤਰ ਪ੍ਰਦੇਸ਼ ਦੀ ਸਰਕਾਰ ਨੇ 2800 ਕਰੋੜ ਰੁਪਏ, ਮੈਂ ਕਹਾਂਗਾ, ਫੂਕ ਦਿੱਤੇ। ਉਸ ਤੋਂ ਬਾਅਦ ਹੁਣ ਇਹ ਹੀ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਹੁਣ ਇਹ ਨੌਜਵਾਨਾਂ ਦਾ ਜਿਹੜਾ ਵੋਟ ਬੈਂਕ ਹੈ, ਉਹਨੂੰ ਪਕੜ ਕੇ ਰੱਖਣ ਵਾਸਤੇ, ਉਹਨੂੰ ਕੰਟਰੋਲ ਕਰਨ ਵਾਸਤੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੈਪਟਨ ਸਰਕਾਰ 2000 ਕਰੋੜ ਰੁਪਏ ਦਾ ਵਾਅਦਾ ਕਰਕੇ ਆਈ ਹੋਈ ਹੈ। 2000 ਕਰੋੜ ਰੁਪਏ ਤਾਂ ਉਹਨਾਂ ਕੋਲ ਹੋਣੇ ਨਹੀਂ, ਕਿਉਂਕਿ ਜਦੋਂ ਦੇ ਉਹ ਸੀਟ 'ਤੇ ਬੈਠੇ ਨੇ, ਜਦੋਂ ਦੇ ਪਾਵਰ 'ਚ ਆਏ ਨੇ, ਸਰਕਾਰੀ ਖਜ਼ਾਨਾ ਤਾਂ ਉਹਨਾਂ ਨੂੰ ਖਾਲੀ ਮਿਲਿਆ। ਉਹ ਇਸ ਚੀਜ਼ ਦੀ ਦੁਹਾਈ ਦਿੰਦੇ ਨੇ ਹਰ ਵਾਰ, ਉਹ ਕਹਿੰਦੇ ਨੇ ਕਿ ਕਿਸਾਨਾਂ ਦਾ ਕਰਜ਼ਾ ਅਸੀਂ ਮਾਫ਼ ਕਰਨ ਦਾ ਕਿਹਾ ਸੀਗਾ, ਲੇਕਿਨ ਇਹਨੂੰ ਕਿਸ਼ਤਾਂ 'ਚ ਕਰਾਂਗੇ, ਅਸੀਂ ਥੋੜ੍ਹੇ ਥੋੜ੍ਹੇ ਕਰਕੇ ਕਰਾਂਗੇ। ਲੱਖਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਔਰ ਹਾਲੇ ਕੁਛ ਲੋਕਾਂ ਦੇ, ਕੁਛ ਕਿਸਾਨਾਂ ਦੇ ਹੀ ਕਰਜ਼ੇ ਮਾਫ਼ ਹੋਏ ਨੇ, ਔਰ ਤੁਸੀਂ ਦੇਖ ਰਹੇ ਹੋ ਕਿ ਸਿਰਫ ਕਿਸ਼ਤਾਂ ਦੇ ਵਿੱਚੋਂ ਪੈਸਾ ਦਿੱਤਾ ਜਾ ਰਿਹਾ, ਕਿਉਂਕਿ ਖਜ਼ਾਨੇ 'ਚ ਪੈਸਾ ਹੀ ਨਹੀਂ ਹੈ। ਉਸ ਤੋਂ ਬਾਅਦ ਇਹ ਸਵਾਲ ਵੀ ਉੱਠਣ ਲੱਗੇ, ਚਲੋ ਜੀ ਕਿਸਾਨਾਂ ਦੀ ਤਾਂ ਸ਼ੁਰੂਆਤ ਕੀਤੀ ਹੈ, ਨੌਜਵਾਨਾਂ ਨੂੰ ਸਮਾਰਟਫੋਨ ਕੌਣ ਦੇਗਾ? ਸਮਾਰਟਫੋਨ ਹੁਣ ਦੇਣ ਦੀ ਸ਼ੁਰੂਆਤ ਦੀਵਾਲੀ ਤੋਂ ਹੋਣ ਜਾ ਰਹੀ ਹੈ, ਇਹ ਹਿਸਾਬ ਹੁਣ ਥੋੜ੍ਹੇ ਦਿਨ 'ਚ ਫਿਗਰ ਨਿਕਲ ਕੇ ਆਏਗੀ ਵੀ ਕਿੰਨਾ ਪੈਸਾ ਸਰਕਾਰ ਖਰਚ ਕਰਨ ਜਾ ਰਹੀ ਹੈ। ਲੇਕਿਨ ਮਨਪ੍ਰੀਤ ਬਾਦਲ ਨੇ ਤਾਂ ਇਹ ਕਹਿਤਾ ਸੀ ਵੀ 10 ਕਰੋੜ ਰੁਪਏ ਤਾਂ ਅਸੀਂ ਰੱਖੇ ਹੋਏ ਨੇ, 2000 ਕਰੋੜ ਰੁਪਏ ਦੀ ਆਈਟਮ ਚੁਣਾਵੀ ਵਾਅਦਾ, ਔਰ 10 ਕਰੋੜ ਰੁਪਏ ਦੇ ਨਾਲ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬਾਕੀ ਦੇ ਪੈਸੇ ਕਿੱਥੋਂ ਆਉਣਗੇ, ਕਦੋਂ ਪੂਰਾ ਹੋਏਗਾ ਵਾਅਦਾ, ਇਹ ਤਦ ਤੱਕ ਤਾਂ ਸਰਕਾਰ ਦੇ 5 ਸਾਲ ਨਿਕਲ ਜਾਣਗੇ, ਇਹ ਜ਼ਾਹਿਰ ਜੀ ਗੱਲ। ਲੇਕਿਨ ਇਹ ਸਾਡੀਆਂ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ, ਜਿਹੜੇ ਵੀ ਮੁੱਖ ਮੰਤਰੀ ਸੂਬੇ ਦੇ ਬਣਦੇ ਨੇ, ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਪੰਜਾਬ ਦੇ ਸਾਰੇ ਜਿਹੜੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੀ ਗੱਲ ਕਰ ਰਹੇ ਨੇ, ਕਿਆ ਜਿਹੜੇ ਸੂਬੇ ਦੇ ਵਿੱਚ ਸਰਕਾਰ ਬਣ ਜਾਂਦੀ ਹੈ, ਜਿਹੜਾ ਮੁੱਖ ਮੰਤਰੀ ਆਪਣੀ ਗੱਦੀ 'ਤੇ ਬੈਠ ਜਾਂਦਾ ਹੈ, ਕਿਆ ਸਰਕਾਰੀ ਖਜ਼ਾਨੇ ਉਹਦੀ ਮਿਲਕੀਅਤ ਹੋ ਜਾਂਦੇ ਨੇ? ਕਿਆ ਸਰਕਾਰੀ ਖਜ਼ਾਨੇ ਉਹਨਾਂ ਦੀ ਜਾਗੀਰ ਹੋ ਜਾਂਦੇ ਨੇ ਕਿ ਸਿਰਫ ਆਪਣੇ ਵਾਅਦੇ ਪੂਰੇ ਕਰਨ ਵਾਸਤੇ, ਕਿਆ ਸਿਰਫ ਆਪਣੀ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਉਹ ਸਰਕਾਰੀ ਖਜ਼ਾਨੇ ਨੂੰ ਲੁਟਾਉਣ? ਇਹ ਸਵਾਲ ਮੈਂ ਪੰਜਾਬ ਦੇ ਬਾਰੇ ਵੀ ਕਰਨਾ ਚਾਹ ਰਿਹਾ, ਕਿਉਂਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਤਾਂ ਵੈਸੇ ਹੀ ਖਾਲੀ ਹੈ। ਪੰਜਾਬ ਦੇ ਵਿੱਚ ਅੱਜ ਕਿੰਨੇ ਸਾਰੇ ਅਸਲੀ ਮੁੱਦੇ ਨੇ ਜਿਨ੍ਹਾਂ ਬਾਰੇ ਗੱਲ ਕਰਨ ਦੀ ਲੋੜ ਹੈ? ਐਜੂਕੇਸ਼ਨ ਬਾਰੇ ਗੱਲ ਕਰਨ ਦੀ ਲੋੜ ਹੈ, ਹਸਪਤਾਲਾਂ ਦਾ ਮਿਆਰ ਚੁੱਕਣ ਦੀ ਲੋੜ ਹੈ, ਇਹ ਸਾਰੀ ਚੀਜ਼ਾਂ ਵੱਲ ਤਾਂ ਸਰਕਾਰ ਨੇ ਕਿੰਨਾ ਪੈਸਾ ਖਰਚ ਕੀਤਾ ਹੋਣਾ, ਇਹਦਾ ਤਾਂ ਕੋਈ ਹਿਸਾਬ ਹੈ ਨਹੀਂ, ਨਾ ਹਾਲੇ ਕੋਈ ਚੀਜ਼ ਐਸੀ ਕੋਈ ਨਿਕਲ ਕੇ ਆਈ ਹੈ। ਕਿਆ ਕੈਪਟਨ ਸਰਕਾਰ ਇਸ ਬਾਰੇ ਜਵਾਬ ਦੇਗੀ? ਜਦੋਂ ਦੇ ਨਵੇਂ ਆਪਣੇ ਸਰਕਾਰ ਉਹਨਾਂ ਦੀ ਬਣੀ ਹੈ, ਉਹਨਾਂ ਨੇ ਕਿੰਨੇ ਸਕੂਲ ਕਾਲਜਿਸ ਬਣਾਏ, ਕਿੰਨੀਆਂ ਯੂਨੀਵਰਸਿਟੀਆਂ ਬਣਾਈਆਂ,
ਲੇਕਿਨ ਹੁਣ ਸਿਰਫ ਇੱਕ ਚੁਣਾਵੀ ਵੋਟ ਬੈਂਕ ਹੈ। ਤੁਸੀਂ ਇਹ ਵੀ ਗੱਲ ਦੇਖੋ, ਅਗਰ ਤੁਸੀਂ ਵਾਅਦਾ ਕੀਤਾ ਤਾਂ ਤੁਸੀਂ ਨੌਜਵਾਨਾਂ ਨੂੰ ਨਾਰਾਜ਼ ਵੀ ਨਹੀਂ ਕਰ ਸਕਦੇ। ਇਹ ਵੀ ਤਾਂ ਸੋਚੋਗੇ ਕਿ ਅਗਲੀ ਵਾਰੀ ਹੁਣ ਜਦੋਂ ਇਲੈਕਸ਼ਨਾਂ 'ਚ ਜਾਵਾਂਗੇ ਤਾਂ ਇਹ ਨੌਜਵਾਨ ਫਿਰ ਮਿਲਣਗੇ ਸਾਨੂੰ, ਇਹੀ ਸਾਡੇ ਵਾਸਤੇ ਕੈਂਪੇਨ ਕਰਨਗੇ, ਇਹੀ ਸਾਡੇ ਵਾਸਤੇ ਸਾਰਾ ਹੋਰ ਪ੍ਰਬੰਧ ਕਰਨਗੇ, ਅਸੀਂ ਇਹਨਾਂ ਨੌਜਵਾਨਾਂ ਨੂੰ ਨਾਰਾਜ਼ ਕਿੱਦਾਂ ਕਰ ਸਕਦੇ ਹਾਂ? ਭਲੇ ਹੀ ਉਹਨਾਂ ਨੂੰ ਇੱਕ ਸਮਾਰਟਫੋਨ ਦੀ ਲੋੜ ਹੋਏ ਨਾ ਹੋਏ, ਇਹ ਤੁਸੀਂ ਮੰਨ ਕੇ ਚੱਲੋ ਕਿ ਪੰਜਾਬ ਦੇ ਸਾਡੇ ਮੁੰਡੇ ਖੁੰਡੇ ਜਿਹੜੇ ਨੌਜਵਾਨ ਨੇ ਕਿ ਬਿਨਾਂ ਮੋਬਾਈਲ ਫੋਨਾਂ ਦੇ ਤੁਰ ਰਹੇ ਹੋਣਗੇ ਅੱਜ ਦੀ ਡੇਟ 'ਚ, ਉਹਨਾਂ ਦੇ ਕੋਲ ਸ਼ਾਇਦ ਬਿਹਤਰ ਮੋਬਾਈਲ ਫੋਨ ਹੋਣਗੇ, ਲੇਕਿਨ ਸਰਕਾਰ ਉਹਨਾਂ ਨੂੰ ਇੱਕ ਮੋਬਾਈਲ ਫੋਨ ਹੋਣ ਦੇਣ ਜਾ ਰਹੀ ਹੈ। ਸ਼ਾਇਦ ਤੁਸੀਂ ਇਹ ਵੀ ਮੰਨ ਕੇ ਚੱਲੋ, ਕਿਆ ਉੱਤਰ ਪ੍ਰਦੇਸ਼ ਵਾਲੀ ਚੀਜ਼ ਪੰਜਾਬ 'ਚ ਰਿਪੀਟ ਨਹੀਂ ਹੋ ਸਕਦੀ? ਕਿਆ ਇਹੋ ਮੋਬਾਈਲ ਫੋਨ 200-200 ਰੁਪਏ ਦੇ, 500-500 ਰੁਪਏ ਦੇ ਬਾਜ਼ਾਰਾਂ ਵਿੱਚ ਨਹੀਂ ਵਿਕਣਗੇ, ਮੁੰਡੇ ਜਾ ਕੇ ਵਾ ਕੇ ਬਾਜ਼ਾਰਾਂ 'ਚ ਨਹੀਂ ਵੇਚ ਕੇ ਆ ਜਾਣਗੇ? ਇਹ ਚੀਜ਼ ਵੀ ਹੋ ਸਕਦੀ ਹੈ, ਲੇਕਿਨ ਸਿਰਫ ਮਾਈਲੇਜ ਲੈਣ ਵਾਸਤੇ। ਪੰਜਾਬ ਸਰਕਾਰ ਦੀ ਮੈਂ ਤੁਹਾਨੂੰ ਇੱਕ ਹੋਰ ਬੜੀ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਣਾ ਚਾਹਾਂਗਾ, 21 ਕਰੋੜ ਰੁਪਏ ਪੰਜਾਬ ਸਰਕਾਰ ਨੇ ਪਿਛਲੇ ਆਪਣੇ ਫਾਈਨੈਂਸ਼ੀਅਲ ਬਜਟ ਵਿੱਚ ਪਤਾ ਕਿਸ ਚੀਜ਼ ਦੇ ਰੱਖੇ ਸੀਗੇ? ਸਕੂਲਾਂ ਦੇ ਬੈਂਚ ਖਰੀਦਣ ਵਾਸਤੇ। ਔਰ ਇਹ ਵੀ ਨਿਕਲਿਆ ਕਿ ਆਇਆ ਕਿ ਪਿਛਲੇ ਸਾਲ ਜਿਹੜਾ ਫਾਈਨੈਂਸ਼ੀਅਲ ਈਅਰ 31 ਮਾਰਚ ਨੂੰ ਇਸ ਸਾਲ ਖਤਮ ਹੋਇਆ, ਉਸ ਸਾਲ ਦੇ ਵਿੱਚ ਇਸ 21 ਕਰੋੜ ਦੇ ਵਿੱਚੋਂ ਇੱਕ ਸਿੰਗਲ ਪੈਸਾ ਵੀ ਖਰਚ ਨਹੀਂ ਕੀਤਾ ਗਿਆ। ਕਿਉਂ ਨਹੀਂ ਖਰਚ ਕੀਤਾ ਗਿਆ? ਕਿਉਂ ਜੀ ਪਰਚੇਜ਼ ਆਰਡਰ ਨਹੀਂ ਹੋਏ, ਟੈਂਡਰ ਪੂਰੇ ਨਹੀਂ ਹੋਏ, ਡਾਇਰੈਕਟਰ ਐਜੂਕੇਸ਼ਨ ਜਿਹੜੇ ਹੈਗੇ ਸੀ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਤਾਂ ਪ੍ਰੋਸੈਸ ਹੀ ਪੂਰਾ ਨਹੀਂ ਹੋਇਆ, ਅਤੇ 21 ਕਰੋੜ ਰੁਪਏ ਸੀਗੇ ਜਿਹੜੇ ਵਿੱਚੋਂ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ। ਔਰ ਉਸ ਤੋਂ ਬਾਅਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੋ ਨਵਾਂ ਫਾਈਨੈਂਸ਼ੀਅਲ ਈਅਰ ਹੁਣ ਚੱਲ ਰਿਹਾ 2018-2019, ਸਕੂਲ ਦੇ ਬੈਂਚਾਂ ਦੀ ਖਰੀਦ ਵਾਸਤੇ 23 ਕਰੋੜ ਰੁਪਏ ਦਾ ਹੋਰ ਪ੍ਰੋਵੀਜ਼ਨ ਰੱਖਿਆ। ਉਹਨਾਂ ਨੇ ਕਿਹਾ ਕਿ ਮੈਂ 23 ਕਰੋੜ ਰੁਪਏ ਦਾ ਹੋਰ ਪ੍ਰੋਵੀਜ਼ਨ ਕਰ ਰਿਹਾ ਵਿਦਆਊਟ ਕੰਸੀਡਰਿੰਗ ਐਟ ਕਿ ਪਿਛਲੇ ਸਾਲ ਦੇ ਪੈਸੇ ਵਿੱਚੋਂ ਤਾਂ ਇੱਕ ਪੈਸਾ ਵੀ ਖਰਚ ਨਹੀਂ ਹੋਇਆ। ਸਵਾਲ ਸਾਡਾ ਇਹ ਹੈ, ਮੈਂ ਤੁਹਾਡੇ ਸਾਰੇ ਦਰਸ਼ਕਾਂ ਦੀ ਰਾਏ, ਤੁਹਾਡਾ ਸਲਾਹ ਮਸ਼ਵਰਾ ਇਸ 'ਤੇ ਬਾਰੇ, ਤੁਹਾਡੀ ਜੋ ਵੈਲਿਊਬਲ ਰਾਏ ਹੈ, ਸਾਡੇ ਜੋ ਸਾਡੇ ਸੂਝਵਾਨ ਦਰਸ਼ਕ ਸਾਨੂੰ ਦੇਖ ਰਹੇ ਨੇ, ਉਹ ਇਸ ਮੁੱਦੇ 'ਤੇ ਗੱਲ ਕਰਨ ਕਿ ਉਹਨਾਂ ਦੇ ਦਿਲ 'ਤੇ ਕਿੰਨੀ ਚੋਟ ਲੱਗਦੀ ਹੈ ਜਦੋਂ ਇਹ ਸਭ ਕੁਝ ਹੁੰਦਾ ਹੋਇਆ ਦੇਖਦੇ ਨੇ ਆਪਣੇ ਉਸ ਪੰਜਾਬ ਦੇ ਵਿੱਚ। ਅੱਜ ਪੰਜਾਬ ਦੇ ਵਿੱਚ ਉਹ ਸਾਰੇ ਇਹ ਚੀਜ਼ਾਂ ਦਾ ਹੋ ਰਿਹਾ ਕਿ ਨਾ ਸਕੂਲਾਂ ਦੇ ਬੈਂਚ ਖਰੀਦਣ ਦੇ ਪੈਸੇ ਨਹੀਂ ਹੈ, ਹੈਗੇ ਵੀ ਹੈ ਤਾਂ ਉਹਨੂੰ ਖਰਚ ਕਰਨ ਵੱਲ ਕਿਸੇ ਦਾ ਧਿਆਨ ਨਹੀਂ, ਹਸਪਤਾਲਾਂ ਦਾ ਮਿਆਰ ਕੋਈ ਨਹੀਂ ਚੁੱਕ ਰਿਹਾ, ਨੌਜਵਾਨਾਂ ਨੂੰ ਅੱਜ ਰੋਜ਼ਗਾਰ ਚਾਹੀਦਾ ਪੰਜਾਬ ਦੇ ਵਿੱਚ, ਸਮਾਰਟਫੋਨ ਨਹੀਂ ਚਾਹੀਦਾ, ਉਹਨਾਂ ਨੂੰ ਨੌਕਰੀ ਚਾਹੀਦੀ ਆਪਣਾ ਘਰ ਚਲਾਉਣ ਵਾਸਤੇ, ਆਪਣੀ ਰੋਟੀ ਖਾਣ ਵਾਸਤੇ। ਸਮਾਰਟਫੋਨ ਨਾਲ ਉਹ ਕੀ ਕਰਨਗੇ? ਇਹਨਾਂ ਕਰੋੜਾਂ ਰੁਪਇਆਂ ਦਾ ਤਾਂ ਕੋਈ ਐਸਾ ਰੋਜ਼ਗਾਰ ਦਾ ਉਹਨਾਂ ਦਾ ਸਾਧਨ ਬਣਾਇਆ ਜਾਏ, ਕੋਈ ਐਸੀ ਚੀਜ਼ ਬਣਾਈ ਜਾਏ ਜਿਸ ਦੇ ਨਾਲ ਉਹਨਾਂ ਦਾ ਪਰਿਵਾਰ ਚੱਲੇ, ਜਿਨ੍ਹਾਂ ਨਾਲ ਉਹਨਾਂ ਦੀ ਲਾਈਫ ਬਣੇ, ਉਹਨਾਂ ਦਾ ਕਰੀਅਰ ਬਣੇ। ਮੈਂ ਨਹੀਂ ਕਹਿੰਦਾ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਤਾਂ ਪੂਰਾ ਤਾਂ ਕਰਨਗੇ, ਅੱਜ ਨਹੀਂ ਕਰਨਗੇ ਕੱਲ੍ਹ ਕਰਨਗੇ, ਉਹ ਕਰਨਾ ਵੀ ਪਏਗਾ। ਨਹੀਂ ਕਰਨਗੇ ਤਾਂ ਫਿਰ ਲੋਕ ਸਵਾਲ ਉਠਾਉਣਗੇ ਕਿ ਦੇਖੋ ਜੀ ਤੁਸੀਂ ਤਾਂ ਇੰਨੇ ਲੰਬੇ ਚੌੜੇ ਵਾਅਦੇ ਕਰਕੇ ਆਏ ਸੀ। ਜਿਹੜਾ ਡਰੱਗਸ ਵਾਲਾ ਮਾਮਲਾ ਉਹ ਤਾਂ ਪੂਰਾ ਕੰਪਲੀਕੇਟਡ ਹੈ, ਤੁਸੀਂ ਸਾਰੇ ਦਰਸ਼ਕ ਜਾਣਦੇ ਹੀ ਹੋ, ਲੇਕਿਨ ਇਹ ਸਾਰੀਆਂ ਚੀਜ਼ਾਂ ਤਾਂ ਕਰਨੀਆਂ ਪੈਣੀਆਂ। ਫਿਰ ਤੁਸੀਂ ਐਸੇ ਬੇਸਿਰ ਪੈਰ ਦੇ ਵਾਅਦੇ ਕੀਤੇ ਕਿਉਂ? ਤੁਸੀਂ ਐਸੇ ਬੇਸਿਰ ਪੈਰ ਦੇ ਵਾਅਦੇ ਨੌਜਵਾਨਾਂ ਦੇ ਨਾਲ ਕਿਉਂ ਕੀਤੇ ਜਦੋਂ ਤੁਹਾਨੂੰ ਪਤਾ ਸੀ ਵੀ 2000 ਕਰੋੜ ਰੁਪਏ ਤਾਂ ਹੋਏਗਾ ਹੀ ਨਹੀਂ? ਅਤੇ ਸਾਰੀ ਚੀਜ਼ਾਂ, ਇਟਸ ਆਲ ਵੇਸਟੇਜ, ਇਹਨੂੰ ਇਹ ਕਿਹਾ ਜਾ ਸਕਦਾ ਇਟਸ ਅ ਵੇਸਟੇਜ, ਵੇਸਟੇਜ ਆਫ ਪਬਲਿਕ ਐਕਸਚੇਕਰ, ਇਹ ਸਰਕਾਰੀ ਖਜ਼ਾਨੇ ਦੀ ਪੂਰੀ ਵੇਸਟੇਜ ਹੈ। ਹੁਣ ਕਿਉਂਕਿ ਵਾਅਦਾ ਪੂਰਾ ਕਰ ਰਹੀ ਸਰਕਾਰ ਅਤੇ ਲੋਕ ਸ਼ਲਾਘਾ ਕਰਨਗੇ, ਦੇਖੋ ਜੀ ਕੈਪਟਨ ਸਰਕਾਰ ਤਾਂ ਆਪਣਾ ਵਾਅਦਾ ਪੂਰਾ ਕਰ ਰਹੀ ਹੈ, ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਇਗਜ਼ਾਮਪਲ ਦਿੱਤਾ ਉੱਤਰ ਪ੍ਰਦੇਸ਼ ਦਾ ਕਿ ਲੈਪਟਾਪ ਜਾ ਕੇ ਬੱਚੇ ਬਾਜ਼ਾਰਾਂ 'ਚ ਵੇਚ ਆਏ, ਤਾਂ ਕਿਆ ਉਹ ਸਮਾਰਟਫੋਨ 50 ਲੱਖ ਬੱਚੇ ਇਸਤੇਮਾਲ ਕਰਨਗੇ? ਉਹ 50 ਲੱਖ ਜਿਹੜੇ ਮੋਬਾਈਲ ਫੋਨ ਖਰੀਦਣੇ ਆ, ਉਸ ਸਰਕਾਰੀ ਖਜ਼ਾਨੇ ਦੀ ਰਕਮ ਨੂੰ ਸਰਕਾਰ ਕਿਤੇ ਹੋਰ ਡਾਇਵਰਟ ਨਹੀਂ ਕਰ ਸਕਦੀ ਸੀ? ਕਿਆ ਨਵੇਂ ਉਹਦੇ ਹਸਪਤਾਲ ਨਹੀਂ ਬਣ ਸਕਦੇ ਸੀ? ਅੱਜ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਵੀ ਤੁਸੀਂ ਮੰਨ ਲਓ, ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਗਰੀਬ ਆਦਮੀ ਨੇ ਇਲਾਜ ਕਿਸ ਤਰ੍ਹਾਂ ਕਰਾਉਂਦੇ ਹੋਣਗੇ? ਅੱਜ ਇੰਡੀਆ ਦੇ ਵਿੱਚ ਪ੍ਰਾਈਵੇਟ ਸੈਕਟਰ ਜਿਹੜਾ ਹੈ ਹੈਲਥ ਦੇ ਵਿੱਚ, ਹਸਪਤਾਲ ਨੇ ਫੋਰਟਿਸ, ਮੈਕਸ ਵਰਗੇ ਵੱਡੇ ਵੱਡੇ ਹਸਪਤਾਲ ਨੇ, ਅੱਜ ਉਹ ਦੁਕਾਨਾਂ ਬਣ ਗਏ ਨੇ, ਲੱਖਾਂ ਰੁਪਏ ਦਾ ਬਿੱਲ ਬਣਦਾ। ਉਹ ਪੰਜਾਬੀ 'ਚ ਕਹਾਵਤ ਹੈ ਕਿ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਮਗਰੋਂ ਵੀ ਲੰਘ ਜਾਓ ਤਾਂ ਜੇਬ ਖਾਲੀ ਹੋ ਜਾਂਦੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਇਲਾਜ ਹੁੰਦਾ ਹੋਏਗਾ? ਅਤੇ ਇਹ ਚੀਜ਼ਾਂ, ਇਹ ਪ੍ਰਾਇਓਰਿਟੀ ਸਰਕਾਰ ਨੂੰ ਡਿਸਾਈਡ ਕਰਨੀ ਚਾਹੀਦੀ ਹੈ ਕਿ ਸਾਡੇ ਕੋਲ ਪਹਿਲਾਂ ਅਸੀਂ ਕੀ ਕਰਨਾ, ਐਸੇ ਬੇਸਿਰ ਪੈਰ ਦੇ ਵਾਅਦੇ ਕਿਉਂ ਕਰਦੇ ਆ? ਮੈਂ ਸਵਾਲ ਇਹ ਕਹਿ ਚੁੱਕਣਾ ਚਾਹੁੰਦਾ ਅੱਜ ਪ੍ਰੋਗਰਾਮ ਦੇ ਵਿੱਚ ਕਿ ਸਾਡੇ ਜਿਹੜੇ ਮੁੱਖ ਮੰਤਰੀ ਬਣ ਜਾਂਦੇ ਨੇ, ਇਹ ਨਹੀਂ ਮੈਂ ਕਹਿੰਦਾ ਪੰਜਾਬ ਦੇ, ਕਿਸੇ ਵੀ ਸੂਬੇ ਦੇ, ਉਹ ਹਰ ਆਪਣੇ ਖਜ਼ਾਨੇ ਨੂੰ, ਸਰਕਾਰੀ ਖਜ਼ਾਨੇ ਨੂੰ ਆਪਣੀ ਮਿਲਕੀਅਤ, ਆਪਣੀ ਜ਼ਗੀਰ ਕਿਉਂ ਸਮਝਦੇ ਨੇ? ਮਾਇਆਵਤੀ ਦਾ ਇਗਜ਼ਾਮਪਲ ਲੈ ਲਓ। ਮਾਇਆਵਤੀ ਜਦੋਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ ਸੀ ਤਾਂ ਉਹਨੇ ਕੀ ਕੀਤਾ ਸੀਗਾ? ਪਾਰਕ ਬਣਾਏ ਸੀ, ਸਮਾਰਕ ਬਣਾਤੇ ਸੀ, ਉਹ ਜਿਹੜੇ ਉਹਨਾਂ ਦੇ ਜਿਹੜੇ ਨੇਤਾ ਸੀਗੇ ਉਹਨਾਂ ਦੀਆਂ ਸਾਰੀਆਂ ਸਮਾਧੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਉਹਨਾਂ ਦੀਆਂ ਮੂਰਤੀਆਂ, ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਸੀ ਹਾਥੀ, ਉਹਨਾਂ ਦੀਆਂ ਮੂਰਤੀਆਂ ਲਗਾਉਣੀਆਂ ਸ਼ੁਰੂ ਕਰਤੀਆਂ। ਕਿੱਥੇ? ਨੋਇਡਾ ਦੇ ਵਿੱਚ। ਕਿੱਥੇ? ਲਖਨਊ ਦੇ ਵਿੱਚ। ਤੁਹਾਨੂੂੰ ਪਤਾ ਉਸ ਪੈਸੇ 'ਚ ਕਿੰਨਾ ਪੈਸਾ ਖਰਚ ਹੋਇਆ ਸੀਗਾ? ਕਹਿੰਦੇ ਕਿ 8-9 ਹਜ਼ਾਰ ਕਰੋੜ ਰੁਪਇਆ ਉਸ 'ਤੇ ਖਰਚ ਹੋਇਆ, ਜੋ ਸਰਕਾਰੀ ਫਿਗਰ ਹੈਗੀ ਹੈ। ਇਸ 'ਤੇ ਸੁਪਰੀਮ ਕੋਰਟ ਨੇ ਵੀ ਸਵਾਲ ਚੁੱਕੇ ਸੀਗੇ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਾਇਆਵਤੀ ਨੂੰ ਆਪਣੀ ਮੂਰਤੀਆਂ ਲਗਾਉਣ ਦਾ ਕੀ ਸ਼ੌਂਕ ਪਿਆ ਹੋਇਆ? ਔਰ ਤੁਹਾਨੂੰ ਯਾਦ ਹੋਏਗਾ ਅਖਿਲੇਸ਼ ਯਾਦਵ ਨੇ ਤਾਂ ਇਹ ਕਿਹਾ ਸੀ ਕਿ 8-9 ਹਜ਼ਾਰ ਕਰੋੜ ਰੁਪਇਆ ਨਹੀਂ, ਮਾਇਆਵਤੀ ਨੇ 40 ਹਜ਼ਾਰ ਕਰੋੜ ਰੁਪਇਆ ਖਰਚ ਕੀਤਾ।
दर्शकों तुसी ए देखो तुहाडे दिल नूं किन्नी चोट लगेगी यह सुन के कि 40,000 करोड़ रुपया मूर्ति लगाने दे विच मायावती ने उस दौरान खर्च किया, उस उत्तर प्रदेश च खर्च किया जिथे ना हाईवेज़ ने, जिथे ढंग दे ना कोई उत्थे सिस्टम है, उत्थे दी जिहड़ी 59% आबादी है अज भी बिलो पावर्टी लाइन रहिंदी है, लिटरेसी रेट उत्थे सब तो नीचे है, उत्थे दा तुसी एजुकेशन दा मियार देख लो, उत्थे दा हस्पतालां दा मियार देख लो। यही सवाल हुण योगी आदित्यनाथ ते भी आया, उन्हां दी अपनी कॉन्स्टिट्यूएंसी गोरखपुर, उत्थे दे हस्पतालां दे विच छोटे छोटे बच्चे बिना इलाज के मर गए, यह मीडिया के भी ये लैके कि शोर शराबा होया, लेकिन एक ही चीज़ा होंदिया ने थोड़े दिन बाद घट जाने ने, थोड़े दिन बाद खबर मर जाने ने, थोड़े दिन बाद लोगों की अटेंशन जी होंगी दूजे पासे लाती जाती है। अज हिंदुस्तान पूरे हिंदुस्तान की आजादू देख लो तो अज कोई एजुकेशन की गल नहीं कर रहा, कोई होर हेल्थ की गल नहीं कर रहा, अज सारे का गल कर रहे हैं फ्रेंच जोड़ा एयरक्राफ्ट राफेल की वो गल हो रही है। तो यह सारी चीज़ा डाइवर्ट कीतियां जांदियां, यह सारा चीज़ जो माहौल एक बनाया जाता है एक चीज़ नूं करन वास्ते। सवाल यह उठता है कि साडे सरकारी खजानियां नूं जिहड़े पंजाब जिहड़ी सूबे दी सरकारां हुंदियां ने वह अपनी मर्जी नाल क्यों खर्च करदियां ने। जदों केजरीवाल दिल्ली दे मुख्यमंत्री हुण बने ने, उन्हां ते किसी ने सवाल चुकिया तो उन्होंने कहा जी 1,000 करोड़ रुपए तो इन्होंने अपने इश्तहारां दे विच खर्च कर दिता, 1,000 करोड़ रुपए दे इन्होंने अपने इश्तहार लाते, अपने वड्डे वड्डे होल्डिंग लगा दिए, हमने ये किया, हमने वो किया। तो यह चीज़ा क्यों होंदिया ने, यह सवाल चुकया जा सकता है, और यह लोगों जरूर पीड़ होंगी होएगी, लोगों जरूर इस गल की टीस होंगी होएगी मन दे विच कि जो असी सरकार चुनते हैं, असी एक नवी सरकार चुनते हैं, असी किसी नूं यह मौका दिंदे हैं, जो साडे वोटर ने वो मौका देंदे ने, वह यह कहिंदे ने कि सीट पर आओ, इस साडे जिहड़े सूबे का मियार नूं चक्को, साडे सूबे की तरक्की करो, साडे सूबे वल इहदी थोड़ी प्रोग्रेस होए, इहदे च इंफ्रास्ट्रक्चर नूं लैके आओ। लेकिन साड़ियां सरकारां, साडे जिहड़े मुख्यमंत्री, साडे जिहड़े मंत्री, साडियां सरकारां किधर नूं तुर पैंदियां, वो अपने सरकारी खजाना एक पासे तो असीं दुहाई दिंदे सरकारी खजाने च पैसा नहीं, यही दुहाई तो मायावती ने भी दित्ती होएगी जदों अपने नवीं सरकार उहदी बनी होएगी, उन्हें भी यही क्या होएगा साडा सरकारी खजाना तो खाली है, फिर 40,000 करोड़ रुपया मूर्तियां लगाउण दा कित्थों आ गया। यह सरकार यह चीज़ तो हुण केंद्र सरकार से भी आती है, गुजरात के विच अज बन रही है स्टैचू ऑफ यूनिटी, जिदा न्यूयॉर्क विच स्टैचू ऑफ लिबर्टी है, उत्थे स्टैचू ऑफ यूनिटी बन रही है 2,500 करोड़ रुपए की। हुण सवाल तो सारे नूं अपने अंतर मन च झांकना पेगा, हर एक नूं अपनी कॉन्शियस नूं टटोलना पेगा, हर जिहड़े साडे सियासतदान ने, जिहड़े साडे नेता ने, वो इन्ने निर्दयी किस तरह हो सकते हैं, इन्ना कठोर दिल किस तरह हो सकते हैं, इन्ने पत्थर दिल किस तरह हो सकते हैं कि अपनी सीट पर बैठ के सरकारी खजाने नूं इस तरह बेदर्दी दे नालो इस्तेमाल करते होंगे। अज यह चीज़ में केंद्र सरकार से भी सवाल उठता, मैं कहना नरेंद्र मोदी से भी सवाल उठता, करो 2,800 करोड़ रुपए की मूर्ति गुजरात में बना जा रहे हैं तो इसते भी सवाल उठता, मायावती ने बनाइया, यह तुम्हें पता है जी पब्लिक वेलफेयर स्कीम का जो पैसा से या जो भी यह सारा ट्रेंड कितों शुरू होया, यह होया साउथ इंडिया तो शुरू, साउथ इंडिया की करुणानिधि सरकार, जयललिता सरकार, इन्होंने भी तुम्हें याद होगा उत्थे टैलीविजन सैट देने के वादे किए गए थे, हज़ारां लखां टैलीविजन सैट खरीद के पब्लिक नूं वंडे गए। यह चीज़ा जिहड़ियां होंदियां ने यह सरकारां नूं यह सोचना चाहिए, यह सारे जिहड़े साडे सियासतदान ने उन्हां नूं सोचना चाहिए कि जो असी सीट के उत्ते बैठ गए हाँ, असी सरकार दे विच आ गए हाँ, साडा काम की है, साडा काम है हुण जन सेवा, साडा काम है हुण साडी लोकां दी सेवा करनी है, जो लोकां दे मन च पीड़ है उहनूं दूर करनी है, जो उहनां दा दिल जो दर्द है वह दूर करना, यह सारी चीज़ों पर कोई करता नहीं। एक चीज़ होर तुहानूं दसना चाहांगा, जिहड़े पंजाब दे मैं स्कूलों का जिक्र किया, पंजाब के कई स्कूल ऐसे ने जिन्हां विच अज बैठन दे लई बेंच भी नहीं ने, कई ऐसे चीज़ा ने, लेकिन तुसी सारे दर्शक सानू देख रहे हो, NRIs सारे हैगे हो देख रहे हो, तुहानू याद होएगा पंजाब सरकार ने अगस्त विच एक अपील कीती सी, अपील की कीती सी NRI बिरादरी नू, NRI भाईचारे नू अपील कीती सी कि तुसी पंजाब आओ और एक एक स्कूल नू गोद लो, एक एक स्कूल दे इंफ्रास्ट्रक्चर वास्ते पैसा भेजो, किसी दे बेंच वास्ते, किसी दी इमारत वास्ते। मैं पूछना चाहना कि जब सरकार दे कोल सरकारी खजाने च पैसा है कि जदों फिर तुहानू लोड़ पैंदी फिर तुसी NRIs वल क्यों जांदे हो, NRIs ने मतलब मैं कहां होर क्रूड लैंग्वेज के ठेका लिया है स्कूलों नूं ठीक करन दा, सरकारां दी कोई जिम्मेदारी नहीं, उन्हां दी अपना कोई कॉन्शियस नहीं, उन्हां दा अपना कोई जो मॉरल रिस्पोंसिबिलिटी नहीं बनती, जदों भी कोई लोड़ पैंदी है आम आदमी पार्टी ने चोणां लड़नी है तो NRIs तो कोल कोलों पैसा मंगा लो, अज पंजाब दे स्कूल चलाने हैं तो NRIs तो पैसे मंग लो, यह सारिया चीज़ां तुहानूं भी दर्द लगता होएगा, तुहानूं भी दुख हुंदा होएगा क्योंकि तुसी उस मिट्टी दे नाल जुड़े होए हो, तुसी उन्हां कई उन्हां स्कूलों च पढ़ के भी आए होगे, अज उन्हां स्कूलों के मियार नूं चुकन की लोड़ है, उन्हां हस्पतालों के मियार नूं चुकन की लोड़ है, ना कि इन्हां चीज़ों उत्ते पैसे लगाउण दी, क्योंकि हुण करना पेगा क्योंकि तुसीं वादा कीता, वादा कीता तो भरो करो, आह चीज़ां होंदियां। साडे कई दर्शक ने जिहड़े सानूं इस बारे गल करना चाहते हैं, हैलो हैलो
ਹੈਲੋ ਹੈਲੋ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ਰਮਾ ਜੀ। ਗੁਰਦੇਵ ਸਿੰਘ ਭੋਗਲ, ਯੂਕੇ ਤੋਂ। ਹਾਂਜੀ ਹਾਂਜੀ ਭੋਗਲ ਜੀ, ਕੀ ਹਾਲ ਹੈ ਜੀ ਤੁਹਾਡਾ? ਠੀਕ ਠਾਕ ਹੋ? ਬਿਲਕੁਲ ਤੁਹਾਡੀ ਗੱਲ ਹੈ, ਦੁਆਵਾਂ ਨੇ ਤੁਹਾਡੀ, ਤੁਸੀਂ ਸੁਣਾਓ। ਬਸ ਵਧੀਆ ਜੀ ਵਧੀਆ। ਅੱਜ ਦਾ ਮੁੱਦਾ ਤੁਸੀਂ ਦੇਖੋ ਕੀ ਕਰ ਰਹੇ ਅਸੀਂ, ਇਹ ਬੜਾ ਚੀਜ਼ ਜਿਹੜੀ। ਸ਼ਰਮਾ ਜੀ, ਅੱਗੇ ਵੀ ਕਈ ਵਾਰੀ ਇਹ ਮੁੱਦਾ ਆਇਆ, ਕਿਉਂਕਿ ਆਉਣਾ ਵੀ ਚਾਹੀਦਾ, ਕਿਉਂਕਿ ਆਵਾਜ਼ ਉਠਾਵਾਂਗੇ ਤੇ ਕਿਸੇ ਦੇ ਸ਼ਾਇਦ ਕਹੇ ਦੇ ਕੰਨ ਤੇ ਜੂਨ ਸਰ ਕੇ। ਜੀ ਜੀ, ਇਹ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ, ਮੈਂ ਉਹਨੂੰ ਸ਼ੋਰਟ ਵਿੱਚ ਕਹਿਣਾ, ਲੇਕਿਨ ਬਿਲਕੁਲ ਦੁਹਰਾਉਣ ਵਾਲੀ ਗੱਲ ਆ, ਲੇਕਿਨ ਪਰ ਹੁਣ ਕੁਝ ਨਾ ਕੁਝ ਤੇ ਕਹਿਣਾ ਹੀ ਆ ਨਾ। ਜਿਹੜੀ ਜਿਹੜੀ ਕੈਪਟਨ ਸਾਹਿਬ ਨੇ ਕਿਹਾ ਸੀ ਨਾ, ਭਾਈ ਮੋਬਾਈਲ ਫੋਨ ਦੇਵਾਂਗੇ, ਆਹ ਕਰਾਂਗੇ ਆਹ ਕਰਾਂਗੇ, ਮੈਂ ਮੋਬਾਈਲ ਫੋਨ ਦੇਣਾ ਜਿਹੜੇ ਦੇਣਾ ਦਾ ਦੇਣ ਦਾ ਇਹਨਾਂ ਨੇ ਵਾਅਦਾ ਕੀਤਾ, ਮੈਂ ਉਹ ਤੋਂ ਵੀ ਖਿਲਾਫ ਹਾਂ। ਜਿਹੜੇ ਸ਼ਰਮਾ ਜੀ, ਜਿਹੜੇ ਕੁੜੀਆਂ ਦੇ, ਗਰੀਬ ਕੁੜੀਆਂ ਦੇ ਵਿਆਹ ਕਰਦੇ ਨੇ ਨਾ ਜਾ ਕੇ, ਮੈਂ ਉਹਨਾਂ ਤੋਂ ਵੀ ਖਿਲਾਫ ਹਾਂ। ਮੇਰਾ, ਮੈਂ ਗਲਤ ਹੋ ਸਕਦਾ, ਪਰ ਮੇਰਾ ਆਪਣਾ ਪੱਖ ਆ, ਮੇਰਾ ਆਪਣਾ ਵਿਚਾਰ ਵਾ। ਜਿਹੜੀਆਂ ਕੁੜੀਆਂ ਗਰੀਬ, ਜਿਹੜੀਆਂ ਗਰੀਬ ਕੁੜੀਆਂ, ਉਹਨਾਂ ਦੇ ਵਿਆਹ ਕਰ ਦੇਣੇ ਨੇ ਤੇ ਅਗਲੇ ਸਾਲ, ਉਹ ਅਗਲੇ ਤੋਂ ਅਗਲੇ ਸਾਲ ਉਹ ਬੱਚੇ ਹੋ ਜਾਣਗੇ, ਤੇ ਪਹਿਲਾਂ ਪਹਿਲਾਂ ਇੱਕ ਢਿੱਡ, ਫਿਰ ਦੋ ਢਿੱਡ, ਫਿਰ ਗਾਹਾਂ ਬੱਚਿਆਂ ਨੂੰ। ਇਹ ਤੇ ਹੋ, ਇਹ ਉਹਨਾਂ ਨੂੰ ਹੋਰ ਗਰੀਬ ਕਰਨ ਦੀ ਗੱਲ ਆ, ਨਾ ਕਿ ਅਮੀਰੀ ਉਹਨਾਂ ਦੇ ਘਰ ਵੜਨ ਦੀ ਗੱਲ ਵਾ। ਜੀ ਜੀ, ਹੈ ਨਾ ਜੀ। ਮੈਂ ਇਸ ਕਰਕੇ ਮੋਬਾਈਲ ਇੱਦਾਂ ਦੇ ਜਿਹੜੇ ਚੀਜ਼ ਉਹਨਾਂ ਦੇ ਵੀ ਖਿਲਾਫ਼ ਹਾਂ, ਕੁੜੀਆਂ ਦੇ ਜਿਹੜੇ ਵਿਆਹ ਕਰਨੇ ਉਹ। ਹਾਲਾਂਕਿ ਮੈਂ ਇਹ ਕਹਿੰਦਾ ਵੀ ਕੁੜੀਆਂ ਨੂੰ, ਜਿਹੜੇ ਗਰੀਬ ਕੁੜੀਆਂ ਦੇ ਵਿਆਹ ਕਰਨੇ ਆ, ਤੁਸੀਂ ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੰਦੇ? ਉਹ ਰੁਜ਼ਗਾਰ, ਉਹਨਾਂ ਨੂੰ ਰੁਜ਼ਗਾਰ ਦਿਓ, ਆਪਣੇ ਪੈਰਾਂ 'ਤੇ ਖੜੀਆਂ ਹੋ ਜਾਣ, ਤੇ ਵਿਆਹ ਦੇ ਆਪੇ ਹੋ ਜਾਣਗੇ। ਮਤਲਬ ਸਾਡੀਆਂ ਸਰਕਾਰਾਂ ਲੋਕਾਂ ਨੂੰ ਪੈਰਾਂ 'ਤੇ ਖੜੇ ਨਹੀਂ ਕਰਦੀਆਂ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣੇ, ਉਹਨਾਂ ਨੂੰ ਫੋਨ ਦੇ ਦਿਓ, ਫੋਨ ਲੈ ਕੇ ਗਾਣੇ ਸੁਣੋ, ਫਿਲਮਾਂ ਦੇਖਣ, ਜੋ ਮਰਜ਼ੀ ਕਰੋ। ਸ਼ਰਮਾ ਜੀ, ਹੋਰ ਜਿਹੜਾ ਫਿਰ ਜਿਹੜੇ ਉਹ ਕਹਿੰਦੇ ਨੇ, ਮੈਂ ਆਟਾ ਦਾਲ ਦੇਵਾਂਗੇ, ਚਾਹ ਪੱਤੀ, ਕੋਈ ਕੁਛ ਕਹਿੰਦਾ, ਇਹ ਵੀ ਦੇਣ ਦੀ ਲੋੜ ਨਹੀਂ ਤੁਸੀਂ ਉਹਨਾਂ ਨੂੰ। ਉੱਥੇ ਜਿਹੜੀ ਜਵਾਨੀ ਆ, ਜਿਹੜੇ ਲੋਕ ਨੇ, ਉਹਨਾਂ ਨੂੰ ਤੁਸੀਂ ਰੋਜ਼ਗਾਰ ਦਿਓ, ਨੌਕਰੀਆਂ ਦਿਓ, ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਨੇ, ਤੇ ਆਪੇ ਸਾਰਾ ਕੁਛ ਉਹ ਲੈ ਲੈਣਗੇ। ਤੇ ਹੋਰ ਦੇਖੋ, ਜਿਹੜੇ ਆ ਛੋਟੇ ਛੋਟੇ, ਜਿਹੜੇ ਵੱਡੇ ਵੱਡੇ ਮਗਰਮੱਛ ਨੇ, ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਨੇ, ਤੇ ਉਹ ਛੋਟੇ ਛੋਟਿਆਂ ਨੂੰ, ਛੋਕਰਿਆਂ ਨੂੰ ਉਹਨਾਂ ਦਾ ਮੂੰਹ ਢੱਕ ਕੇ ਖੜਾ ਕਰ ਦਿੰਦੇ ਨੇ ਸਾਹਮਣੇ ਟੀਵੀ ਤੇ, ਅਖਬਾਰਾਂ 'ਚ ਫੋਟੋ ਦੇਣ ਵਾਸਤੇ। ਜਿਹੜੇ ਮਗਰਮੱਛ ਨੇ, ਉਹਨਾਂ ਨੂੰ ਕੋਈ ਹੱਥ ਨਹੀਂ ਲਾਉਂਦਾ। ਤੇ ਉਹੀ ਜਿਹੜੇ ਰੀਅਲ ਮੁੱਦੇ ਨੇ, ਉਹ ਪੰਜਾਬ ਸਰਕਾਰ ਨਹੀਂ ਧਿਆਨ ਦੇ ਪਾ ਰਹੀ। ਤੇ ਬਹੁਤ ਬਹੁਤ ਸ਼ੁਕਰੀਆ ਭੋਗਲ ਜੀ, ਮੈਂ ਨਾ ਬ੍ਰੇਕ ਦਾ ਸਮਾਂ ਹੋ ਗਿਆ ਭੋਗਲ ਜੀ, ਯਾਂ ਤੇ ਤੁਸੀਂ ਹੋਲਡ ਕਰੋ, ਮੈਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਫਿਰ ਦੁਬਾਰਾ ਗੱਲ ਜਾਰੀ ਰੱਖਾਂਗੇ। ਠੀਕ ਹੈ, ਮੈਂ ਹੋਲਡ ਤੇ ਹਾਂ। ਬ੍ਰੇਕ ਦਾ ਟਾਈਮ ਹੈ ਜੀ, ਆਈ ਵਿਲ ਜਸਟ ਹੋਲਡ ਯੋਰ ਕਾਲ। ਹੋਲਡ ਤੇ ਬਾਅਦ ਛੋਟੇ ਜਿਹੇ ਬ੍ਰੇਕ ਦਾ ਟਾਈਮ ਹੈ ਜੀ, ਬ੍ਰੇਕ ਅਸੀਂ ਲੈਣ ਲੱਗੇ ਹਾਂ, ਤੇ ਇਸ ਮੁੱਦੇ ਉੱਤੇ ਸਾਡਾ ਇਹ ਵਿਚਾਰ ਅੱਜ ਦਾ ਮੁੱਦਾ ਬ੍ਰੇਕ ਤੋਂ ਬਾਅਦ ਵੀ ਜਾਰੀ ਰਹੇਗਾ। ਗੁਰਦੇਵ ਸਿੰਘ ਭੋਗਲ, ਕੀ ਨਾਂ ਪੂਰਾ ਲਿਖ ਦਿਓ? ਜਿਹੜੇ ਲੰਡਨ ਤੋਂ ਸਾਡੇ ਨਾਲ ਗੱਲ ਕਰ ਰਹੇ ਸੀ, ਬ੍ਰੇਕ ਦਾ ਟਾਈਮ ਹੋ ਗਿਆ ਸੀ, ਤੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਚਲਾ ਗਿਆ ਸ਼ਾਇਦ ਉਹਨਾਂ ਦਾ ਫੋਨ, ਆਪਾਂ ਦੂਜੇ ਕਾਲਰ ਨਾਲ ਕਰਦੇ ਗੱਲ। ਹੈਲੋ ਹੈਲੋ ਹਾਂਜੀ ਨਵੀਨ ਜੀ, ਸਤਿ ਸ੍ਰੀ ਅਕਾਲ। ਦਰਸ਼ਕਾਂ ਵਾਲਿਆਂ ਨੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਕੀ ਹਾਲ ਜੀ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਮੈਂ ਨਾ ਤੁਹਾਡੀ ਵਧਾਈ ਦਿੰਦਾ, ਤੁਸੀਂ ਬਹੁਤ ਵਧੀਆ ਕਵਰੇਜ ਕੀਤੀ ਆ ਸਾਰੀਆਂ ਪਾਰਟੀਆਂ ਨੂੰ, ਮਤਲਬ ਕੰਸਰਨ ਦੇ ਬਾਰੇ ਦੱਸਿਆ ਵਧੀਆ ਨਾ। ਐਸਾ ਮਸਲਾ ਜੀ, ਹਾਂਜੀ ਦੱਸੋ। ਹਾਂ, ਸਾਰੀਆਂ ਪਾਰਟੀਆਂ ਨੂੰ ਤੁਸੀਂ ਮਤਲਬ ਇਮਤਿਹਾਨ ਚ ਪਾਇਆ, ਚੰਗੀ ਗੱਲ ਆ। ਅੱਛਾ ਜੀ, ਮੈਂ ਨਾ ਦੋ ਤਿੰਨ ਗੱਲਾਂ ਛੇ ਦੱਸ ਦਿੰਦਾ, ਕਿਉਂਕਿ ਟਾਈਮ ਤੁਹਾਡੇ ਕੋਲ ਘੱਟ ਹੁੰਦਾ। ਇੱਕ ਤਾਂ ਜਿਹੜਾ ਨਾ ਚੋਣ ਵਾਅਦਿਆਂ ਦੀ ਗੱਲ ਤੁਸੀਂ ਕਰਦੇ ਆ, ਤੇ ਆਪਣੇ ਖਜ਼ਾਨਾ ਮੰਤਰੀ ਸਾਹਿਬ ਕਹਿ ਰਹੇ ਕਿ ਖਜ਼ਾਨਾ ਖਾਲੀ ਆ। ਇਹ ਪਿਛਲੇ ਕਈ ਸਾਲਾਂ ਤੋਂ ਵਿਰੋਧੀ ਪਾਰਟੀ ਦੇ ਖਜ਼ਾਨਾ ਮੰਤਰੀ ਆਏ ਆ। ਸੋ ਜਦੋਂ ਵਿਰੋਧੀ ਪਾਰਟੀ ਦਾ ਖਜ਼ਾਨਾ ਮੰਤਰੀ ਹੁੰਦਾ, ਉਹਨੂੰ ਸਾਰੇ ਪਤਾ ਹੁੰਦਾ ਕਿ ਕਿੰਨੀ ਇਨਕਮ ਆਉਂਦੀ ਆ ਤੇ ਕਿੰਨਾ ਖਰਚ, ਸਾਰੇ ਲੂਪਹੋਲਸ ਪਤਾ ਹੁੰਦੇ, ਸਾਰਾ ਕੁਛ ਪਤਾ ਹੁੰਦਾ। ਜੇ ਉਹਨੂੰ ਨਹੀਂ ਪਤਾ, ਇਹਦਾ ਮਤਲਬ ਆਪਣੀ ਜੋਬ ਸਹੀ ਨਹੀਂ ਕਰ ਰਿਹਾ। ਠੀਕ ਤੇ ਜਿਹੜੇ ਸਾਰੇ ਵਾਅਦੇ ਸੀ ਕਿ ਇੰਨਾ ਕਰਜ਼ਾ ਮਾਫ਼ ਕਰਾਂਗੇ, ਇੰਨੇ ਲੈਪਟਾਪ ਦੇਵਾਂਗੇ, ਆਪਣੇ ਟੈਲੀਫੋਨ ਦੇਵਾਂਗੇ, ਇੰਨੀਆਂ ਜੋਬਾਂ ਦੇਵਾਂਗੇ, ਹੈਨਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਇਹ ਪੈਸੇ ਕਿੱਥੋਂ ਆਉਣੇ ਆ। ਠੀਕ ਹੈ, ਹੁਣ ਇਹ ਜਦੋਂ ਪਾਰਟੀ ਫੇਲ ਹੁੰਦੀ ਆ ਜਾਂ ਗਵਰਨਮੈਂਟ ਫੇਲ ਹੁੰਦੀ ਆ, ਉਹਨਾਂ ਨੇ ਕਈ ਇੱਦਾਂ ਦੇ ਮੁੱਦੇ ਉਠਾ ਤੇ ਲੋਕਾਂ ਦੀਆਂ ਮਤਲਬ ਅੱਖਾਂ ਮੀਟਣ ਲਈ, ਕਿ ਜਿਹਦੇ ਵਿੱਚ ਪਬਲਿਕ ਵੀ ਤੇ ਸਪੈਸ਼ਲੀ ਇਹਨਾਂ ਦੇ ਲੋਕ, ਸਪੈਸ਼ਲੀ ਆਪਣਾ ਮੀਡੀਆ ਆ ਗਿਆ, ਉਹਨਾਂ ਦਾ ਭੁਲੇਖਾ ਖਾ ਗਿਆ ਕਿ ਉਹਨਾਂ ਨੇ ਆਪਣੀ ਜਿਹੜੀ ਤੁਸੀਂ ਗੱਲ ਕੀਤੀ ਕਿ ਉਹ ਆਪਣੀ ਡਿਵਰਟ ਕਰ ਦਿੰਦੇ ਆ ਅਟੈਂਸ਼ਨ ਲੋਕਾਂ ਦੀ, ਉਹ ਇਸ ਚੀਜ਼ ਵਿੱਚ ਕਾਮਯਾਬ ਹੋ ਗਿਆ। ਜੀ ਜੀ, ਕਿ ਕੋਈ ਨਾ ਕੋਈ ਬੰਦਾ ਚੱਕਦੇ ਹੋ, ਆ ਜਿਹੜੇ ਜਿਹੜੀਆਂ ਸਾਡੀਆਂ ਨਾਕਾਮੀ
ਕੀ ਕਹਿੰਦੇ ਹੁੰਦੇ ਆ ਜਿਹੜੀਆਂ ਚੀਜ਼ਾਂ ਜੋ ਫੇਲ ਹੋਏ ਆ ਹੈ ਜੋ ਨਕਾਮੀਆਂ ਹਾਂ ਨਕਾਮੀਆਂ ਆ ਤੇ ਉਹਦੇ ਵਿੱਚ ਉਹਨਾਂ ਨੂੰ ਕੋਈ ਕੋਈ ਪੁੱਛਣਵਾਜ ਨਾ ਹੋਵੇ ਰੌਣਾ ਦੇ ਪਏ ਜੇ ਕੰਮ ਖਤਮ ਹੋ ਜਾਵੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਹਾਂਜੀ ਤੇ ਇੱਕ ਮਿੰਟ ਹੈ ਜੀ ਆਪਣੇ ਮਨੀਸ਼ ਜੀ ਹਾਂਜੀ ਹੈਲੋ ਦੱਸੋ ਜੀ ਠੀਕ ਹੈ ਭਾਈ ਸਾਹਿਬ ਬਹੁਤ ਸਾਰੇ ਦਰਸ਼ਕ ਸਾਡੇ ਲਾਈਨ 'ਚ ਨੇ ਮੈਂ ਮਾਫੀ ਚਾਹਾਂਗਾ ਆਪਾਂ ਹੋਰ ਗੱਲ ਕਰਦੇ ਹਾਂ ਬਹੁਤ ਬਹੁਤ ਤੁਸੀਂ ਸੂਝਵਾਨ ਹੋ ਸਾਡੇ ਦਰਸ਼ਕ ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਜਿਹੜੇ ਵਾਅਦੇ ਨੇ ਉਹ ਜਿਹੜੇ ਸਰਕਾਰਾਂ ਨੂੰ ਪੂਰੇ ਕਰਨੇ ਚਾਹੀਦੇ ਆ ਲੇਕਿਨ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਕਿ ਵਾਅਦੇ ਤਾਂ ਕਰਨੇ ਚਾਹੀਦੇ ਆ ਜਿਹੜੇ ਬੇਸਿਰ ਪੈਰ ਦੇ ਵਾਅਦੇ ਹੁੰਦੇ ਉਹਨਾਂ ਦਾ ਕੀ ਕਰਨਾ ਜਿਹੜੇ ਸਰਕਾਰੀ ਖਜ਼ਾਨੇ 'ਤੇ ਬੋਝ ਹੁੰਦੇ ਨੇ ਉਹਨਾਂ ਵਾਅਦਿਆਂ ਦਾ ਕੀ ਕਰਨਾ ਚਾਹੀਦਾ ਇਹ ਸਾਡੇ ਹੋਰ ਦਰਸ਼ਕ ਫੋਨ ਕਰ ਰਹੇ ਨੇ ਹਾਂਜੀ ਤੁਸੀਂ ਕੌਣ ਸਾਹਿਬ ਹੋ ਕਿੱਥੋਂ ਬੋਲੋ ਜੀ ਹੈਲੋ ਹੈਲੋ ਹਾਂਜੀ ਹਾਂਜੀ ਸ਼ਰਮਾ ਜੀ ਗੁਰਦੇਵ ਸਿੰਘ ਭੋਗਲ ਹਾਂਜੀ ਭੋਗਲ ਜੀ ਹਾਂ ਸੋਰੀ ਤੁਹਾਡਾ ਫੋਨ ਕੱਟ ਗਿਆ ਸੀਗਾ ਉਹ ਤੋਂ ਹਾਂ ਕੱਟ ਗਿਆ ਸੀ ਫੋਨ ਹਾਂ ਤੁਸੀਂ ਦੱਸੋ ਆਪਣੀ ਗੱਲ ਕਰ ਰਹੇ ਸੀਗੇ ਹਾਂਜੀ ਦੱਸੋ ਜੀ ਹਾਂਜੀ ਹਾਂਜੀ ਗੱਲ ਕਰ ਰਹੇ ਸੀਗੇ ਦੇਖੋ ਜਿਹੜਾ ਆਪਣੇ ਸ਼ਰਮਾ ਜੀ ਗੱਲ ਕਰ ਰਹੇ ਸੀਗੇ ਵੀ ਆਪਣੇ ਜਿਹੜੇ ਆਪਣੇ ਸਰਕਾਰਾਂ ਨੇ ਉਹ ਦਾਅਵੇ ਵਾਅਦੇ ਜਿਵੇਂ ਤੁਸੀਂ ਕਹਿ ਕੇ ਦਾਅਵੇ ਵਾਅਦੇ ਕਰਨੇ ਚਾਹੀਦੇ ਲੇਕਿਨ ਝੂਠੇ ਨਾ ਹੋਣ ਜੇ ਮੈਂ ਤਾਂ ਇਹ ਕਹਿੰਦਾ ਵੀ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਹਲੇਮੀ ਰਾਜ ਦੀ ਗੱਲ ਕੀਤੀ ਆ ਵੀ ਹਲੇਮੀ ਰਾਜ ਤਾਂ ਉਦੋਂ ਆਏਗਾ ਜਦੋਂ ਜਿਹੜੇ ਰਾਜਨੀਤਿਕ ਨੇ ਇਹਨਾਂ ਦੀ ਜਦੋਂ ਨੀਅਤ ਚੰਗੀ ਹੋਏਗੀ ਜੇ ਨੀਅਤ ਇਹਨਾਂ ਦੀ ਖੋਟੀ ਆ ਤਾਂ ਰਾਜਨੀਤੀ ਵੀ ਖੋਟੀ ਹੋਏਗੀ ਤੇ ਹਲੇਮੀ ਰਾਜ ਕਿੱਥੋਂ ਆਉਣਾ ਵੀ ਭੁਗਲ ਜੀ ਜਿਹੜੇ ਵਾਅਦੇ ਤਾਂ ਪੂਰੇ ਕੀਤੇ ਜਾਣ ਚਲੋ ਲੋਕ ਸਵਾਲ ਚੁੱਕਦੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਹੋਣ ਲੇਕਿਨ ਜਿਹੜੇ ਐਸੇ ਵਾਅਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਜਿਹੜੇ ਸਰਕਾਰੀ ਖਜ਼ਾਨੇ 'ਤੇ ਬੋਝ ਹੁੰਦੇ ਐਸੇ ਵਾਅਦਿਆਂ ਦਾ ਕੀ ਕਹੋਗੇ ਤੁਸੀਂ ਨਹੀਂ ਨਾ ਬਿਲਕੁਲ ਮੈਂ ਤਾਂ ਉੱਧਰ ਨੂੰ ਆ ਰਿਹਾ ਸੀਗਾ ਜੀ ਸਾਹਿਬ ਦੇਖੋ ਅਸੀਂ ਉੱਥੇ ਪੜ੍ਹੇ ਹਾਂ ਨਵੇਂ ਸ਼ਹਿਰ ਮੈਂ ਪੜ੍ਹਿਆ ਹੋਇਆ ਖਾਲਸਾ ਸਕੂਲ ਜਿਹੜਾ ਅੱਡੇ ਦੇ ਸਕੂਲ 'ਚ ਪੇਪਰ ਦੂਸਰੀ ਸੜਕ 'ਤੇ ਬਣ ਗਿਆ ਸੀਗਾ ਹੁਣ ਜੇ ਸਕੂਲ ਵਾਲੇ ਕਹਿਣ ਜਾਂ ਹੋਰ ਜਿਹੜੀ ਉੱਥੇ ਜਿਹੜੀ ਅਥਾਰਟੀ ਆ ਉਹ ਕਹੇ ਵੀ ਬਾਹਰਲੇ ਜਿਹੜੇ ਲੋਕ ਨੇ ਉਹ ਪੈਸੇ ਭੇਜਣੇ ਇੱਥੇ ਅਸੀਂ ਸਕੂਲ ਬਣਾਉਣਾ ਜਾਂ ਜਿਵੇਂ ਅੱਜ ਕੱਲ੍ਹ ਗੱਲਾਂ ਸੁਣੀਦੀਆਂ ਟੀਵੀ 'ਤੇ ਮੀਡੀਆ 'ਤੇ ਲਓ ਜੀ ਤੁਸੀਂ ਆਪਣੇ ਆਪਣੇ ਪਿੰਡ ਨੂੰ ਸਾਂਭ ਲਓ ਆਪਣੇ ਆਪਣੇ ਪਿੰਡ ਦਾ ਇੱਕ ਗੁਰਦੁਆਰਾ ਬਣਾ ਲਓ ਆਪੋ ਆਪਣੇ ਪਿੰਡ ਦੇ ਵਿੱਚ ਜੰਝ ਘਰ ਇੱਕ ਬਣਾ ਲਓ ਆਪਣੇ ਆਪਣੇ ਪਿੰਡ ਵਿੱਚ ਇੱਕ ਕੋਈ ਜਿਮ ਖੋਲ੍ਹ ਦਿਓ ਹੁਣ ਉਹਨਾਂ ਨੂੰ ਕੋਈ ਪੁੱਛੇ ਜਿਹੜੇ ਇੱਦਾਂ ਕਹਿੰਦੇ ਨੇ ਮੈਂ ਉਹਦੇ ਇੱਦਾਂ ਖਿਲਾਫ਼ ਨਹੀਂ ਹੈ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਨਾ ਆਵੇ ਮੈਂ ਚਾਹੁੰਦਾ ਖੁਸ਼ਹਾਲੀ ਆਵੇ ਮੈਂ ਇਹ ਕਹਿੰਦਾ ਵੀ ਜੇ ਸਾਰਾ ਕੁਛ NRI ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੇ ਪਿੰਡਾਂ 'ਚ ਕਰਨਾ ਤਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਹਲਕੇ ਕੁੱਤੇ ਨੇ ਵੱਢਿਆ ਆ ਉਹ ਕਿਉਂ ਪੈਸੇ ਖਰਚਣਗੇ ਉਹ ਤਾਂ ਹੱਸਣਗੇ ਉਹ ਤਾਂ ਕਹਿਣਗੇ ਵੀ ਤੁਸੀਂ ਬਣਾਓ ਬਾਹਰੋਂ ਆ ਕੇ ਤੇ ਅਸੀਂ ਜਿਹੜਾ ਸਾਡਾ ਅਸੀਂ ਪੈਸਾ ਲੈਂਦੇ ਟੈਕਸ ਦਾ ਉਹ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾਵਾਂਗੇ ਅਸੀਂ ਆਪਣੀਆਂ ਕੋਠੀਆਂ ਬਣਾਵਾਂਗੇ ਜੀ ਜੀ ਠੀਕ ਹੈ ਉਹਨਾਂ ਦਾ ਵੀ ਕੋਈ ਫਰਜ਼ ਹੋਣਾ ਨਾ ਫਿਰ ਉਹ ਜਿਹੜਾ ਪੈਸਾ ਜਿਹੜੇ ਸਰਕਾਰਾਂ ਦਾ ਪੈਸਾ ਪਬਲਿਕ 'ਤੇ ਲੱਗਣਾ ਸੀ ਉਹ ਤਾਂ ਫਿਰ ਲਾਉਂਦੇ ਹੀ ਨਹੀਂ ਹੈ ਜੇ ਬਾਹਰ ਲਿਆਉਣਾ ਸਾਰਾ ਕੁਛ ਬਣਾਉਣਾ ਸ਼ਰਮਾ ਜੀ ਮੈਂ ਸਮਝ ਗਿਆ ਨਾ ਮੈਂ ਕੀ ਕਹਿਣਾ ਚਾਹੁੰਦਾ ਜੀ ਗੱਲ ਸੁਣੋ ਜੇ NRI ਨੇ ਸਕੂਲ ਚਲਾਉਣੇ ਹੈ NRI ਨੇ ਹਸਪਤਾਲ ਗੋਦ ਲੈਣੇ ਹੈ ਤੇ ਜਦੋਂ ਕਿਸੇ NRI ਦਾ ਪਲਾਟ ਦੱਬਿਆ ਜਾਂਦਾ ਪੰਜਾਬ ਦੇ ਵਿੱਚ ਜੇ ਕਿਸੇ ਦੀ ਜਾਇਦਾਦ ਤੇ ਕਬਜ਼ਾ ਹੋ ਜਾਂਦਾ ਤੇ ਫਿਰ ਉਸ NRI ਨੂੰ ਪੁਲਿਸ ਥਾਣੇ 'ਚ ਵੀ 4-4 ਘੰਟੇ ਸਾਈਡ ਤੇ ਖੜੇ ਰੱਖਦੇ ਨੇ ਪੁਲਿਸ ਵਾਲੇ ਮੈਂ ਕਹਿੰਦਾ ਪੁੱਛੋ ਹੀ ਨਾ ਸ਼ਰਮਾ ਜੀ ਤੁਸੀਂ ਯਕੀਨ ਨਹੀਂ ਕਰਨਾ ਮੈਂ ਆਪਣੇ ਮਿੱਤਰਾਂ ਨਾਲ ਇਹੀ ਗੱਲ ਕਰਦਾ ਹੁੰਦਾ ਵੀ ਜਿਹੜੇ ਕਹਿੰਦੇ ਯਾਰ ਆਪਣੇ ਆਪਣੇ ਪਿੰਡ ਦਾ ਇੱਕ ਸਕੂਲ ਸਾਂਭ ਲਓ ਗੁਰਦੁਆਰਾ ਸਾਂਭ ਲਓ ਆਹ ਸਾਂਭ ਲਓ ਤੇ ਮੈਂ ਕਹਿੰਦਾ ਹੁੰਦਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਤੇ ਉਹ ਤਾਂ ਹੱਸਦੀਆਂ ਹੋਣੀਆਂ ਵੀ ਏਦਾਂ ਦੇ ਕਮਰੇ ਸਾਨੂੰ ਲੱਭਣੇ ਆ ਵੀ ਤੁਸੀਂ ਟੈਕਸ ਲੈ ਕੇ ਲੋਕਾਂ ਤੋਂ ਆਪਣੀਆਂ ਕੋਠੀਆਂ ਬਣਾਈ ਜਾਂਦੇ ਆ ਜ਼ਮੀਨਾਂ ਬਣਾਈ ਜਾਂਦੇ ਆ ਆਪਣੀ ਜਾਇਦਾਦਾਂ ਬਣਾਈ ਜਾਂਦੇ ਆ ਤੇ ਪੈਸਾ ਜਿਹੜਾ ਲਾਉਣਾ ਆ ਪਬਲਿਕ ਤੇ ਪਬਲਿਕ ਦਾ ਪੈਸਾ ਪਬਲਿਕ ਤੇ ਲੱਗਣਾ ਚਾਹੀਦਾ ਉਹ ਤੁਸੀਂ ਬਾਹਰਲਿਆਂ ਤੋਂ ਮੰਗਣਾ ਪੈਂਦੇ ਆ ਜੀ ਜੀ ਸਕੂਲਾਂ ਦੇ ਬੈਂਚ NRI ਖਰੀਦ ਕੇ ਦੇਣ ਹੈ ਜੇਕਰ ਸ਼ਰਮਾ ਜੀ ਆਖਰੀ ਗੱਲ ਇੱਕ ਆਖਰੀ ਪੁਆਇੰਟ ਇਹ ਆ ਮੈਨੂੰ ਪਤਾ ਸਮਾਂ ਬਹੁਤ ਜਲਦੀ ਹੋ ਜਾਂਦਾ ਆਖਰੀ ਪੁਆਇੰਟ ਇਹ ਆ ਪਰ ਜੇਕਰ ਕੋਈ ਵੀ ਸਰਕਾਰ ਹੋਵੇ ਚਾਹੇ UP ਦੀ ਹੋਵੇ ਮਾਇਆਵਤੀ ਹੋਵੇ ਕੋਈ ਸਾਰੇ ਇੱਕੋ ਲੜ ਬਣਨ ਵਾਲੇ ਆ ਵੀ 19-21 ਦਾ ਫਰਕ ਵਾ ਕਿਉਂਕਿ ਬੀਜ ਨਾਸ ਨਹੀਂ ਹੁੰਦਾ ਮੈਨੂੰ ਪਤਾ ਜਿੱਥੇ ਜਿੱਥੇ ਬੁਰਾਈ ਹੁੰਦੀ ਹੈ ਤੇ ਚੰਗਿਆਈ ਵੀ ਹੁੰਦੀ ਆ ਅਛਾਈ ਵੀ ਹੁੰਦੀ ਆ ਬੀਜ ਨਾਸ ਨਹੀਂ ਹੁੰਦਾ ਐਵੇਂ 19-21 ਦਾ ਫਰਕ ਵਾ ਮੈਂ ਤਾਂ ਇਹ ਕਹਿੰਦਾ ਵੀ ਜੇਕਰ ਸਰਕਾਰਾਂ ਸਾਡੀਆਂ ਸੁਹਿਰਦ ਹੋਣ ਜੇ ਇਹਨਾਂ ਨੂੰ ਲੋਕ ਭਲਾਈ ਦਾ ਕੋਈ ਚਾਹ ਹੋਵੇ ਲੋਕਾਂ ਨੂੰ ਰੋਜ਼ੀ ਰੋਟੀ ਕੱਪੜਾ ਮਕਾਨ ਦੀ ਚਾਹ ਹੋਵੇ ਇਹਨਾਂ ਦੇ ਅੰਦਰ ਇੱਛਾ ਹੋਵੇ ਤਾਂ ਨਾ ਇਹਨਾਂ ਨੂੰ ਪੈਸੇ ਵੰਡਣ ਦੀ ਲੋੜ ਵਾ ਨਾ ਇਹਨਾਂ ਨੂੰ ਨਸ਼ੇ ਵੰਡਣ ਦੀ ਲੋੜ ਵਾ ਨਾ ਇਹਨਾਂ ਨੂੰ ਸੰਗਤ ਦਰਸ਼ਨ ਕਰਾਉਣ ਦੀ ਲੋੜ ਵਾ ਨਾ ਮੁਖ ਦੀਆਂ ਯਾਤਰਾ ਕਰਾਉਣ ਦੀ ਲੋੜ ਵਾ ਨਾ ਗੁਟਕੇ ਲੈ ਕੇ ਸਹੁੰ ਖਾਣ ਦੀ ਲੋੜ ਵਾ ਨਾ ਹੋਰ ਦਾਅਵੇ ਵਾਅਦੇ ਕਰਨ ਦੀ ਲੋੜ ਵਾ ਸਿਰਫ ਇੱਕ ਚਾਹ
ਰਾਜ ਦੇਣਾ, ਪਰ ਜਦ ਅਸੀਂ ਲੋਕ ਭਲਾਈ ਕਰਨੀ ਆ, ਅਸੀਂ ਅਸੀਂ ਆਪਣੇ ਮੁਲਕ ਨੂੰ ਖੁਸ਼ਹਾਲ ਕਰਨਾ ਆ ਤੇ ਹੋਰ ਬਾਕੀ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ। ਇਹ ਬਾਕੀ ਦੇ ਸਾਰੇ ਕੰਮ ਤਾਂ ਹੁੰਦੇ ਨੇ ਕਿਉਂਕਿ ਜਿਹੜਾ ਪੈਸਾ ਲੋਕਾਂ ਦਾ ਹੁੰਦਾ, ਕਿਉਂਕਿ ਉਹਨੇ ਇਹਨੀ ਲੋਕਾਂ ਤੇ ਨਹੀਂ ਲਾਉਣਾ ਹੁੰਦਾ, ਇਹ ਤਾਂ ਦਾਅਵੇ ਵਾਅਦੇ ਹੁੰਦੇ ਨੇ। ਸ਼ਰਮਾ ਜੀ ਤੁਸੀਂ ਸਿਆਣੇ ਹੋ, ਤੁਸੀਂ ਸਾਰੀ ਗੱਲ ਮੇਰੀ ਸਮਝ ਗਏ ਹੋਵੋਗੇ। ਬਹੁਤ ਸੋਹਣਾ ਬੋਲੇ ਤੁਸੀਂ ਪੋਗਲ ਜੀ, ਔਰ ਤੁਸੀਂ ਮੈਨੂੰ ਲੱਗਦਾ ਪੂਰੀ NRI ਕਮਿਊਨਿਟੀ ਦਾ ਦਰਦ ਹੈ ਜਿਹੜਾ ਉਹਨੂੰ ਤੁਸੀਂ ਉੜੇਲ ਕੇ ਰੱਖ ਦਿੱਤਾ। ਬਿਲਕੁਲ ਸਹੀ ਕਹਿ ਰਹੇ ਨੇ ਕਿ ਜਿਹੜੇ ਸਕੂਲ ਨੇ, ਹੁਣ ਸਾਡੇ ਕਈ NRIs ਭਰਾ ਹੋਣਗੇ ਸਾਡੇ ਉੱਥੋਂ ਸਕੂਲਾਂ 'ਚ ਪੜ੍ਹ ਕੇ ਆਏ ਨੇ, ਪਿੰਡਾਂ ਦੇ ਸਕੂਲਾਂ 'ਚੋਂ, ਦੂਜੇ ਸ਼ਹਿਰਾਂ ਦੇ ਸਕੂਲਾਂ 'ਚੋਂ। ਹੁਣ ਅੱਜ ਸਕੂਲਾਂ ਦੇ ਬੈਂਚ ਲੈਣ ਦੀ ਜ਼ਿੰਮੇਵਾਰੀ ਕਿ NRIs ਕਰਨਗੇ? ਉਹ ਮੈਂ ਉਹ ਜਿੱਦਾਂ ਗੱਲ ਕੀਤੀ ਕਿ NRIs ਦੇ ਜਦੋਂ ਪਲਾਟਾਂ 'ਤੇ ਕਬਜ਼ਾ ਹੋ ਜਾਂਦਾ ਹੈ, ਜਦੋਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੋ ਜਾਂਦੀ ਹੈ, ਤਦ ਪੁਲਿਸ ਵਾਲੇ ਕਿੰਨੀ ਕੁ ਮਦਦ ਕਰਦੇ ਨੇ? ਠੀਕ ਹੈ ਕਿ NRI ਸੈੱਲ ਪੰਜਾਬ ਪੁਲਿਸ ਨੇ ਬਣਾਇਆ, ਮੈਂ ਕਹਿੰਦਾ ਉਹ ਠੀਕ ਹੈ, ਦੇ ਮਸਟ ਬੀ ਡੂਇੰਗ ਸਮ ਗੁੱਡ ਜੋਬ, ਲੇਕਿਨ ਸਾਡੇ ਕੋਲ ਕਿਸੇ ਪ੍ਰੋਗਰਾਮ ਕੀਤਾ ਸੀ ਤਾਂ ਸਾਨੂੰ ਕਿੰਨੀਆਂ ਸਾਰੀਆਂ ਸ਼ਿਕਾਇਤਾਂ ਆਈਆਂ ਸੀਗੀਆਂ। ਲੋਕਾਂ ਨੇ ਕਿਹਾ ਸੀ ਕਿ ਸਾਨੂੰ ਐਟੀਟਿਊਡ ਪੰਜਾਬ ਪੁਲਿਸ ਦੇ ਅਫਸਰਾਂ ਦਾ, ਜਿਹੜੇ ਉੱਥੇ ਹੋਰ ਦੂਜੇ ਅਫਸਰ ਹੁੰਦੇ ਨੇ, ਤਹਿਸੀਲਦਾਰ ਹੁੰਦੇ ਨੇ, ਪਟਵਾਰੀ ਹੁੰਦੇ ਨੇ, ਉਹਨਾਂ ਦਾ ਇਹ ਹੁੰਦਾ ਕਿ NRI ਆ ਇਹਨੂੰ ਲੁੱਟ ਲਓ, ਇਹਦੇ ਤੋਂ ਇਹਦੇ ਕੋਲ ਪੈਸੇ ਮਾਰ ਲਓ ਜਿੰਨੇ ਲੈ ਸਕਦੇ ਹੋ। ਅਤੇ ਉਦੋਂ NRI ਕਿੱਥੇ ਜਾਂਦੇ ਨੇ? ਉਦੋਂ ਤਾਂ NRI ਦੇ ਪ੍ਰਤੀ ਕੋਈ ਸੌਫਟ ਕਾਰਨਰ ਕਿਸੇ ਦੇ ਪ੍ਰਤੀ ਦਿਖਾਈ ਨਹੀਂ ਦਿੰਦਾ ਕਿਸੇ ਨੂੰ। ਹੋਰ ਇੱਕ ਸਾਡੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ। ਹਾਂਜੀ ਹੈਲੋ 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 ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜਸਪਾਲ ਜੀ ਕੀ ਹਾਲ ਹੈ ਜੀ? ਠੀਕ ਠਾਕ। ਹਾਂਜੀ ਬਹੁਤ ਮਿਹਰਬਾਨੀ, ਥੈਂਕ ਯੂ। ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇਸ ਮਸਲੇ ਤੇ? ਬਾਕੀ ਸਾਰਾ ਤੁਸੀਂ ਬੜੇ ਵਿਸਤਾਰ ਦੇ ਨਾਲ ਸਾਰੀ ਗੱਲ ਦੱਸ ਦਿੱਤੀ ਹੈ, ਉਹਦੀ ਮੈਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ। ਜੋ ਕੁਛ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨਸ ਆ ਵਾਅਦੇ ਕਰਦੇ ਆ, ਮੈਂ ਕਹਿੰਦਾ ਇਹ ਤਾਂ ਦਿਸ ਇਜ਼ ਦੀ ਆਰਡਰ ਆਫ ਦੀ ਡੇ ਜੀ, ਕਿ ਜਿਹੜਾ ਹਰ ਸਟੇਟ ਦੇ ਵਿੱਚ ਹਰ ਜਿਹੜਾ ਪੋਲੀਟੀਸ਼ੀਅਨ ਆ ਉਹ ਵਾਅਦੇ ਕਰਦਾ, ਈਵਨ ਪ੍ਰਾਈਮ ਮਿਨਿਸਟਰ ਤੱਕ ਇਹਨਾਂ ਨੇ ਵਾਅਦੇ ਕੀਤੇ। ਮੋਦੀ ਨੇ ਇਹਦੇ ਸ਼ਾਮ ਨੂੰ ਪ੍ਰੋਗਰਾਮ ਆਉਂਦਾ ਹੁੰਦਾ ਇੱਕ ਨਿਊਜ਼ ਦਾ, ਸਾਡੇ ਪ੍ਰੋਗਰਾਮ ਤੋਂ ਮਗਰੋਂ, ਤੇ ਉਹ ਘੰਟੀ ਵਜਾ ਉਹਦਾ ਪ੍ਰੋਗਰਾਮ, ਉਸ ਪਿੰਡਾਂ ਜਾਂਦਾ ਦੇਖਦੇ ਆ। ਮੋਦੀ ਨੇ ਕਿਹਾ ਸੀ ਕਿ ਜਿਹੜੀ ਹਰ ਪ੍ਰੈਗਨੈਂਟ ਮਦਰ ਆ ਨਾ ਉਹਨੂੰ ਅਸੀਂ 6,000 ਰੁਪਇਆ ਦੇਵਾਂਗੇ। ਹੁਣ ਜਾ ਕੇ ਪੁੱਛਿਆ ਉਹਨਾਂ ਨੂੰ, ਕਿਸੇ ਨੂੰ ਕੁਛ ਨੀ ਮਿਲਿਆ, ਕਿਸੇ ਨੂੰ ਮਿਲੇ ਤਾਂ 50 ਰੁਪਏ ਜਾਂ ਕਿਸੇ ਨੂੰ ਮਿਲੇ। ਉਹ ਤਾਂ ਕਹਿੰਦੇ 15 ਲੱਖ ਰੁਪਏ ਹਰ ਬੰਦੇ ਦੇ ਬੈਂਕ ਅਕਾਊਂਟ 'ਚ ਆ ਜਾਏਗਾ, ਇਹ ਵੀ ਸੀਗਾ ਵਾਅਦੇ ਸਾਰੇ ਕਰਦੇ। ਮਗਰ ਇਸ ਵੇਲੇ ਜਿਹੜੀ ਪੋਜੀਸ਼ਨ ਹੈਗੀ ਆ ਇਹ ਕਿ ਤੁਸੀਂ ਪੰਜਾਬ, ਅੱਜ ਪੰਜਾਬ ਦੇ ਵਿੱਚ ਕੈਪਟਨ ਨੇ ਉੱਪਰ ਹਵਾਈ ਦੌਰਾ ਕਰਕੇ ਉਹ ਦੇਖਿਆ, ਦੱਸੋ ਉਹ ਉਹ ਜ਼ਮੀਨ ਤੇ ਨਹੀਂ ਗਿਆ ਹੈਗਾ ਬੰਦੇ ਨੂੰ, ਕਿਸੇ ਨੂੰ ਕਮ ਸੇ ਕਮ ਝੂਠੀ ਤੁਸੀਂ ਉਹਦੇ ਨਾਲ ਥੋੜਾ ਜਿਹਾ ਸਿੰਪਥੀ ਤਾਂ ਸ਼ੋਅ ਕਰੋ ਬੰਦਿਆਂ ਨੂੰ ਥੱਲੇ ਆੜ ਕੇ, ਉੱਪਰ ਹਵਾਈ ਦੌਰਾ ਕਰਕੇ ਚਲੇ ਗਿਆ ਹੈਜੀ। ਔਰ ਇਸ ਵੇਲੇ ਹਾਲਤ ਪੰਜਾਬ ਦੀ ਇਹ ਹੈਗੀ ਕਿਸਾਨਾਂ ਦੀ, ਮੈਂ ਕਹਿੰਦਾ ਉਹ ਜੇਲ ਬੰਦੇ ਦਾ ਨਾ ਬਾਹਰ ਨਿਕਲਦਾ ਦੇਖ ਕੇ, ਸਾਡੇ ਉਹਨਾਂ ਦੀ ਉਹਨੇ ਫੋਟੋ ਦੇਖੋ ਤੁਸੀਂ, ਪਿਕਚਰਾਂ ਦੇਖੋ, ਤਬਾਹੀ ਹੋ ਗਈ ਉਹਨਾਂ ਦੀਆਂ ਜਿਹੜੀ ਫਸਲਾਂ ਹੈਗੀਆਂ ਆ, ਉਹ ਵਿਚਾਰੇ ਸਾਰੇ ਸਾਲ ਦੀ ਕਮਾਈ ਆ ਉਹ ਖਤਮ ਹੋ ਗਈ ਆ, ਕੀ ਕਰਨ ਕੀ ਖਾਣਗੇ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਲੈਣ ਦੀ ਖਾਤਰ ਕਹਿਣਾ ਕੋਈ ਉਹਨਾਂ ਨੇ ਤੁਹਾਡੇ ਨਾਲ ਐਗਰੀਮੈਂਟ ਨਹੀਂ ਕੀਤਾ। ਇਸ ਵੇਲੇ ਮੇਰਾ ਵਿਚਾਰ ਇਹ ਹੈਗਾ ਕਿ ਦੇ ਸ਼ੁੱਡ ਫੋਰਗੈਟ, ਜਿਹੜੇ ਵੀ ਮੁੱਦੇ ਹੈਗੇ ਉਹਨਾਂ ਨੂੰ ਭੁੱਲ ਕੇ ਪੰਜਾਬ ਦੇ ਵਿੱਚ ਇੱਕ ਐਮਰਜੈਂਸੀ ਲਾ ਕੇ ਜਿਹੜਾ ਨਾ ਉਹ ਜਿਹੜਾ ਕਿਸਾਨਾਂ ਦੀ ਜਿਹੜੀ ਹਾਲਤ ਆ ਨਾ ਉਹਦੇ ਉੱਤੇ ਗੌਰ ਕਰਨਾ ਚਾਹੀਦਾ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਪਿਟੀਏਬਲ ਉਹਨਾਂ ਦੀ ਨਾ ਹਾਲਤ ਹੈਗੀ। ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ। ਅਤੇ ਤੁਸੀਂ ਦੇਖਿਆ ਸਾਡੇ ਦਰਸ਼ਕ ਕਿਸ ਤਰ੍ਹਾਂ, ਜੇ ਸਾਡੇ ਸੂਝਵਾਨ ਦਰਸ਼ਕ ਨੇ ਉਹ ਆਪਣੀ ਆਪਣੀ ਗੱਲ ਦੱਸ ਰਹੇ ਨੇ, ਮੈਂ ਕਹਾਂਗਾ ਦਿਲ ਦਾ ਦਰਦ ਦੱਸ ਰਹੇ ਨੇ। ਔਰ ਇੱਕ ਗੱਲ ਉਹਨਾਂ ਨੇ ਕਹੀ ਕਿ ਕੋਈ ਸਟਾਮ ਪੇਪਰ 'ਤੇ ਲਿਖ ਕੇ ਨਹੀਂ ਦਿੰਦਾ ਪੋਲੀਟੀਸ਼ੀਅਨ, ਇਹ ਗੱਲ ਬਿਲਕੁਲ ਠੀਕ ਹੈ, ਲੇਕਿਨ ਤੁਸੀਂ ਇਹ ਮੰਨਦੇ ਹੋ ਉਹਨਾਂ ਦੀ ਕੀ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੂੰ ਵਾਅਦਾ ਪੂਰਾ ਕਰਨਾ ਪੈਂਦਾ ਜਾਂ ਕਰਨਾ ਚਾਹੀਦਾ? ਇਸ ਬਾਰੇ ਗੱਲ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਪੰਜਾਬ ਦੇ ਵਿੱਚ ਸਮਾਰਟਫੋਨ ਦੇਣ ਦੀ ਸਕੀਮ ਕੈਪਟਨ ਸਰਕਾਰ ਚਲਾਉਣ ਜਾ ਰਹੀ ਹੈ। ਦੀਵਾਲੀ ਤੋਂ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਸਮਾਰਟਫੋਨ ਵੰਡੇ ਜਾ ਰਹੇ ਹਨ। ਟੋਟਲ 50 ਲੱਖ ਫੋਨ ਦੇਣ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। 30 ਲੱਖ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਾਇਆ ਸੀਗਾ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਸਾਡੇ ਇੱਕ ਸੂਝਵਾਨ ਦਰਸ਼ਕ ਸੀਗੇ, ਉਹਨਾਂ ਨੇ ਅੱਛੀ ਗੱਲ ਇਹ ਕਹੀ, ਉਹ ਇਹ ਗੱਲ ਕਹਿ ਰਹੇ ਸੀਗੇ ਕਿ ਜਿਹੜੀਆਂ ਸਰਕਾਰਾਂ ਵਾਅਦਾ ਕਰਦੀਆਂ ਕੋਈ ਸਟੈਂਪ ਪੇਪਰ 'ਤੇ ਲਿਖ ਕੇ ਤਾਂ ਨਹੀਂ ਦਿੰਦੀਆਂ, ਨਹੀਂ ਪੂਰੇ ਕਰਨੇ ਨਾ ਕਰੋ, ਜੇ ਕਰਨੇ ਵੀ ਹੈ ਤਾਂ ਇੱਕ ਟਾਈਮ ਲਿਮਿਟ ਦੇ ਵਿੱਚ ਪੂਰੇ ਕਰੋ। ਅੱਜ ਅਸੀਂ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਚਾਹਾਂਗਾ ਕਿ ਸਰਕਾਰਾਂ ਨੂੰ ਆਪਣੇ ਜਿਹੜੇ ਵਾਅਦੇ ਨੇ ਪੂਰੇ ਕਿਉਂ ਕਰਨੇ ਪੈਂਦੇ ਆ। ਅੱਜ ਦੀ ਡੇਟ 'ਚ ਜਿਹੜੀਆਂ ਸਿਆਸੀ ਪਾਰਟੀਆਂ ਭਾਰਤ ਦੇ ਵਿੱਚ ਹੈਗੀਆਂ ਨੇ, ਉਹਨਾਂ ਦੇ ਕਿਸੇ ਦਾ ਮੁਸਲਿਮ ਵੋਟ ਬੈਂਕ ਹੈ, ਕਿਸੇ ਦਾ ਦਲਿਤ ਵੋਟ ਬੈਂਕ ਹੈ, ਕਿਸੇ ਦਾ ਬੈਕਵਰਡ ਵੋਟ ਬੈਂਕ ਹੈ। ਹੁਣ ਇੱਕ ਨਵਾਂ ਵੋਟ ਬੈਂਕ ਪੰਜਾਬ ਦੀ ਸਿਆਸਤ ਵਿੱਚ ਆ ਰਿਹਾ, ਕੀ ਪਤਾ ਤਾਂ, ਉਹਦਾ ਨਾਮ ਹੈ ਲੈਪਟਾਪ ਵੋਟ ਬੈਂਕ। ਦੂਜਾ ਇੱਕ ਵੋਟ ਬੈਂਕ ਹੋਰ ਬਣਨ ਵਾਲਾ ਹੈ, ਉਹ ਹੈ ਸਮਾਰਟਫੋਨ ਵੋਟ ਬੈਂਕ। ਇਹ ਜਿਹੜੇ ਹੁਣ ਇਹ ਨਵੇਂ ਵੋਟ ਬੈਂਕ ਬਣ ਰਹੇ ਨੇ, ਅਤੇ ਕਿਆ ਕੈਪਟਨ ਸਰਕਾਰ ਇਹ ਮਤਲਬ ਗਲਤੀ ਕਰ ਸਕੇਗੀ ਜਾਂ ਕਿਆ ਇਹ ਰਿਸਕ ਲੈ ਸਕੇਗੀ ਕਿ ਆਪਣੇ ਉਹਨਾਂ ਨੌਜਵਾਨਾਂ ਨੂੰ ਮੋਬਾਈਲ ਫੋਨ ਨਾ ਦੇਵੇ? 50 ਲੱਖ ਜਿਹੜੇ ਨੌਜਵਾਨ ਫੋਨ ਦਾ ਇੰਤਜ਼ਾਰ ਕਰ ਰਹੇ ਹੋਣਗੇ ਜਾਂ ਕਰ ਰਹੇ ਨੇ, ਉਹਨਾਂ ਨੂੰ ਪੰਜਾਬ ਸਰਕਾਰ ਜਾਂ ਕੈਪਟਨ ਸਰਕਾਰ ਨਾਰਾਜ਼ ਕਰ ਸਕਦੀ ਹੈ? ਹੁਣ ਕਰਤਾ ਮਰਤਾ ਕਿਆ ਨਾ ਕਰਤਾ, ਉਹ ਤਾਂ ਹੁਣ ਕਰਨਾ ਪਏਗਾ। ਹੁਣ ਸਰਕਾਰੀ ਖਜ਼ਾਨਾ ਖਾਲੀ, ਉਸ ਦੇ ਬਾਵਜੂਦ ਵੀ ਦੇਣਾ ਪਏਗਾ ਕਿਉਂਕਿ ਤੁਸੀਂ ਵਾਅਦਾ ਕੀਤਾ ਸੀ। ਅਤੇ ਤੁਸੀਂ ਵਾਅਦਾ ਅਗਰ ਇਮਪ੍ਰੈਕਟੀਕਲ ਸੀ ਤਾਂ ਕੀਤਾ ਕਿਉਂ? ਕਿਉਂਕਿ ਉਸ ਸਮੇਂ ਨੌਜਵਾਨਾਂ ਦੇ ਵੋਟ ਬੈਂਕ ਨੂੰ ਟੈਪ ਕਰਨਾ ਸੀ। ਅੱਜ ਦੀ ਡੇਟ 'ਚ ਫਿਰ ਉਹਨਾਂ ਨੂੰ ਫੇਸ ਕਰਨਾ ਪੈਣਾ, ਦੇ ਆਰ ਦੀ ਫਿਊਚਰ ਵੋਟ ਬੈਂਕ, ਕੁਛ ਹਾਲੇ ਵੀ ਵੋਟਾਂ ਪਾ ਰਹੇ ਹੋਣੇ ਆ, ਇਹ ਸਾਰੇ ਮੁੰਡਿਆਂ ਨੂੰ ਇਹਨਾਂ ਨੂੰ ਵੋਟ ਦੇਣੇ ਪੈਣੇ, ਕਿਉਂਕਿ ਯੂ ਕੈਨ ਨੋਟ ਅਨੋਏ ਦੈਮ, ਤੁਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ। ਜੇ ਅਖਿਲੇਸ਼ ਯਾਦਵ ਨੇ ਲੈਪਟਾਪ ਦੇਣ ਦਾ ਵਾਅਦਾ ਕੀਤਾ ਸੀ ਤਾਂ ਫਿਰ ਦੇਣੇ ਪੈਣਗੇ। ਉਹ ਇਹ ਚੀਜ਼ ਹੈ, ਬਾਅਦ ਵਿੱਚ ਭਲੇ ਜਾ ਕੇ ਉਹ ਬੱਚੇ ਜਾ ਕੇ ਯੂਪੀ ਦੇ ਜਾ ਕੇ ਬਾਜ਼ਾਰਾਂ 'ਚ ਵੇਚ ਆਣ, ਇਹ ਸਮਾਰਟਫੋਨ ਵੀ ਕਈ ਜਾ ਕੇ ਭਾਵੇਂ ਬਾਜ਼ਾਰਾਂ 'ਚ ਵਿਕ ਜਾਣ, ਲੇਕਿਨ ਦੇਣੇ ਪੈਣਗੇ। ਇਹ ਸਾਡੇ ਦਰਸ਼ਕ ਗੱਲ ਕਰਨਾ ਚਾਹ ਰਹੇ ਨੇ। ਹੈਲੋ, ਹੈਲੋ ਜੀ, ਸ਼ਰਮਾ ਜੀ, ਮੈਂ ਬਲਿਹਾਰ ਸਿੰਘ ਰੰਧਾਵਾ ਇੰਗਲੈਂਡ ਤੋਂ ਬੋਲਦਾ। ਸਤਿ ਸ਼੍ਰੀ ਅਕਾਲ ਜੀ ਬਲਿਹਾਰ ਸਿੰਘ ਜੀ, ਕੀ ਹਾਲ ਜੀ? ਸਤਿ ਸ਼੍ਰੀ ਅਕਾਲ ਜੀ, ਹਾਲ ਬਦਲਿਆ ਬਾਬਾ ਜੀ, ਤੁਹਾਡਾ ਪ੍ਰੋਗਰਾਮ ਬੜਾ ਪਾਰਦਰਸ਼ੀ ਆ, ਬੜੀ ਬੇਬਾਕੀ ਦੇ ਨਾਲ ਤੁਸੀਂ ਤੱਥਾਂ ਦੇ ਆਧਾਰਤ ਗੱਲਾਂ ਕਰ ਰਹੇ ਹੋ ਜੀ ਜੀ ਜੀ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਵਰਗਾ ਜਿਹੜਾ ਸੂਝਵਾਨ ਐਂਕਰ ਆ ਉਹ ਉਲਾਰ ਹੋ ਕੇ ਨਹੀਂ ਗੱਲ ਕਰਦਾ, ਤੱਥਾਂ ਦੇ ਆਧਾਰਤ ਗੱਲ ਕਰਦਾ ਤੇ ਬਕਾਇਦਾ ਤੌਰ ਤੇ ਸਵਾਲੀਆ ਚੈਨਲ ਆਉਂਦਾ ਜਦੋਂ ਸਰਕਾਰਾਂ ਉੱਤੇ, ਉਸ ਸਵਾਲੀਆ ਚੈਨਲ ਦੇ ਥੱਲੇ ਸਰਕਾਰ ਆਈ ਹੋਈ ਕੀ ਜਵਾਬ ਦਿੰਦੀ ਆ? ਕੋਈ ਸਰਕਾਰੀ ਨੇਤਾ ਸੁਣਦੇ ਹੋਣਗੇ, ਉਹਨਾਂ ਦੀਆਂ ਪਾਰਟੀਆਂ ਸੁਣਦੀਆਂ ਹੋਣਗੀਆਂ, ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਫਿਰ ਆਪਣੀ ਇਸ ਸਵਾਲ ਤੁਹਾਡੇ ਸਵਾਲੀਆ ਚੈਨਲ ਦੇ ਹੇਠੋਂ ਨਿਕਲਣ ਲਈ। ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਦੂਜੀ ਗੱਲ ਹੈ, ਤੁਸੀਂ ਮਸਲਾ ਛੋਹਿਆ ਭੋਗਲ ਸਾਹਿਬ ਕਹਿ ਕੇ ਗਿਆ NRI ਉੱਤੇ, ਮੈਂ ਉੱਥੇ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਤੁਹਾਡੀ ਆਗਿਆ ਨਾਲ। ਦੱਸੋ ਜੀ, ਦੱਸੋ, ਸਵਾਗਤ ਹੈ ਤੁਹਾਡਾ। ਮੈਂ ਇਹਦੇ ਤੇ ਕੰਮ ਕੀਤਾ ਕਰਕੇ ਐਜ਼ ਏ ਜਰਨਲਿਸਟ, ਤੇ ਮੈਂ NRI ਸਭਾ ਬਣੀ ਸੀ, ਉਹਨਾਂ ਦੇ ਜਿਹੜੇ ਮੁਖੀ ਸੀਗੇ ਨਾ, ਸਥਾਪਕ ਸੀ ਜਿਹੜੇ ਆਪਣੇ ਸ੍ਰੀ ਵਾਸਤਵਾ ਜੀ, ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਿਆ ਤੇ ਇੰਨੇ ਡੂੰਘਾਈ 'ਚ ਜਾ ਕੇ ਇੰਨੇ ਜ਼ਮੀਨੀ ਪੱਧਰ 'ਤੇ ਤੁਸੀਂ ਇਹ ਕੰਮ ਕੀਤਾ NRI ਉੱਤੇ। ਉਹ ਇਹ ਸੀ ਕਿ ਮੈਂ ਸਿਰਫ ਇੱਕ ਬੈਲਟ ਮਾਰ ਆਪਣੇ ਦੁਆਬਾ ਬੈਲਟ ਦੀ ਗੱਲ ਕੀਤੀ ਸੀ, ਨਵੇਂ ਸ਼ਹਿਰ ਤੋਂ ਨਕੋਦਰ ਤੱਕ ਮੈਂ ਜਿਹੜੇ NRI ਨੇ ਉੱਥੇ ਇਨਵੈਸਟਮੈਂਟ ਨਹੀਂ ਕੀਤੀ, ਜਿਹੜੇ ਉੱਥੇ ਕਾਲਜ ਬਣਾਏ ਨੇ, ਹਸਪਤਾਲ ਬਣਾਏ ਆ, ਸਕੂਲ ਬਣਾਏ ਆ, ਪਿੰਡਾਂ ਦੇ ਸੀਵਰੇਜ ਬਣਾਏ ਆ, ਪਿੰਡਾਂ ਦੇ ਸਕੂਲਾਂ ਦੇ ਵਿੱਚ ਇੱਥੋਂ ਤੱਕ ਵੀ ਟੀਚਰ ਵੀ ਰੱਖ ਕੇ ਦਿੱਤੇ ਹੋਏ ਆ, ਤੇ ਜਿਹੜੇ ਜਦੋਂ ਸਕੂਲ ਅਪਗ੍ਰੇਡ ਹੋਣੇ ਸੀ ਨਾ, ਸਰਕਾਰ ਦੀ ਪਾਲਿਸੀ ਸੀ, ਤੇ NRI ਨੇ ਜਦੋਂ ਆਪਣੇ ਪਿੰਡ ਦਾ ਸਕੂਲ ਅਪਗ੍ਰੇਡ ਕਰਾਉਂਦਾ, ਉਹ ਕਹਿੰਦੇ ਸਕੂਲ ਅਪਗ੍ਰੇਡ ਕਰ ਦਿਆਂਗੇ, ਇਹਦੀ ਬਿਲਡਿੰਗ ਵੀ ਤੁਸੀਂ ਬਣਾਓ ਤੇ ਇਹਦੇ ਤੇ ਜਿਹੜੇ ਟੀਚਰ ਰੱਖਣੇ ਆ ਉਹਨਾਂ ਦੀ ਤਨਖਾਹ ਵੀ ਤੁਸੀਂ ਦਿਓ, ਉਹ ਵੀ ਦਿੰਦੇ ਆ, ਅੱਜ ਤੱਕ ਦਿੰਦੇ ਆ। ਮੇਰਾ ਕਹਿਣ ਤੋਂ ਇਹ ਭਾਵ ਆ ਇਹ ਕਿ ਭਾਵੇਂ ਆਪਣੀਆਂ ਕੋਠੀਆਂ ਬਣਾਉਂਦੇ ਸੀ NRI ਜਾ ਕੇ, ਉਹਨਾਂ ਦੇ ਉੱਤੇ ਜਾਂ ਕੰਸਟਰਕਸ਼ਨ ਹੁੰਦੀ ਸੀ, ਉਹਦੇ ਉੱਤੇ ਕਾਰੀਗਰਾਂ ਨੂੰ ਜੋਬਾਂ ਮਿਲਦੀਆਂ ਸੀ, ਲੇਬਰ ਨੂੰ ਜੋਬਾਂ ਮਿਲਦੀਆਂ ਸੀ, ਸਮੈਂਟ ਵਾਲਿਆਂ ਦੁਕਾਨਾਂ ਚੱਲਦੀਆਂ ਸੀ, ਰੇਹੜਿਆਂ ਵਾਲਿਆਂ ਨੂੰ ਦੁਕਾਨਾਂ ਮਿਲਦੀ, ਰਿਕਸ਼ਾ ਵਾਲਿਆਂ ਨੂੰ ਜੋਬਾਂ ਮਿਲਦੀਆਂ ਸੀ। ਇਹ ਸਾਰਾ ਜਦੋਂ ਕੀਤਾ, ਇੱਕ ਸਾਡੇ ਫਲੋਰ ਦਾ DAV ਕਾਲਜ NRI ਨੇ ਬਣਾਇਆ, ਨਵੇਂ ਸ਼ਹਿਰ ਦੇ ਵਿੱਚ ਕਾਲਜ ਢਹਾਂ ਕਲੇਰਾਂ ਦੇ ਵਿੱਚ ਹਸਪਤਾਲ ਦੇ ਕਾਲਜ ਬਣਾਇਆ, ਮੁਕੰਦਪੁਰ NRI ਦਾ ਕਾਲਜ ਬਣਿਆ ਹੋਇਆ, ਬਿਲਗੇ ਬਣਿਆ ਹੋਇਆ, ਜਿੰਨੇ ਵੀ ਕਾਲਜ ਸਕੂਲ ਬਣੇ NRI ਨੇ ਬਣਾਏ ਆ, ਫਿਰ ਉੱਥੇ ਅੱਖਾਂ ਦੇ ਹਸਪਤਾਲ ਜਿੰਨੇ ਲੱਗਦੇ ਕੈਂਪ NRI ਲਵਾਉਂਦਾ ਜਾ ਕੇ, ਜਿੰਨੀਆਂ ਵੀ ਹੋਰ ਸਾਰਾ ਕਹਿੰਦਾ। ਪਰ ਇੱਕ ਜਿਹੜੀ ਮੈਂ ਗੱਲ, ਮੈਨੂੰ ਦੁੱਖ ਦੀ ਗੱਲ ਇਹ ਸ਼ਰਮਾ ਜੀ, ਤੁਸੀਂ ਇਹ ਕਰਿਓ ਆਪਣੇ ਕਿਤੇ, ਭਈ ਜਦੋਂ ਤਾਂ NRI ਪੰਜਾਬ ਨੂੰ ਸਵਰਗ ਬਣਾ ਰਿਹਾ, NRI ਦੀ ਕੰਟਰੀਬਿਊਸ਼ਨ ਪੰਜਾਬ ਚੋਂ ਕੱਢ ਦਿਓ, ਬਾਕੀ ਦੱਸ ਦਿਓ ਪੰਜਾਬ ਚ ਬਚਦਾ ਕੀ ਆ। ਠੀਕ ਹੈ ਜੀ,
NRI ਦੀ ਕੰਟਰੀਬਿਊਸ਼ਨ ਸਾਰੀ ਪੰਜਾਬ ਦੇ ਪਾਸੇ ਕਰ ਲਓ, ਬਾਕੀ ਮੈਨੂੰ ਦੱਸਣ ਸਰਕਾਰਾਂ ਵੀ ਪੰਜਾਬ 'ਚ ਬਾਕੀ ਕੀ ਬਾਰੇ ਸਰਕਾਰਾਂ ਵੱਲੋਂ ਕੀ ਕੀਤਾ ਹੋਇਆ ਪੰਜਾਬ ਦੇ ਵਿੱਚ। ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਹ ਇਹ ਕਹਿਣੀ ਚਾਹੁੰਦਾ ਵੀ ਜਦੋਂ NRI ਨੇ ਇਹ ਕਿਹਾ ਵੀ ਅਸੀਂ ਅਕਾਲੀ ਭਾਜਪਾ ਵੀ ਦੇਖ ਲਈ, ਕਾਂਗਰਸ ਵੀ ਦੇਖ ਲਈ, ਕੋਈ ਬਦਲ ਚਾਹੀਦਾ, ਤੇ ਸਾਰੀਆਂ ਪਾਰਟੀਆਂ ਦੇ ਜਥੇ ਆਪਣੇ ਲੀਡਰਾਂ ਨੇ, ਭਾਜਪਾ ਦੇ ਲੀਡਰਾਂ ਨੇ, ਅਕਾਲੀਆਂ ਦੇ ਲੀਡਰਾਂ ਨੇ, ਕਾਂਗਰਸ ਦੀਆਂ ਲੀਡਰਾਂ ਨੇ ਇੱਕ ਜ਼ਬਾਨ ਹੋ ਕੇ ਕਿਹਾ ਵੀ ਪੰਜਾਬ ਵਿੱਚ ਅੱਤਵਾਦ ਫੈਲਾਉਣਾ ਚਾਹੁੰਦੇ NRI। ਸਾਡਾ ਅਕਸ ਜਿਹੜਾ ਸੀ, ਹਰ ਇੱਕ NRI ਦਾ ਅਕਸ ਜਿਹੜਾ ਸੀ ਉਹ ਅੱਤਵਾਦੀ ਬਣਾ ਦਿੱਤਾ। ਕਿਉਂ? ਸਿਰਫ NRI ਨੇ ਇੰਨੀ ਗੱਲੇ ਕਹੀ ਵੀ ਅਸੀਂ ਪਿਛਲੇ 50 ਸਾਲ ਤੋਂ ਅਸੀਂ ਭਾਜਪਾ ਅਕਾਲੀ ਵੀ ਦੇਖ ਲਏ, ਅਸੀਂ ਕਾਂਗਰਸ ਵੀ ਦੇਖ ਲਈ, ਜਨਤਾ ਪਿਸ ਰਹੀ ਆ, ਇਹ ਪੰਜਾਬ ਨੂੰ ਮਾਰ ਰਹੇ ਆ, ਜਨਤਾ ਨਾਲ ਝੂਠ ਕਰ ਰਿਹਾ, ਫਰੇਬ ਮਾਰ ਰਿਹਾ, ਜਨਤਾ ਦੇ ਨਾਲ ਝੂਠੇ ਲਾਰੇ ਲਾ ਰਹੇ ਆ, ਅਸੀਂ ਤੀਜਾ ਬਦਲ ਚਾਹੁੰਦੇ ਹਾਂ, ਇੰਨੀ ਗੱਲ ਕਹਿਣ ਦੀ ਦੇਰ। ਅੱਜ ਸਾਨੂੰ ਪਤਾ NRI ਨੂੰ ਸਾਨੂੰ ਕਿਹਨਾਂ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪੈਂਦਾ। ਤੁਸੀਂ ਦੱਸ ਚੁੱਕੇ ਹੋ ਕਿ NRI ਥਾਣਿਆਂ ਦੇ ਮੂਹਰੇ ਪਿੱਛੇ ਬਿਠਾ ਲੈ ਜਾਂਦੇ ਆ, NRI ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ। ਤੁਸੀਂ ਸੂਝਵਾਨ ਜਰਨਲਿਸਟ ਹੋ, ਮਿਹਰਬਾਨੀ ਕਰਕੇ NRI ਦਾ ਜਿਹੜਾ ਅਕਸ ਧੁੰਦਲਾ ਕੀਤਾ ਜਾ ਰਿਹਾ, ਜਿਹੜਾ ਇਹਨੂੰ ISI ਦੇ ਬੰਦੇ ਕਿਹਾ ਜਾ ਰਿਹਾ, ਜਿਹੜਾ ਇਹਨਾਂ ਨੂੰ ਅੱਤਵਾਦ ਫੈਲਾਉਣ ਦਾ ਦੋਸ਼ ਲਾ ਰਿਹਾ, ਮਿਹਰਬਾਨੀ ਕਰਕੇ ਤੁਸੀਂ ਸਿਆਣੇ ਕਰੋ ਸਾਡਾ NRI ਦਾ ਕੇਸ ਜਿਹੜਾ ਆ, ਮਿਹਰਬਾਨੀ ਕਰਕੇ। ਮੈਂ ਇਸ ਅਕਸ ਨੂੰ ਠੀਕ ਕਰਨ ਦੀ ਲੋੜ ਹੈ। ਠੀਕ ਕਹਿ ਰਹੇ ਤੁਸੀਂ, ਮੈਂ ਗੱਲ ਕਰਦੇ ਜਿਸ ਬਾਰੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਇਹ ਸਾਡੇ ਦਰਸ਼ਕ ਸੀ, NRI ਦਾ ਜੋ ਦਰਦ ਹੈ, ਜੋ ਉਹਨਾਂ ਦੀ ਪੀੜ ਹੈ, ਜੋ ਉਹਨਾਂ ਦੇ ਦਿਲ 'ਚ ਟੀਸ ਹੈ, ਉਸ ਦਾ ਬਿਆਨ ਕਰ ਰਹੇ ਸੀ ਕਿ ਜਿਹੜੇ NRI ਨੇ ਹਸਪਤਾਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਸਕੂਲ ਬਣਾਉਂਦੇ ਨੇ, ਔਰ ਇਹਨਾਂ ਨੇ NRI ਨੂੰ ਫਿਰ ਪੁਲਿਸ ਥਾਣੇ ਦੇ ਪਿੱਛੇ 4-4 ਘੰਟੇ ਖਿਲਾਰਿਆ ਜਾਂਦਾ ਜਦੋਂ ਉਹਨਾਂ ਦੇ ਪਲਾਟਾਂ 'ਤੇ ਕਬਜ਼ਾ ਹੋ ਜਾਂਦਾ, ਜਿੱਦਾਂ ਉਹਨਾਂ ਦੀ ਜਾਇਦਾਦ 'ਤੇ ਜਦੋਂ ਉਹਨਾਂ ਦੀ ਜਾਇਦਾਦ 'ਤੇ ਕਬਜ਼ਾ ਹੋ ਜਾਂਦਾ। ਲੇਕਿਨ ਸਵਾਲ ਅਸੀਂ ਇਹੀ ਪੁੱਛਦੇ ਹਾਂ, ਕਿਆ ਪੁੱਛਦੇ ਹਾਂ ਕਿ ਜਿਹੜੀਆਂ ਸਰਕਾਰਾਂ ਨੇ, ਕਿਆ ਉਹਨਾਂ ਦੀ ਕੋਈ ਮੋਰਲ ਰਿਸਪੋਂਸੀਬਿਲਟੀ ਨਹੀਂ, ਉਹਨਾਂ ਦੀ ਕੋਈ ਨੈਤਿਕ ਜ਼ਿੰਮੇਦਾਰੀ ਨਹੀਂ ਇਹਨਾਂ ਚੀਜ਼ਾਂ ਨੂੰ ਕਰਨ ਦੀ, ਇਹਨਾਂ ਚੀਜ਼ਾਂ ਨੂੰ ਸਾਂਭ ਸੰਭਾਲ ਕਰਨ ਦੀ? ਇੱਕ ਸਵਾਲ ਹੈ ਉੱਠਦਾ ਕਿ ਅਗਰ ਪੰਜਾਬ ਸਰਕਾਰ ਦੇ ਕੋਲ VIP ਸਿਕਿਉਰਿਟੀ 'ਤੇ ਪੈਸਾ ਖਰਚ ਕਰਨ ਦੇ ਲਈ ਰਕਮ ਹੈਗੀ ਹੈ, ਅਗਰ ਪੰਜਾਬ ਸਰਕਾਰ ਦੇ ਕੋਲ ਕੁਝ ਹੋਰ ਕਰਨ ਦੇ ਲਈ ਪੈਸੇ ਹੈਗੇ ਨੇ, ਤਾਂ ਇਹਨਾਂ ਚੀਜ਼ਾਂ ਵਾਸਤੇ ਕਿਉਂ ਨਹੀਂ ਹੈਗੇ? ਪ੍ਰਾਇਓਰਿਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਕਿਉਂ ਬਦਲ ਜਾਂਦੀਆਂ ਨੇ? ਹਮੇਸ਼ਾ ਇੱਕ ਦੂਜੇ ਦੇ ਉੱਤੇ ਦੋਸ਼ਾਰੋਪਣ ਕਿਉਂ ਹੁੰਦਾ ਕਿ ਪੁਰਾਣੀ ਸਰਕਾਰ ਇਹ ਕਰ ਗਈ, ਨਵੀਂ ਸਰਕਾਰ ਨੇ ਇਹ ਕਰਤਾ? ਸਾਡੇ ਕਈ ਦਰਸ਼ਕ ਇਸ ਦੇ ਬਾਰੇ ਗੱਲ ਕਰਨਾ ਚਾਹ ਰਹੇ ਨੇ। ਹੈਲੋ, ਠੀਕ ਹੈ ਜੀ। ਇਹ ਸਾਡੇ ਦਰਸ਼ਕ ਨੇ ਸਾਨੂੰ ਦੱਸ ਰਹੇ ਸੀ ਕਿ ਮੋਬਾਈਲ ਫੋਨ ਦੇ ਨੁਕਸਾਨ ਕੀ ਨੇ, ਉਹ ਮੰਨ ਰਹੇ ਹਾਂ, ਲੇਕਿਨ ਮੋਬਾਈਲ ਫੋਨ ਉਹ ਕਹਿੰਦੇ ਨੇ ਐਕਸੈਸ ਜ਼ਿਆਦਾ ਇਸਤੇਮਾਲ ਕਰੋ, ਜ਼ਿਆਦਾ ਉਹਦਾ ਇਸਤੇਮਾਲ ਕਰੋ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਜ਼ਿਆਦਾਤਰ ਲੋਕ ਫੇਸਬੁੱਕ 'ਤੇ, ਵਟਸਐਪ 'ਤੇ ਲੱਗੇ ਰਹਿੰਦੇ ਨੇ, ਇੰਸਟਾਗ੍ਰਾਮ 'ਤੇ ਲੱਗੇ ਰਹਿੰਦੇ ਨੇ, ਉਹ ਗੱਲ ਜਾਇਜ਼ ਹੈ। ਅੱਜ ਕੱਲ੍ਹ ਸਾਰੇ ਪੇਰੈਂਟਸ ਦੀ ਟੈਨਸ਼ਨ ਵੀ ਇਸੇ ਹੈ ਕਿ ਬੱਚੇ ਸਾਰਾ ਦਿਨ ਮੋਬਾਈਲ ਫੋਨਾਂ 'ਤੇ ਲੱਗੇ ਰਹਿੰਦੇ, ਲੇਕਿਨ ਮੋਬਾਈਲ ਫੋਨ ਅੱਜ ਦੀ ਡੇਟ 'ਚ ਬੜੀ ਜ਼ਰੂਰਤ ਹੈ, ਬੱਚਿਆਂ ਵਾਸਤੇ ਵੀ, ਨੌਜਵਾਨਾਂ ਵਾਸਤੇ ਵੀ, ਉਹਨਾਂ ਦੀ ਪੜ੍ਹਾਈ ਵਾਸਤੇ ਵੀ, ਅਗਰ ਉਹਦਾ ਪੋਜ਼ਿਟਿਵ ਇਸਤੇਮਾਲ ਕੀਤਾ ਜਾਏ ਤਾਂ। ਇਹ ਚੀਜ਼ਾਂ ਜ਼ਰੂਰੀ ਨੇ, ਲੇਕਿਨ ਅੱਜ ਅਸੀਂ ਜੋ ਗੱਲ ਕਰ ਰਹੇ ਹਾਂ, ਸਮਾਰਟਫੋਨ ਪਲੱਸ ਪੋਲੀਟਿਕਸ ਪਲੱਸ ਸਮਾਰਟਫੋਨ ਦੇ ਉੱਤੋਂ ਪੋਲੀਟੀਕਲ ਜਿਹੜੀ ਮਾਈਲੇਜ ਹੈ, ਉਹਦੇ ਤੋਂ ਸਿਆਸੀ ਲਾਹੇਬੰਦੀ ਕਿਸ ਤਰ੍ਹਾਂ ਲਈ ਜਾ ਸਕਦੀ ਹੈ, ਲੈਪਟੋਪ ਜਿਹੜੇ ਹੁੰਦੇ ਨੇ ਕਿਸ ਤਰ੍ਹਾਂ ਸਰਕਾਰਾਂ ਬਣਵਾ ਸਕਦੇ ਨੇ, ਔਰ ਲੈਪਟੋਪ ਜਿਹੜੇ ਹੁੰਦੇ ਨੇ ਕਿਸ ਤਰ੍ਹਾਂ ਸਰਕਾਰਾਂ ਗਿਰਾ ਸਕਦੇ ਨੇ, ਕਿਸੇ ਵੱਡੇ ਵਰਗ ਨੂੰ, ਕਿਸੇ ਵੱਡੇ ਵੋਟ ਬੈਂਕ ਨੂੰ ਨਾਰਾਜ਼ ਕਰ ਸਕਦੇ ਨੇ। ਅੱਜ ਅਸੀਂ ਇਹ ਗੱਲ ਕਰਨਾ ਚਾਹ ਰਹੇ ਹਾਂ, ਔਰ ਅਸੀਂ ਇਹ ਗੱਲ ਕੀਤੀ ਸੀ ਕਿ ਜਿਹੜੇ NRI ਕਮਿਊਨਿਟੀ ਨੇ, NRI ਜਿਹੜੇ ਹੈਗੇ ਨੇ, ਉਹਨਾਂ ਨੂੰ ਪੰਜਾਬ ਸਰਕਾਰ ਨੇ ਥੋੜ੍ਹੇ ਦਿਨ ਪਹਿਲਾਂ ਇੱਕ ਅਪੀਲ ਇੱਕ ਜਾਰੀ ਹੋਈ ਬਕਾਇਦਾ ਕਿ ਪੰਜਾਬ ਦੀ ਕੈਬਨਿਟ ਵਿੱਚ ਇੱਕ ਫੈਸਲਾ ਲਿਆ ਗਿਆ, ਔਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਅਗਰ ਕੋਈ NRI ਸਕੂਲ ਗੋਦ ਲੈਣਾ ਚਾਹੁੰਦੇ ਨੇ, ਸਕੂਲ ਦੇ ਬੈਂਚ ਖਰੀਦਣਾ ਚਾਹੁੰਦੇ ਨੇ, ਸਕੂਲ ਦੀ ਇਮਾਰਤ ਵਾਸਤੇ ਕੋਈ ਸਾਜੋ ਸਮਾਨ ਦੇਣਾ ਚਾਹੁੰਦੇ ਨੇ, ਤਾਂ ਦੇ ਸ਼ੁੱਡ ਕਮ ਫੋਰਵਰਡ। ਸਰਕਾਰ ਜਿਹੜੀ ਹੁਣ ਹੈ ਸਕੂਲ ਚਲਾਉਣ ਦੇ ਵਾਸਤੇ NRI ਨੂੰ ਲੱਭ ਰਹੀ ਹੈ, ਔਰ NGOs ਨੂੰ ਲੱਭ ਰਹੀ ਹੈ, ਇਹ ਚੀਜ਼ ਹੈ। ਹੈਲੋ, 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 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਬਲਰਾਜ ਸਿੰਘ ਬੋਲਦਾ ਜੀ। ਕਿੱਥੋਂ ਜੀ? ਇੰਗਲੈਂਡ ਤੋਂ। ਇੰਗਲੈਂਡ ਤੋਂ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ, ਕੀ ਕਹਿਣਾ ਚਾਹੋਗੇ? ਮੈਂ ਜੀ ਮੁੱਦੇ ਦੀ ਥੋੜੀ ਜੀ ਗੱਲ ਕਰਨੀ ਜੀ, ਤੋਂ ਇੱਕ ਮਿੰਟ ਮੈਨੂੰ ਟਾਈਮ ਦਿਓ। ਦੱਸੋ ਜੀ, ਦੱਸੋ। ਦੱਸਾਂ ਜੀ, ਮੈਂ ਇੰਡੀਆ ਗਿਆ, ਮੇਰਾ ਪਿੰਡ ਹੈਗਾ ਢੱਡਾ ਸਰੋਣਾ, ਜਲੰਧਰ ਜ਼ਿਲ੍ਹੇ ਭੂਪੜ ਦੇ ਕੋਲ। ਅੱਛਾ ਜੀ। ਮੈਂ ਨਾ ਪਿੰਡ ਦੇ ਵਿੱਚ ਆਪਣਾ ਮਕਾਨ ਪਾਇਆ ਸੀ, ਉਹਦੇ ਸਾਹਮਣੇ ਸੜਕ ਬਣਾ, ਉੱਤੋਂ ਗੱਡੀ ਲਾਉਣ ਨੂੰ ਨਾ ਫੁੱਟਪਾਥ ਬਣਾਉਣਾ ਚਾਹੁੰਦਾ ਸ਼ਰਮਾ ਜੀ। ਜੀ, ਮੈਂ ਚਾਹੁੰਦਾ ਸੀ ਵੀ ਚਲੋ ਮੈਂ ਫੁੱਟਪਾਥ ਬਣਾ ਦਿੰਦਾ, ਤੇ ਚਲੋ ਗੱਡੀ ਉਤਰ ਜਾ ਕਰੂਗੀ ਮੇਰੀ। ਪਿੰਡ ਦੀ ਪੰਚਾਇਤ ਨੇ ਮੇਰਾ ਫੁੱਟਪਾਥ ਨਹੀਂ ਬਣ ਦਿੱਤਾ।
ਠੀਕ ਹੈ ਜੀ। ਥਾਣੇ ਚਲੇ ਗਏ, ਕਈ ਕੁਛ ਕੀਤਾ ਉਹਨੇ, ਇੰਨਾ ਕੀਤਾ ਵੀ ਹੱਦ ਪਏ। ਮੈਂ ਆ ਕਰ ਕਿਹਾ ਵੀ ਮੈਂ ਪੂਰੀ ਸੜਕ ਹੀ ਬਣਾ ਦਿੰਦਾ, ਹੈਗੀ ਸੀ ਕੋਈ 200 ਮੀਟਰ ਦੀ। ਅੱਛਾ ਜੀ, ਅੱਛਾ ਜੀ, ਮਿੱਟੀ ਪਾ ਕੇ ਉਹਦੀ, ਉਹ ਵੀ ਨਹੀਂ ਬਣਾਉਂਦੇ, ਮਤਲਬ ਇਹ ਚੀਜ਼ ਉਹ ਵੀ ਨਹੀਂ ਬਣਾਉਂਦੇ ਸੀ ਮੈਂ ਆਪ। ਹਾਂਜੀ, ਮੈਂ ਆਪਣੇ ਪੈਸੇ ਨਹੀਂ ਬਣਾਉਂਦੀ ਸੀ। ਹੁਣ ਆਈ ਸਰਕਾਰ ਤੁਹਾਨੂੰ ਕਹੇ ਜੀ ਐਨ ਆਰ ਆਈ, ਤੁਸੀਂ ਸਕੂਲ ਗੋਦ ਲੈ ਲਓ, ਬੈਂਚ ਲੈ ਦਿਓ, ਤਾਂ ਕੀ ਕਹੋਗੇ ਤੁਸੀਂ ਹੁਣ? ਮੈਂ ਕਿਹਾ ਜੀ ਇਹੋ ਕਦੀ ਵੀ ਨਹੀਂ ਹੋ ਸਕਦਾ, ਕਦੀ ਵੀ ਨਹੀਂ। ਜਦੋਂ ਮੈਂ ਸੜਕ ਬਣਾਉਣ ਨੂੰ ਕਹਿੰਦਾ ਸੀ ਵੀ ਮੈਂ ਹੀ ਬਣਾ ਦੇਣਾ 200 ਮੀਟਰ ਦੀ ਪੱਕੀ ਸਾਰੀ, ਮੇਰੇ ਪੈਸੇ ਲੱਗੂਗੇ। ਠੀਕ ਹੈ ਜੀ, ਬਹੁਤ ਉਹਨੇ ਵੀ ਬਣ ਦਿੱਤੀ ਮੇਰੀ, ਫਿਰ ਕਹਿੰਦੇ ਢੱਡੇ ਸੁਣਾਉਣੇ ਜੀ। ਠੀਕ ਹੈ ਜੀ, ਇਹ ਤੁਸੀਂ ਦੇਖ ਲਓ ਕੋਈ ਇੱਕ ਬੰਦਾ ਕੀ ਸਲੂਕ ਕਰਦੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਆਪਣੇ ਗੱਲ ਰੱਖਣ ਵਾਸਤੇ। ਅਤੇ ਇਹ ਸਾਡੇ ਐਨ ਆਰ ਆਈ ਭਰਾ ਸੀਗੇ ਜੀ ਬਰਮਿੰਗਮ ਤੋਂ, ਉਹ ਇਹ ਦੱਸ ਰਹੇ ਸੀ ਕਿ ਜਦੋਂ ਆਪਣੇ ਪਿੰਡ ਦੇ ਵਿੱਚ ਕੋਈ ਜਾ ਕੇ ਉਸਾਰੀ ਕਰਨਾ ਚਾਹੁੰਦੇ ਸੀ, ਘਰ ਦੇ ਕੁਛ ਕਰਨਾ ਚਾਹੁੰਦੇ ਸੀ, ਅਤੇ ਉੱਥੇ ਦੀ ਲੋਕਲ ਅਥਾਰਟੀਜ਼ ਨੇ, ਪੰਚਾਂ ਨੇ, ਸਰਪੰਚਾਂ ਨੇ, ਪਿੰਡ ਵਾਲਿਆਂ ਨੇ ਮਦਦ ਹੀ ਨਹੀਂ ਕੀਤੀ। ਔਰ ਇਹਨਾਂ ਐਨ ਆਰ ਆਈਆਂ ਤੋਂ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਆਉਣ, ਸਾਡੇ ਹਸਪਤਾਲ ਬਣਾਉਣ, ਸਾਡੇ ਸਕੂਲ ਬਣਾਉਣ, ਸਾਡੀ ਡਿਸਪੈਂਸਰੀਆਂ ਬਣਾਉਣ, ਉਹਨਾਂ ਨੂੰ ਚਲਾਉਣ। ਔਰ ਸਰਕਾਰਾਂ ਜਿਹੜੀਆਂ ਨੇ ਉਹ ਪੈਸੇ ਤੁਹਾਨੂੰ ਪਤਾ ਕਿੱਥੇ ਖਰਚ ਕਰ ਰਹੀਆਂ ਨੇ, ਇਸ ਬੜੇ ਹੀ ਸੰਜੀਦਾ, ਬੜੇ ਹੀ ਸੀਰੀਅਸ ਮਸਲੇ 'ਤੇ ਸਾਡੀ ਇਹ ਚਰਚਾ, ਸਾਡਾ ਇਹ ਜਿਹੜਾ ਤਬਸਰਾ ਜਾਰੀ ਰਹੇਗਾ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਗੱਲ ਕਰ ਰਹੇ ਹਾਂ ਸਮਾਰਟਫੋਨ ਪੋਲੀਟਿਕਸ, ਲੈਪਟੋਪ ਪੋਲੀਟਿਕਸ, ਔਰ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਸੂਬਿਆਂ ਦੇ ਵਿੱਚ, ਉਹ ਕਿਸ ਤਰ੍ਹਾਂ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ, ਜੋ ਚੋਣ ਮੈਨੀਫੈਸਟੋ ਦੇ ਵਿੱਚ ਲੰਬੇ ਚੌੜੇ ਵਾਅਦੇ ਕੀਤੇ ਜਾਂਦੇ ਨੇ, ਉਹਨਾਂ ਨੂੰ ਪੂਰਾ ਕਰਨ ਵਾਸਤੇ ਕਿਸ ਤਰ੍ਹਾਂ ਸਰਕਾਰੀ ਖਜ਼ਾਨੇ ਤੋਂ ਪੈਸਾ ਖਰਚ ਕੀਤਾ ਜਾਂਦਾ ਹੈ। ਅਸੀਂ ਤੁਹਾਨੂੰ ਕਈ ਸੂਬਿਆਂ ਦਾ ਐਗਜ਼ਾਮਪਲ ਦਿੱਤਾ, ਉੱਤਰ ਪ੍ਰਦੇਸ਼ ਦੀ ਗੱਲ ਕੀਤੀ, ਪੰਜਾਬ ਦੀ ਵੀ ਗੱਲ ਕੀਤੀ। ਹੁਣ ਪੰਜਾਬ ਸਰਕਾਰ ਜਿਹੜੀ ਹੈ ਇਸ ਦੀਵਾਲੀ 'ਤੇ ਲੱਖਾਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਜਾ ਰਹੀ ਹੈ, ਵਿਦਾਊਟ ਇਹ ਰਿਅਲਾਈਜ਼ ਕੀਤੇ ਵੀ ਉਹਨਾਂ ਨੂੰ ਇਸ ਦੀ ਲੋੜ ਹੈ ਵੀ ਕਿ ਨਹੀਂ। ਅੱਜ ਪੰਜਾਬ ਦੇ ਨੌਜਵਾਨ ਡਰੱਗਸ ਦਾ ਸ਼ਿਕਾਰ ਨੇ, ਅੱਜ ਪੰਜਾਬ ਦੇ ਨੌਜਵਾਨ ਬੇਰੋਜ਼ਗਾਰੀ ਦਾ ਸ਼ਿਕਾਰ ਨੇ, ਅੱਜ ਉਹਨਾਂ ਨੂੰ ਰੋਜ਼ਗਾਰ ਦੀ ਤਲਾਸ਼ ਹੈ, ਅੱਜ ਉਹਨਾਂ ਨੂੰ ਇੱਕ ਨੌਕਰੀ ਦੀ ਤਲਾਸ਼ ਹੈ, ਨਾ ਕਿ ਸਮਾਰਟਫੋਨ ਦੇ ਇੱਕ ਚੁਣਚੁਣੇ ਦੀ ਕਹਿ ਸਕਦੇ ਹਾਂ। ਝੁੰਝੁਣਾ ਪਕੜਾ ਦੇਈਦਾ ਨਾ ਬੱਚੇ ਨੂੰ, ਇੱਕ ਲੈ ਖੇਡ, ਲੋਲੀਪੋਪ ਦੇ ਦੇਈਦਾ ਬੱਚੇ ਨੂੰ, ਇਲਾ ਖੇਡ, ਇਹ ਉਹ ਹੁਣ ਜਾ ਰਿਹਾ। ਪੰਜਾਬ ਸਰਕਾਰ ਇੱਕ ਇਹ ਜਿਹੜਾ ਲੋਲੀਪੋਪ ਹੈ, ਇੱਕ ਉਹ ਸਮਾਰਟਫੋਨ ਦੇਣ ਜਾ ਰਹੀ ਨੌਜਵਾਨਾਂ ਨੂੰ ਵੀ, ਹਾਂ ਬਈ ਸਮਾਰਟਫੋਨ ਲੈ ਲਓ, ਜਾਓ ਇਹਦੇ 'ਤੇ ਗੇਮਾਂ ਖੇਡੋ, ਜੋ ਇਸ 'ਤੇ ਜਿਹਦੇ ਨਾਲ ਗੱਲ ਕਰਨੀ ਕਰੋ, ਸਾਡੇ ਤੋਂ ਨੌਕਰੀ ਨਾ ਮੰਗੋ, ਸਾਡੇ ਤੋਂ ਇਹ ਨਾ ਮੰਗੋ ਵੀ ਅਸੀਂ ਕਿੰਨੇ ਕਾਲਜ ਖੋਲ੍ਹੇ, ਅਸੀਂ ਕਿੰਨੀਆਂ ਯੂਨੀਵਰਸਿਟੀਆਂ ਖੋਲ੍ਹੀਆਂ, ਨਾ ਸਾਡੇ ਤੋਂ ਸਕੂਲਾਂ ਦਾ ਕੋਈ ਹਿਸਾਬ ਕਿਤਾਬ ਮੰਗੋ। ਇਹ ਕੀ ਚੀਜ਼ ਹੁੰਦੀ ਹੈ? ਇੱਕ ਮਜਬੂਰੀ ਹੁੰਦੀ ਹੈ, ਸਿਆਸੀ ਮਜਬੂਰੀ, ਲੇਕਿਨ ਕਾਹਦੇ ਵਾਸਤੇ? ਇੱਕ ਸਿਆਸੀ ਲਾਹੇਬੰਦੀ ਲੈਣ ਵਾਸਤੇ, ਪੋਲੀਟੀਕਲ ਮਾਈਲੇਜ ਲੈਣ ਵਾਸਤੇ। ਜਦੋਂ ਚੁਣਾਵ ਜਿੱਤਣਾ ਹੁੰਦਾ ਹੈ, ਜਦੋਂ ਚੋਣਾਂ 'ਚ ਅਸੀਂ ਕੋਈ ਵੀ ਪਾਰਟੀ ਉਤਰਦੀ ਹੈ, ਨੌਜਵਾਨ ਸਾਹਮਣੇ ਦਿਖਾਈ ਦਿੰਦੇ ਹੈ, ਬਿਕੋਜ਼ ਦੇ ਆਰ ਯੋਰ ਪ੍ਰੈਜੈਂਟ ਫਿਊਚਰ ਬੈਂਕ ਐਂਡ ਦੇ ਆਰ ਯੋਰ ਫਿਊਚਰ ਵੋਟ ਬੈਂਕ ਜਿਹੜੇ ਹੁੰਦੇ ਨੇ। ਉਹ ਉਹਨਾਂ ਨੂੰ ਪਲੀਜ਼ ਕਰਨ ਦੀ, ਉਹਨਾਂ ਨੂੰ ਖੁਸ਼ ਰੱਖਣ ਦੀ, ਉਹਨਾਂ ਨੂੰ ਆਪਣੇ ਕੀ ਕਹਿੰਦੇ ਆਪਣੇ ਨਾਲ ਜੋੜੇ ਰੱਖਣ ਵਾਸਤੇ ਬੜਾ ਕੁਝ ਜ਼ਰੂਰੀ ਹੁੰਦਾ ਹੈ। ਇਹੀ ਉਹ ਚੀਜ਼ ਉੱਤਰ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਹੋਈ ਕਿ ਲੈਪਟਾਪ ਦੇ ਦਿਓ, ਇਹ ਸਕੂਲਾਂ ਦੇ ਬੱਚੇ ਜਦੋਂ ਕੱਲ੍ਹ ਨੂੰ ਪੜ੍ਹ ਕੇ ਆਉਣਗੇ ਤਾਂ ਸਾਨੂੰ ਵੋਟ ਦੇ ਦੇਣਗੇ। ਇਹੀ ਹੈ ਕਿ ਹੁਣ ਸਮਾਰਟਫੋਨ ਦੇ ਦਿਓ, ਕੱਲ੍ਹ ਨੂੰ ਇਹ ਨੌਜਵਾਨ ਸਾਡੇ ਨਾਲ, ਕਾਂਗਰਸ ਦੇ ਨਾਲ, ਸਾਡੀ ਪਾਰਟੀ ਦੇ ਨਾਲ ਜੁੜੇ ਰਹਿਣਗੇ, ਅਗਲੇ ਇਲੈਕਸ਼ਨਾਂ ਦੇ ਵਿੱਚ ਸਾਨੂੰ ਫਾਇਦਾ ਹੋਏਗਾ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਦਲਿਤ ਵੋਟ ਬੈਂਕ ਹੁੰਦਾ ਸੀ ਪੰਜਾਬ ਹਿੰਦੁਸਤਾਨ ਦੀ ਸਿਆਸਤ ਵਿੱਚ, ਇੱਕ ਮੁਸਲਿਮ ਵੋਟ ਬੈਂਕ ਦੀ ਗੱਲ ਆਪਾਂ ਕਰਦੇ ਹਾਂ, ਇੱਕ ਡਾਊਨ ਜਿਹੜੇ ਹੁੰਦੇ ਨੇ ਉਹਨਾਂ ਦੇ, ਡਾਊਨ ਟਰੋਡਨ ਜਿਹੜੇ ਲੋਕ ਹੁੰਦੇ ਨੇ, ਗਰੀਬ ਹੁੰਦਾ ਵਰਗ, ਉਹਨਾਂ ਦਾ ਇੱਕ ਵੋਟ ਬੈਂਕ ਹੁੰਦਾ। ਲੇਕਿਨ ਹੁਣ ਇੱਕ ਨਵੇਂ ਵੋਟ ਬੈਂਕ ਬਣ ਗਏ, ਲੈਪਟਾਪ ਵੋਟ ਬੈਂਕ, ਸਮਾਰਟਫੋਨ ਵੋਟ ਬੈਂਕ। ਅਤੇ ਹੁਣ ਸਮਾਰਟਫੋਨ ਵੋਟ ਬੈਂਕ ਨੂੰ ਟੈਪ ਕਰਕੇ ਰੱਖਣ ਦੀ ਲੋੜ ਹੈ, ਕਿਤੇ ਸਾਡੇ ਹੱਥੋਂ ਨਾ ਛੁੱਟ ਜਾਏ, ਕਿਤੇ ਸਾਡੇ ਹੱਥੋਂ ਇਹ ਸਾਡੇ ਖਿਲਾਫ ਨਾ ਹੋ ਜਾਏ, ਕਿਤੇ ਦੂਜੀ ਪਾਰਟੀ ਦੇ ਵੱਲ ਨਾ ਚਲਾ ਜਾਏ, ਇਹ ਚੀਜ਼ ਸੋਚਣੀ ਪੈਂਦੀ ਹੈ। ਲੇਕਿਨ ਜਦੋਂ ਤੁਸੀਂ 50 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕਰਦੇ ਹੋ, ਤਾਂ ਉਸ ਲਈ ਤੁਹਾਨੂੰ 1000 ਕਰੋੜ ਰੁਪਏ ਚਾਹੀਦੇ ਹੈ। 2000 ਕਰੋੜ ਰੁਪਏ ਦਾ ਐਸਟੀਮੇਟ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਰ 50 ਲੱਖ ਫੋਨ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ ਸੀ, ਔਰ ਇੱਕ ਫੋਨ ਦੀ ਅਗਰ ਘੱਟ ਤੋਂ ਘੱਟ 4G ਸਮਾਰਟਫੋਨ ਦੀ ਕੀਮਤ ਬਾਜ਼ਾਰ ਦੇ ਹਿਸਾਬ ਨਾਲ ਲਗਾਓ, ਟੈਂਡਰ ਟੁੰਡਰ ਲੈ ਕੇ ਸਰਕਾਰ ਹੋਰ ਸਸਤਾ ਬਾਜ਼ਾਰ ਤੋਂ ਚੱਕੇਗੀ, 4000 ਦਾ ਵੀ ਫੋਨ ਲਗਾਓ, 50 ਲੱਖ ਫੋਨ, 2000 ਕਰੋੜ ਰੁਪਏ ਪੰਜਾਬ ਦੀ ਸਰਕਾਰ ਨੂੰ ਚਾਹੀਦੇ ਨੇ, 2000 ਕਰੋੜ ਰੁਪਏ। ਔਰ ਉਹਨਾਂ ਦਾ ਬਜਟ ਪ੍ਰੋਵੀਜ਼ਨ ਸਮਾਰਟਫੋਨ ਦੇਣ ਦਾ ਇਸ ਸਾਲ ਦਾ ਕਿੰਨਾ ਹੈ ਤੁਹਾਨੂੰ ਪਤਾ ਹੈ? 10 ਕਰੋੜ ਰੁਪਏ। 2000 ਕਰੋੜ ਰੁਪਏ ਦਾ ਚੁਣਾਵੀ ਵਾਅਦਾ, ਔਰ ਪੈਸੇ ਜੇਬ ਦੇ ਵਿੱਚ ਸਿਰਫ 10 ਕਰੋੜ। ਤੁਸੀਂ ਇਹ ਦੇਖੋ ਕਿਸ ਤਰ੍ਹਾਂ ਸਿਆਸਤ ਇਨਸਾਨ ਨੂੰ ਮਜਬੂਰ ਕਰਦੀ ਹੈ, ਪਾਰਟੀਆਂ ਨੂੰ ਮਜਬੂਰ ਕਰਦੀ ਹੈ। ਸਾਡੇ ਦਰਸ਼ਕ ਗੱਲ ਕਰਨਾ ਚਾਹੁੰਦੇ ਨੇ। ਹੈਲੋ, ਹਾਂਜੀ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਨਛੱਤਰ ਸਿੰਘ ਬੋਲ ਰਿਹਾ ਮੈਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ? ਸਤਿ ਸ਼੍ਰੀ ਅਕਾਲ, ਇੰਗਲੈਂਡ ਤੋਂ। ਹਾਂਜੀ ਸਤਿ ਸ਼੍ਰੀ ਅਕਾਲ,
ਤੁਸੀਂ ਵੀ ਸਟਾਰਟਿੰਗ ਵਿੱਚ ਬਹੁਤ ਕੁਝ ਦੱਸਿਆ ਜੋ ਕਿ ਸਰਕਾਰਾਂ ਆਪਣੇ ਨਾਲ ਵਾਅਦੇ ਕਰਕੇ ਜੀ ਤੇ ਨਿਭਾਉਂਦੀਆਂ ਨੇ ਜੀ ਜੀ ਤੇ ਬਾਕੀ ਬਲਿਆਲ ਸਿੰਘ ਰੰਧਾਵੇ ਹੁਣੀ ਵੀ ਕਹਿ ਗਏ ਬਹੁਤ ਕੁਝ ਜੀ ਜੀ ਇਹਦੇ ਬਾਰੇ ਕਾਫੀ ਡੂੰਘੀ ਆਈ ਤੁਹਾਡੀ ਜਾਤੀ ਰਾਜ ਕੀ ਹੈ ਇਹ ਮਾੜਾ ਜਿਹਾ ਸੋਚ ਐਡ ਹੀ ਕਰਨਾ ਚਾਹੁੰਦਾ ਹਾਂ ਇੰਨਾ ਕੁਝ ਕਰਨ ਦੇ ਬਾਵਜੂਦ ਜੀ ਤੇ ਜਿਹੜਾ ਮੈਡਲ ਦਿੱਤਾ ਇਹਨਾਂ ਰਾਜਿਆਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਆਪਣੇ ਕੈਪਟਨ ਸਾਹਿਬ ਕਹਿੰਦੇ ਸੀ ਕਿ ਤੁਸੀਂ ਆਪਣੇ ਬਜ਼ੁਰਗਾਂ ਦੇ ਭੋਗ ਤੇ ਆਉਣ ਤੋਂ ਵੀ ਤਰਸੋਗੇ ਅੱਛਾ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਸਾਨੂੰ ਦੇਖੋ ਕੀ ਉਹਨਾਂ ਨੇ ਦਿੱਤਾ ਤੇ ਜਦੋਂ ਅਸੀਂ ਜਾਂਦੇ ਹਾਂ ਤੇ ਸਾਡੀ ਕੀ ਦੁਰਦਸ਼ਾ ਹੁੰਦੀ ਪਹਿਲਾਂ ਏਅਰਪੋਰਟ ਤੇ ਮਗਰੋਂ ਜਿੱਥੇ ਵੀ ਅਸੀਂ ਜਿਹੜੇ ਵੀ ਦਫ਼ਤਰ ਦੇ ਵਿੱਚ ਜਾਣਾ ਹੁੰਦਾ ਆਪਣੇ ਕੰਮ ਕਾਰ ਕਰਨ ਲਈ ਕਿੰਨਾ ਸਾਨੂੰ ਉੱਥੇ ਜਾ ਕੇ ਇੱਧਰ ਉੱਧਰ ਭਟਕਣਾ ਪੈਂਦਾ ਕਦੀ ਉੱਧਰ ਨੂੰ ਕਦੀ ਉੱਧਰ ਨੂੰ ਕੀ ਕਰਦੇ ਕਿੰਨੀ ਅਸੀਂ ਉੱਥੇ ਜਾ ਕੇ ਇਨਵੈਸਟਮੈਂਟ ਕਰਦੇ ਹਾਂ ਉਹ ਕਿੰਨਾ ਉੱਥੇ ਫਾਇਦਾ ਹੁੰਦਾ ਉਹਨਾਂ ਨੂੰ ਸ਼ੌਪਕੀਪਰਾਂ ਨੂੰ ਕਿੱਧਰ ਕਿੱਧਰ ਤੁਸੀਂ ਮਰਜ਼ੀ ਦੇਖ ਲਓ ਵੀ ਕਿੱਥੇ ਪੈਸਾ ਇਨਵੈਸਟ ਨਹੀਂ ਕਰਦੇ ਹਾਰ ਕੇ ਦੁਖੀ ਹੋ ਕੇ ਹੁਣ ਇਹਨਾਂ ਰਾਈ ਆਪਣੀਆਂ ਕੋਠੀਆਂ ਜੋ ਕੁਛ ਵੀ ਜ਼ਮੀਨ ਜ਼ਿਆਦਾ ਦਾਦਾ ਉਹ ਸੋਚਦੇ ਵੀ ਕਿਹੜੀ ਕੜੀ ਇਹਨਾਂ ਨੂੰ ਵੇਚ ਕੇ ਤੇ ਬਾਹਰ ਆ ਜਾਈਏ ਵਾਪਸ ਸਾਨੂੰ ਕਿੰਨਾ ਪਿਆਰ ਆਪਣੇ ਮੁਲਕ ਦੇ ਨਾਲ ਕਿਉਂਕਿ ਇਹ ਜਿਹੜੇ ਸਾਡੇ ਗੁਰੂਆਂ ਦੀ ਧਰਤੀ ਆ ਸਾਨੂੰ ਉਹਦੇ ਨਾਲ ਇੰਨਾ ਦਿਲੋਂ ਪਿਆਰ ਆ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਅਸੀਂ ਰਹਿਣਾ ਚਾਹੁੰਦੇ ਹਾਂ ਜਿੱਦਾਂ ਕਿ ਜਿਹੜੇ ਜਿਹੜੇ ਰਿਟਾਇਰ ਹੋਏ ਆ ਜਿੱਦਾਂ ਉਹਨਾਂ ਨੇ ਆਪਣੀ ਪ੍ਰੋਪਰਟੀ ਉੱਥੇ ਬਣਾਈਆਂ ਸੀ ਕਿੰਨਾ ਉਹਨਾਂ ਨੇ 6 ਮਹੀਨੇ ਉੱਧਰ 6 ਮਹੀਨੇ ਇੱਧਰ ਰਹਿ ਕੇ ਆਪਣੀ ਲਾਈਫ ਇੰਜੋਏ ਕਰਨੀ ਸੀ ਆਫਟਰ ਹਾਰਡ ਵਰਕਿੰਗ ਜੀ ਜੀ ਹਾਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜਾ ਸਾਡੀ ਦੁਰਦਸ਼ਾ ਉੱਥੇ ਹੁੰਦੀ ਆ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਜੇ ਚੱਲ ਜਾਂਦੇ ਹਾਂ ਅਰਦਾਸਾਂ ਕਰਾ ਕੇ ਜਾਂਦੇ ਮੁੜ ਕੇ ਜਦੋਂ ਵਾਪਸ ਆਉਂਦੇ ਜਾਨ ਬਚੀ ਲੱਖੋਂ ਪਾਏ ਤੇ ਹੁਣ ਇਹੀ ਸਰਕਾਰ NRI ਨੂੰ ਅਪੀਲ ਕਰਦੀ ਹੈ ਕਿ ਤੁਸੀਂ ਆ ਕੇ ਸਕੂਲਾਂ ਦੇ ਬੈਂਚ ਖਰੀਦੋ ਸਕੂਲ ਗੋਦ ਲਓ ਹਸਪਤਾਲ ਗੋਦ ਲਓ ਇਹਦੇ 'ਚ ਕੀ ਕਹੋਗੇ ਇਹਨਾਂ ਨੇ ਜਿਹੜਾ ਇਹ ਆਪਣੀਆਂ ਭਰੀ ਜਾਂਦੇ ਤਿਉਰੀਆਂ ਉਹ ਪੈਸੇ ਕਿੱਥੇ ਜਾਣੇ ਇਹਨਾਂ ਦੇ ਜਿਹੜੇ ਕਿ ਸਾਨੂੰ ਜਨਤਾ ਨੂੰ ਲੁੱਟ ਕੇ ਕਰੀ ਜਾਂਦੇ ਹੈਗੇ ਆ ਜਦੋਂ ਵੀ ਕੋਈ ਆਉਂਦਾ ਕੋਈ ਸਾਧ ਵੀ ਆਉਂਦਾ ਕੋਈ ਕਾਰ ਸਾਹਿਬ ਵਾਲਾ ਬਾਬਾ ਆਉਂਦਾ ਕੋਈ ਕਹਿੰਦਾ ਅਸੀਂ ਬੱਚੀਆਂ ਦੀ ਸ਼ਾਦੀਆਂ ਕਰਨੀਆਂ ਉਹ ਇੱਧਰ ਨੂੰ ਭੱਜਦੇ ਆ ਹੁਣ ਦੇਖੋ ਪਾਣੀ ਦੀ ਉੱਥੇ ਕਿਹਨੂੰ ਨੀ ਜ਼ਰੂਰਤ ਇਕੱਲੇ ਕਿਸਾਨਾਂ ਤੋਂ ਬਿਨਾਂ ਹੋਰ ਕੋਈ ਮੋਹਰੇ ਆਣ ਕੇ ਬੋਲਦਾ ਗ੍ਰੰਥ ਸਾਹਿਬ ਦੀ ਵਿਆਪਦੀ ਜੇ ਹੁੰਦੀ ਉੱਥੇ ਤਾਂ ਕਿਆ ਇਕੱਲਾ ਗ੍ਰੰਥ ਸਾਹਿਬ ਸਿੱਖਾਂ ਦਾ ਹੀ ਆ ਕਿਆ ਬਾਕੀ ਉਹਦੇ ਵਿੱਚ ਉੱਥੇ ਭਗਤ ਨੀ ਵਿੱਚ ਬੈਠੇ ਉਹਨਾਂ ਨੇ ਉਹਨਾਂ ਦੀ ਗੱਲ ਨੀ ਵਿਆਪਦੀ ਹੁੰਦੀ ਕੋਈ ਬੋਲਦਾ ਉੱਠ ਕੇ ਕੁਛ ਨੀ ਕੋਈ ਵੀ ਬੋਲ ਰਿਹਾ ਕਹਿ ਰਿਹਾ ਸਿਰਫ ਸਫ਼ਰ ਜਿਹੜੇ ਹੋ ਰਿਹਾ ਇਹ ਕਿਸਾਨ ਹੀ ਹੋ ਰਿਹਾ ਸਾਰੇ ਪਾਸੇ ਇਹ ਪੰਜਾਬ ਦਾ ਨਾਸ਼ ਜਾਣ ਬੁੱਝ ਕੇ ਕਰ ਰਿਹਾ ਜਿਹੜੇ ਹੜ੍ਹ ਆ ਰਹੇ ਉੱਥੇ ਉਹ ਆਪ ਹੀ ਇਹਨਾਂ ਨੇ ਵਿਉਂਦਬੰਦੀ ਏਦਾਂ ਕੀਤੀ ਆ ਕਿ ਫਸਲ ਦੇ ਟਾਈਮ ਦੇ ਉੱਤੇ ਅਸੀਂ ਪਾਣੀ ਏਦਾਂ ਛੱਡ ਦੇਣਾ ਕਿ ਇਹਨਾਂ ਨੂੰ ਨੁਕਸਾਨ ਹੋਵੇ ਪੰਜਾਬ ਨੂੰ ਮੰਗਤਾ ਬਣਾ ਕੇ ਰੱਖਤਾ ਇਹਨਾਂ ਨੇ ਠੀਕ ਹੈ ਜੀ ਬਹੁਤ ਬੜੇ ਦੁੱਖ ਨਾਲ ਕਹਿਣਾ ਪੈਂਦਾ ਪੇਸ਼ ਕਿਸੇ ਪਾਸੇ ਜਾਣੀ ਨੀ ਦਿੰਦੇ ਉਹ ਕਰ ਨੀ ਦਿੰਦੇ ਜੇ ਕੋਈ ਆਵਾਜ਼ ਉਠਾਉਂਦਾ ਉਹਨੂੰ ਕਿੰਨੀਆਂ ਸਜਾਵਾਂ ਵੱਡੀਆਂ ਦੇ ਰਹੇ ਉਹਨਾਂ ਗਾਹਾਂ ਤੋਂ ਅੱਗੇ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਉਹਨਾਂ ਦੇ ਖਾਨਦਾਨ ਤਬਾਹੀ ਕਰਕੇ ਰੱਖ ਦਿੱਤੀ ਇਹਨਾਂ ਨੇ ਫਿਰ ਸਾਡੇ ਕੋਲੋਂ ਚਾਹੁੰਦੀ ਹਮਦਰਦੀ ਆ ਨਹੀਂ ਤੁਹਾਡਾ ਦਰਦ ਬਿਲਕੁਲ ਜਾਇਜ਼ ਹੈ ਜੀ ਤੁਹਾਡੀ ਸ਼ਿਕਾਇਤ ਬਿਲਕੁਲ ਜਾਇਜ਼ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਆਪਣਾ NRI ਭਾਈਚਾਰਾ NRI ਬ੍ਰਦਰ ਨੇ ਜਿਹੜੇ ਸਾਡੇ ਭਰਾ ਨੇ ਉਹਨਾਂ ਦਾ ਦਰਦ ਕਿੰਨਾ ਜਾਇਜ਼ ਹੈ ਉਹਨਾਂ ਦੇ ਇਮੋਸ਼ਨਸ ਕਿੰਨੇ ਸੱਚੇ ਨੇ ਤੁਸੀਂ ਇਹ ਸੋਚ ਸਕਦੇ ਹੋ ਕਿਉਂਕਿ ਇਹੀਓ ਸਰਕਾਰਾਂ ਨੇ ਜਿਹੜੀਆਂ ਅਸੀਂ ਇਹ ਨਹੀਂ ਕਹਿੰਦੇ ਕਿ ਜੋ ਜਿਹੜੀ ਸਰਕਾਰਾਂ ਸੂਬੇ ਦੀਆਂ ਹੁੰਦੀਆਂ ਉਹ ਇੱਕ ਲੋਕ ਹਿੱਤ ਦੇ ਕੰਮ ਜਨ ਹਿੱਤ ਦੇ ਕੰਮ ਕਰਦੀਆਂ ਨੇ ਲੇਕਿਨ ਸਵਾਲ ਅਸੀਂ ਜੋ ਇਸ ਪ੍ਰੋਗਰਾਮ ਦੇ ਵਿੱਚ ਚੁੱਕਿਆ ਸੀ ਕਿ ਸਕੂਲਾਂ ਦੇ ਬੈਂਚ ਲੈਣ ਵਾਸਤੇ NRI-ਆਂ ਨੂੰ ਕਿਉਂ ਬੁਲਾਉਂਦੇ ਹੋ ਫਿਰ ਤੁਸੀਂ ਸਕੂਲਾਂ ਦੇ ਬੈਂਚ ਬਣਾਉਣ ਵਾਸਤੇ ਸਕੂਲਾਂ ਦੀ ਇਮਾਰਤ ਹਸਪਤਾਲਾਂ ਨੂੰ ਗੋਦ ਲੈਣ ਵਾਸਤੇ ਤਾਂ NRI ਯਾਦ ਆ ਜਾਂਦੇ ਨੇ ਜਦੋਂ ਉਹਨਾਂ ਦੇ ਪਲਾਟ ਕੋਈ ਦੱਬ ਕੇ ਬਹਿ ਜਾਂਦਾ ਹੈ ਜਦੋਂ ਉਹਨਾਂ ਦੀ ਕੋਈ ਜਾਇਦਾਦ ਉਹਨਾਂ ਦੇ ਰਿਸ਼ਤੇਦਾਰੀ ਭਾਵੇਂ ਕਬਜ਼ਾ ਕਰਕੇ ਬਹਿ ਜਾਣ ਅਤੇ ਇਹਨਾਂ NRI-ਆਂ ਨੂੰ ਹੀ ਅਸੀਂ ਦੁਆਬਾ ਦੇ ਵਿੱਚ ਥਾਣਿਆਂ ਦੇ ਵਿੱਚ 5-5 ਘੰਟੇ ਬਾਹਰ ਬੈਂਚਾਂ 'ਤੇ ਬੈਠੇ ਵੇਖਿਆ ਉਦੋਂ ਠੀਕ ਹੈ ਸਰਕਾਰਾਂ ਕਲੇਮ ਕਰਦੀਆਂ ਕਿ NRI ਸੈੱਲ ਬਣਾਤਾ ਪੰਜਾਬ ਪੁਲਿਸ ਇਹਨਾਂ ਦੀ ਮਦਦ ਕਰ ਰਹੀ ਹੈ ਲੇਕਿਨ ਇਹ ਖੱਜਲ ਖੁਆਰੀ ਹੁੰਦੇ ਨੇ NRI ਜਦੋਂ ਇੰਡੀਆ ਵਾਪਸ ਜਾਂਦੇ ਨੇ ਤਾਂ ਇੱਕ ਇਹ ਹੁੰਦਾ ਕਿ ਉਹਨਾਂ ਦੇ ਏਅਰਪੋਰਟ ਤੋਂ ਟੈਕਸੀ ਲੈਣ ਤੋਂ ਲੈ ਕੇ ਮੁਰਥਲ ਦੇ ਢਾਬੇ ਤੋਂ ਲੁੱਟਮਾਰ ਸ਼ੁਰੂ ਹੋ ਜਾਂਦੀ ਕਿ NRI ਆ ਇਹਦੇ ਤੋਂ ਪੈਸੇ ਖੋਲੋ ਇਹਦੇ ਕੋਲ ਪੈਸੇ ਲਹਾਉਣਗੇ 100 ਦਾ ਬਿੱਲ ਇਹਨੂੰ 300 ਦਾ ਦਿਓ ਇਹ ਚੀਜ਼ ਹੁੰਦੀ ਹੈ ਇਹ ਐਟੀਟਿਊਡ ਸਾਨੂੰ ਜਿਹੜੇ ਸਾਡੇ ਉੱਥੇ ਦੇ ਲੋਕ ਨੇ ਉਹ ਇਹ ਐਟੀਟਿਊਡ ਚੇਂਜ ਕਰਨ ਦੀ ਲੋੜ ਹੈ ਇਹੀ ਸਰਕਾਰਾਂ ਦਾ ਐਟੀਟਿਊਡ ਹੈ ਕਿ ਅਗਰ ਸਾਨੂੰ ਕੋਈ ਕੰਮ ਚਾਹੀਦਾ ਸਕੂਲ ਦੇ ਬੈਂਚ ਚਾਹੀਦੇ ਨੇ ਸਕੂਲ ਦਾ ਬਲੈਕਬੋਰਡ ਚਾਹੀਦਾ ਚਾਕ ਚਾਹੀਦਾ ਸਾਰਾ ਕੁਝ ਚਾਹੀਦਾ NRI-ਆਂ ਤੋਂ ਮੰਗਾ ਲਓ ਇਹ ਚੀਜ਼ ਜਿਹੜੀ ਹੁੰਦੀ ਹੈ ਦਿਸ ਇਜ਼ ਰੀਲੀ ਹਾਰਟ ਬ੍ਰੇਕਿੰਗ ਇਹਦਾ ਇਹਨੂੰ ਦੇਖ ਕੇ ਦਰਦ ਹੁੰਦਾ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਵੀ ਸਰਕਾਰ ਹੁੰਦੀਆਂ ਨੇ ਮੈਂ ਕਹਿੰਦਾ ਉਹਨਾਂ ਨੂੰ ਪ੍ਰਾਇਓਰਿਟੀ ਸੈੱਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਜੇ ਸੱਤਾ 'ਚ ਆਏ ਹਾਂ ਸਾਡੀ ਅਸੀਂ ਗੱਦੀ 'ਚ ਬੈਠੇ ਹਾਂ ਤਾਂ ਅਸੀਂ ਕਰਨਾ ਕੀ ਹੈ ਅਸੀਂ ਸਿੱਖਿਆ ਦਾ ਮਿਆਰ ਕਿੱਦਾਂ ਚੁੱਕਣਾ ਅਸੀਂ ਹਸਪਤਾਲਾਂ ਦਾ ਮਿਆਰ ਕਿੱਦਾਂ ਚੁੱਕਣਾ ਨੌਜਵਾਨਾਂ ਨੂੰ ਰੋਜ਼ਗਾਰ ਕਿਸ ਤਰ੍ਹਾਂ ਦੇਣੇ ਆ ਨਾ ਕਿ ਉਹਨਾਂ ਨੂੰ ਸਮਾਰਟਫੋਨ ਦੇ ਕੇ ਕੰਮ ਨਹੀਂ ਹੋਣਾ ਸਮਾਰਟਫੋਨ ਦੇਣ ਦੇ ਨਾਲ ਸਿਰਫ ਫਾਇਦਾ ਹੋਏਗਾ ਸਿਆਸੀ ਥੋੜ੍ਹੇ ਟਾਈਮ ਵਾਸਤੇ ਲੇਕਿਨ ਕਰੋੜਾਂ ਰੁਪਏ ਸਰਕਾਰ ਦਾ ਬਰਬਾਦ ਹੋ ਜਾਏਗਾ ਅੱਜ ਅਸੀਂ ਇਸੇ ਮੁੱਦੇ 'ਤੇ ਚਰਚਾ ਕਰ ਰਹੇ ਹਾਂ ਇਹ ਚਰਚਾ ਜਾਰੀ ਰਹੇਗੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ
ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਬੜੀ ਹੀ ਇੱਕ ਇਮੋਸ਼ਨਲ ਮੁੱਦੇ 'ਤੇ ਚਰਚਾ ਕਰ ਰਹੇ ਹਾਂ। ਇਮੋਸ਼ਨਲ ਮੁੱਦਾ ਇਸ ਵਾਸਤੇ ਹੈ, ਮੈਂ ਦੇਖ ਰਿਹਾ ਜਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੋਂਸ ਆ ਰਿਹਾ ਉਹਨੂੰ ਦੇਖ ਕੇ ਮੈਂ ਕਹਿ ਰਿਹਾ, ਕਿਉਂਕਿ ਅਸੀਂ ਇਹ ਗੱਲ ਕੀਤੀ ਕਿ ਪੰਜਾਬ ਦੇ ਜਿਹੜੇ ਸਕੂਲ ਚਲਾਉਣੇ ਨੇ, ਹਸਪਤਾਲ ਚਲਾਉਣੇ ਨੇ, ਅਤੇ ਸਰਕਾਰ ਕਹਿੰਦੀ ਹੈ NRIs ਨੂੰ ਕਿ ਤੁਸੀਂ ਆਓ, ਤੁਸੀਂ ਆ ਕੇ ਸਕੂਲ ਦੇ ਬੈਂਚ ਖਰੀਦੋ, ਤੁਸੀਂ ਸਕੂਲ ਦੀ ਇਮਾਰਤ ਨੂੰ ਟੇਕ ਓਵਰ ਕਰੋ, ਗੋਦ ਲਓ, ਔਰ ਸਰਕਾਰਾਂ ਜਿਹੜੀਆਂ ਨੇ ਉਹ ਕਰੋੜਾਂ ਅਰਬਾਂ ਰੁਪਏ ਦੂਜੇ ਪਾਸੇ ਖਰਚ ਕਰਦੀਆਂ ਨੇ, ਅਤੇ NRI ਜਿਹੜੀ ਸਾਡਾ ਭਾਈਚਾਰਾ ਉਹਨਾਂ ਦੇ ਇਮੋਸ਼ਨਸ ਅੱਜ ਛਲਕ ਰਹੇ ਨੇ, ਸਾਹਮਣੇ ਆ ਰਹੇ ਨੇ ਸਾਡੇ, ਅਤੇ ਸਾਡੇ ਹੋਰ ਦਰਸ਼ਕ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਹਰਸਿਮਰਤ ਸਿੰਘ ਬੋਲਦਾ, ਮੈਂ ਤੋਂ ਯੂਕੇ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ। ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਪੋਲਸੀ ਇਹਨਾਂ ਨੇ ਚਲਾਈ ਮੇਜ ਲਓ ਕੁਰਸੀਆਂ ਲਓ, ਸਿਆਣਾ ਨਹੀਂ ਘੱਬਦਾ ਅੰਨਾ ਕੀ ਬਣੇ ਲੋਕਾਂ। ਗੌਰਮੈਂਟ ਚਾਹੁੰਦੀ ਹੈ ਕਿ ਜੇ ਬਾਹਰ ਦੇ ਬੰਦੇ ਲੈ ਕੇ ਹੀ ਆਪਣੇ ਇੱਥੇ ਸੇਵਾ ਕਰ ਦੇਣ ਤੇ ਸਾਨੂੰ ਖਰਚਾ ਕਰਨ ਦੀ ਲੋੜ ਨਾ ਪਵੇ। ਜਿਹੜੇ ਬਰਿਆਲ ਸਿੰਘ ਜੀ ਨੇ ਵੀ ਕਿਹਾ, ਮੈਂ ਉਹਨਾਂ ਨੂੰ ਸਤਿਕਾਰ ਕਰਨਾ, ਬਹੁਤ ਸੋਹਣੀਆਂ ਗੱਲਾਂ ਕਰਦੇ ਨੇ, ਤੇ ਭੋਗੋ ਸਾਹਿਬ ਨੇ ਕਿਹਾ ਉਹ ਵੀ ਬਹੁਤ ਸੋਹਣੀਆਂ ਗੱਲਾਂ ਆਪਣੀ ਥਾਂ ਤੇ ਕਰਕੇ ਗਏ ਨੇ। ਪਰ ਸਾਡੇ ਲੋਕਾਂ ਨੂੰ ਇਹ ਚਾਹੀਦਾ ਕਿ ਸਮਾਰਟਫੋਨ ਦੀ ਲੋੜ ਨਹੀਂ। ਲੋਕਾਂ ਨੂੰ ਇਹ ਪੁੱਛੋ, ਕੈਪਟਨ ਨੂੰ ਇਹ ਪੁੱਛੋ ਵੀ ਉਹਨਾਂ ਦੇ ਘਰਾਂ ਜਾਗਦੇ ਨੇ ਜਿਹਨਾਂ ਦਾ ਘਰ ਚੁੱਲ੍ਹਾ ਨੀ ਬੋਲਦਾ ਪਿਆ। ਜੀ ਜੀ। ਇਹ ਜਿਹੜੇ ਡਰਾਮੇਬਾਜ਼ੀ ਕਰ ਰਹੇ ਨਾ ਵੋਟਾਂ ਕਰਕੇ, ਜਿਸ ਸ਼ਹਿਰ ਵਿੱਚ ਜਾਂ ਪਿੰਡ ਵਿੱਚ NRI ਦਾ ਹੋਲਡ ਹੈ ਨਾ, ਜਾਂ ਆਪਣੇ ਪਿੰਡ ਦਾ ਉਹ ਖਿਆਲ ਕਰ ਰਹੇ ਨੇ, ਉਸ ਪਿੰਡ ਨੇ ਸੌਂਪ ਪਵਾ ਦਿਓ ਕਿ ਤੁਸੀਂ ਵੋਟ ਨਹੀਂ ਪਾਣੀ ਨਾ ਕਾਂਗਰਸ ਨੂੰ ਤੇ ਨਾ ਅਕਾਲੀ ਨੂੰ, ਤਾਂ ਅਸੀਂ ਤੁਹਾਡੀ ਹੈਲਪ ਕਰਾਂਗੇ। ਠੀਕ ਹੈ ਜੀ। ਬਾਹਰ ਪਿੰਡ ਦੇ ਕੋਈ ਵੋਟ ਕੈਂਸਲ ਕਰ ਲਓ, ਕੁਛ ਨੀ ਚਾਹੀਦਾ। ਜਾਂ ਬਾਹਰਲੇ ਲੋਕਾਂ ਦੇ ਖੂਨ ਤੁਸੀਂ ਕਮਾਈ ਨਾ, ਆਪਣੇ ਪਿੰਡ ਦੀਆਂ ਸੜਕਾਂ ਬਣਾਈਆਂ, ਆਪਣਾ ਪਿੰਡ ਬਣਾਇਆ, ਠੀਕ ਹੈ ਜੀ। ਬਹੁਤ ਤੁਹਾਡਾ ਇਮੋਸ਼ਨਸ ਦੇਖ ਰਹੇ ਜੀ ਕਿ ਤੁਸੀਂ ਇਹ ਗੱਲ ਦੇਖ ਸਮਝ ਪਾ ਰਹੇ ਹੋ ਕਿ ਜਿਹੜੇ ਇਮੋਸ਼ਨਸ ਨੇ ਉਹ ਕਿਸ ਤਰ੍ਹਾਂ ਸਾਹਮਣੇ ਆਉਂਦੇ ਨੇ, ਕਿ ਜਿਹੜੇ ਕਹਿੰਦੇ ਅਸੀਂ ਮਿਹਨਤ ਕਰਕੇ ਪੈਸਾ ਕਮਾਇਆ ਆਪਣੇ ਪੈਰਾਂ 'ਤੇ ਖੜ੍ਹੇ ਹੋਏ, ਠੀਕ ਹੈ, ਉਹਨਾਂ ਦੀ ਆਪਣੇ ਮਾਤਰ ਭੂਮੀ ਦੇ ਨਾਲ, ਪੰਜਾਬ ਦੇ ਨਾਲ, ਆਪਣੀ ਉਸ ਸੂਬੇ ਦੇ ਨਾਲ, ਉਸ ਮਿੱਟੀ ਦੇ ਨਾਲ ਲੋਕਾਂ ਦਾ ਜੁੜਾਵ ਹੁੰਦਾ, ਅਤੇ ਲੋਕ ਜਾਂਦੇ ਨੇ ਉਹਨਾਂ ਸਕੂਲਾਂ ਨੂੰ, ਚਾਹੁੰਦੇ ਨੇ ਕਿ ਅਪਗ੍ਰੇਡ ਹੋ ਜਾਣ ਜਿਹਨਾਂ ਸਕੂਲਾਂ 'ਚੋਂ ਪੜ੍ਹ ਕੇ ਆਏ ਨੇ। ਲੇਕਿਨ ਕਿਆ ਸਰਕਾਰਾਂ ਦਾ ਫਰਜ਼ ਨਹੀਂ ਬਣਦਾ? ਜਿਸ ਤਰ੍ਹਾਂ ਕਿ ਮੇਰੇ ਕੋਲ ਤਾਂ ਸਾਰੇ ਫੈਕਟਸ ਐਂਡ ਫਿਗਰਸ ਪਏ ਹੋਏ ਨੇ ਪੰਜਾਬ ਸਰਕਾਰ ਦੇ ਔਰ ਦੂਜੀਆਂ ਸਰਕਾਰਾਂ ਦੇ, ਮੈਂ ਸਾਰੇ ਫਿਗਰਸ ਔਰ ਫੈਕਟਸ ਲੈ ਕੇ ਬੈਠਾ ਤੁਹਾਡੇ ਸਾਹਮਣੇ। ਮੈਂ ਤੁਹਾਨੂੰ ਇਹ ਜ਼ਿਕਰ ਕੀਤਾ ਸੀ ਕਿ ਅੱਜ ਪੰਜਾਬ ਸਰਕਾਰ ਅਪੀਲ ਕਰਦੀ ਹੈ NRIs ਨੂੰ ਕਿ ਆਓ ਸਕੂਲ ਦੇ ਬੈਂਚ ਖਰੀਦੋ, ਇਮਾਰਤ ਨੂੰ ਗੋਦ ਲੈ ਲਓ, ਸਕੂਲ ਨੂੰ ਗੋਦ ਲੈ ਕੇ ਚਲਾਓ। ਲੇਕਿਨ ਸਰਕਾਰ ਦਾ, ਪੰਜਾਬ ਸਰਕਾਰ ਦਾ ਪਿਛਲੇ ਫਾਈਨੈਂਸ਼ੀਅਲ ਈਅਰ 2017-18 ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਈਅਰ ਸੀ, 21 ਕਰੋੜ ਰੁਪਏ ਦਾ ਪ੍ਰੋਵੀਜ਼ਨ ਰੱਖਿਆ ਗਿਆ ਸੀ ਸਕੂਲ ਦੇ ਬੈਂਚ ਖਰੀਦਣ ਵਾਸਤੇ, ਔਰ ਉਹਦੇ ਵਿੱਚੋਂ ਇੱਕ ਪੈਸਾ ਵੀ ਸਰਕਾਰ ਨੇ ਖਰਚ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂ ਜਿਹੜਾ ਡਾਇਰੈਕਟਰ ਐਜੂਕੇਸ਼ਨ ਸੀਗੇ ਜਿਹੜੇ, ਉਹਨਾਂ ਦਾ ਬਿਆਨ ਮੀਡੀਆ ਦੇ ਵਿੱਚ ਮੈਂ ਪੜ੍ਹਿਆ, ਉਹਨਾਂ ਨੇ ਇਹ ਲਿਖਿਆ ਸੀ ਕਿ ਅਸੀਂ ਪਰਚੇਜ਼ ਆਰਡਰ ਕੰਪਲੀਟ ਨਹੀਂ ਕਰ ਪਾਏ, ਟੈਂਡਰ ਦਾ ਜਿਹੜਾ ਪ੍ਰੋਸੀਜਰ ਸੀ ਉਹ ਮੁਕੰਮਲ ਨਹੀਂ ਕਰ ਪਾਏ, ਇਸ ਵਾਸਤੇ ਅਸੀਂ ਪੈਸੇ ਨਹੀਂ ਖਰਚ ਕਰ ਪਾਏ। ਇਸ ਸਾਲ ਵੀ 23 ਕਰੋੜ ਰੁਪਏ ਦਾ ਪ੍ਰੋਵੀਜ਼ਨ ਰੱਖਿਆ ਗਿਆ, ਲੇਕਿਨ ਅਜੇ ਤੱਕ ਕੀ ਹੋ ਰਿਹਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਇਹਦੇ ਬਾਰੇ 'ਚ ਕੁਛ ਪਤਾ ਨਹੀਂ। ਸਵਾਲ ਇਹ ਉੱਠਦਾ ਹੈ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇੰਨੀਆਂ ਪੱਥਰ ਦਿਲ ਕਿਉਂ ਹੋਣੀਆਂ ਚਾਹੀਦੀਆਂ, ਕਿ ਉਹ ਜਿਹੜਾ ਜਿਹੜਾ ਜਨ ਹਿੱਤ ਦਾ ਫੈਸਲਾ ਹੈ, ਜੋ ਲੋਕਾਂ ਦੇ ਹਿੱਤਾਂ ਦੇ ਵਿੱਚ ਪੈਸਾ ਹੈ, ਉੱਥੇ ਕਿਉਂ ਨਹੀਂ ਖਰਚ ਕਰਦੀਆਂ? ਅੱਜ ਪੰਜਾਬ ਸਰਕਾਰ ਕਰੋੜਾਂ ਰੁਪਏ ਦੇ ਸਮਾਰਟਫੋਨ ਲੈ ਕੇ ਨੌਜਵਾਨਾਂ ਨੂੰ ਵੰਡ ਦੇਗੀ। ਤੁਹਾਨੂੰ ਇੱਕ ਹੋਰ ਬੜਾ ਇੰਟਰਸਟਿੰਗ ਫੈਕਟ ਜਾਂਦੇ ਜਾਂਦੇ ਤੁਹਾਨੂੰ ਦੱਸ ਕੇ ਜਾ ਰਿਹਾ, ਜਿਹੜੀ ਬਿਲਕੁਲ ਲੇਟੈਸਟ ਖਬਰ ਹੈ ਔਰ ਬਿਲਕੁਲ ਫੈਕਟ ਐਂਡ ਫਿਗਰ ਮੇਰੇ ਕੋਲ ਪਏ ਹੋਏ ਨੇ ਇਸ ਸਮੇਂ, ਜਿਹੜੇ ਤੁਹਾਨੂੰ ਦਿਖਾ ਸਕਦੇ ਨੇ ਕਿ ਸਾਡੇ ਪੰਜਾਬ ਦੀ ਸਰਕਾਰ, ਇਹਦੇ ਵਿੱਚ ਹਰਿਆਣਾ ਸਰਕਾਰ ਦਾ ਵੀ ਜ਼ਿਕਰ ਹੈ, ਕਿ ਇਹਨਾਂ ਦਾ ਜੋ ਜ਼ਮੀਰ ਹੈ ਸਰਕਾਰਾਂ ਦਾ ਉਹ ਕੀ ਹੁੰਦਾ, ਇਹ ਦੇਖੋ ਤੁਸੀਂ। ਸਾਡੇ ਪੰਜਾਬ ਦਾ ਇੱਕ ਕਲਚਰ ਹੈ, ਮੈਂ ਖੁਦ ਪੰਜਾਬ ਨਾਲ ਜੁੜਿਆ ਹਾਂ, ਪੰਜਾਬ ਦੀ ਮਿੱਟੀ ਨਾਲ ਜੁੜਿਆ ਹਾਂ, ਸਾਡੇ ਇੱਥੇ ਬਜ਼ੁਰਗਾਂ ਦੀ ਬੜੀ ਇੱਜ਼ਤ ਅਸੀਂ ਕਰਦੇ ਹਾਂ। ਸਾਨੂੰ ਇਹ ਸਾਡੇ ਕਲਚਰ ਤੋਂ ਸ਼ੁਰੂ ਤੋਂ ਸਿਖਾਇਆ ਗਿਆ ਕਿ ਬਜ਼ੁਰਗ ਜਿਹੜੇ ਆਏ ਨੇ ਉਹਨਾਂ ਦੇ ਪੈਰੀ ਹੱਥ ਲਾਓ, ਉਹਨਾਂ ਦੀ ਪੂਰੀ ਇੱਜ਼ਤ ਕਰੋ, ਉਹਨਾਂ ਦਾ ਪੂਰਾ ਸਨਮਾਨ ਕਰੋ। ਲੇਕਿਨ ਤੁਹਾਨੂੰ ਇੱਕ ਦਰਸ਼ਕ ਹੋ ਜਾਂਦੇ ਜਾਂਦੇ ਇੱਕ ਗੱਲ ਦੱਸ ਕੇ ਜਾਣਾ ਕਿ ਜਿਹੜੇ ਓਲਡ ਏਜ ਹੋਮ ਹੁੰਦੇ ਨੇ ਬਜ਼ੁਰਗਾਂ ਦੇ ਲਈ, ਜਿਹੜੇ ਸਰਕਾਰੀ ਓਲਡ ਏਜ ਹੁੰਦੇ ਨੇ ਉਹ ਜਿਹੜੇ ਹਾਈਕੋਰਟ ਦੇ ਵਿੱਚ ਪਟੀਸ਼ਨ ਲੱਗੀ, ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲੱਗੀ, ਕਿਸੇ ਨੇ PIL ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ, ਔਰ ਇਹ ਪੁੱਛਿਆ ਕਿ ਜੀ ਤੁਸੀਂ ਦੱਸੋ ਸੂਬਿਆਂ ਦੇ ਵਿੱਚ ਕੀ ਲੱਗਿਆ ਕਿ ਕਿਹੜੇ ਓਲਡ ਏਜ ਹੋਮ ਹੈਗੇ ਨੇ। ਤੁਹਾਨੂੰ ਦਰਸ਼ਕੋ ਦੱਸ ਕੇ ਜਾਣਾ ਚਾਹੁੰਦਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਓਲਡ ਏਜ ਹੋਮ ਜਿਹੜੇ ਹੈਗਾ ਸਿਰਫ ਇੱਕ ਹੈਗਾ, ਸਰਕਾਰ ਦੇ ਨਾਲ ਬਣਾਇਆ ਗਿਆ, ਸਰਕਾਰ ਦੀ ਮਦਦ ਨਾਲ ਬਣਾਇਆ ਗਿਆ, ਸਰਕਾਰ ਵੱਲੋਂ ਚਲਾਇਆ ਜਾ ਰਿਹਾ ਓਲਡ ਏਜ ਹੋਮ ਪੰਜਾਬ ਦੇ ਵਿੱਚ ਸਿਰਫ ਇੱਕੋ ਹੈ, ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ। ਇਹ ਉਸ ਪੰਜਾਬ ਦਾ ਹਾਲ ਹੈ ਜਿੱਥੇ ਅਸੀਂ ਬਜ਼ੁਰਗਾਂ ਦੀ ਬਹੁਤ ਇੱਜ਼ਤ ਕਰਦੇ ਹਾਂ, ਉਹਨਾਂ ਦਾ ਬਹੁਤ ਸਨਮਾਨ ਕਰਦੇ ਹਾਂ। ਤੁਸੀਂ ਸੋਚੋ, ਪੰਜਾਬ ਸਰਕਾਰ ਨੇ ਕਈ ਜਿੰਨੀਆਂ ਸਰਕਾਰਾਂ ਆਈਆਂ, ਜਿਹੜੀਆਂ ਪ੍ਰੈਜੈਂਟ ਸਰਕਾਰਾਂ ਨੇ, ਉਹਨਾਂ ਦੇ ਦਿਲ ਵਿੱਚ ਬਜ਼ੁਰਗਾਂ ਦੀ ਕੀ ਇੱਜ਼ਤ ਹੋਏਗੀ, ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਸਿਰਫ ਇੱਕ
ओल्ड एज होम वह भी हुशियारपुर के बाकी जोड़े 40 ओल्ड एज होम ने पूरे पंजाब सूबे दे विच वो बाकी प्राइवेट NGO चलाते हैं। नाल वाले जोड़ा सूबा है हरियाणा उन्होंने भी माड़ा हाल है, उन्होंने कोल भी सरकार के खाते में सिर्फ एक ओल्ड एज होम है वह हैगा रेवाड़ी दे विच, और कई ऐसे जिले ने जिथे एक भी ओल्ड एज होम है ही नहीं। यह साड़ियाँ पंजाब हरियाणा के कल्चर है कि बजुर्गों की इज्जत करो, लेकिन साड़ियाँ सरकारां ने कभी इस बारे सोचा ही नहीं कि बजुर्गों एक जोड़ा उन्होंने लास्ट समय कह लो जो जिंदगी का आखिरी पड़ाव होंदा उत्थे उन्होंने पूरी इज्जत दो, उन्होंने पूरे महफूज रहन, उन्होंने पूरी सुरक्षा रवे, उन्होंने पूरा सत्कार किया जाए। सरकारां दे एजेंडे दे विच कभी शामिल होया ही नहीं। स्कूल कॉलेज हस्पताल ते तुसी बाद दी गल करो, गवर्नमेंटां दे कोल पैसे हैगे ने लैपटॉप वंडन वास्ते, गवर्नमेंटां दे कोल पैसे हैगे ने स्मार्टफोन वंडन वास्ते, लेकिन यह तुसी अज तक किसी पंजाब दे सियासतदान नूं ओल्ड एज होम या बजुर्गों के लिए घर बनावांगे या असी यह बनाए यह कदे सुनिया तुसी? नहीं सुनिया होना। यह बड़ी दुख द लगता है, बड़ी पीड़ होंदी है जदों असीं इह सारियां चीज़ां देखते हैं और इन्हां चीज़ां का सामना करते हैं। तो तुसीं अज दे इस प्रोग्राम बारे सानू जो तुसीं तुहाड़ा फीडबैक होए सानू तुसीं इस ते वाप जो तुहाड़ा ईमेल ID नीचे आ रहा उस ते सानू लिख के दसो, और तुसीं किसी होर मुद्दे ते सानू चाहते हो कि असीं उस ते विचार करिए, चर्चा करिए, तुहाड़े नाल उहदे जिहड़ी साझा करिए गलबात वो सानू तुसीं लिख के भेज सकते हो। अज दा इह तुहानू मुद्दा किस तरह का लग्या तुसीं अपना फीडबैक भी सानू जरूर भेजना। अगले किसी होर मुद्दे विच अगले किसी होर सबजैक्ट दे नाल तुहाडे नाल फिर मिलांगे। तद तक लई सत श्री अकाल।